ਇਹ ਥਾਣਾ ਸਦਰ ਪਟਿਆਲਾ ਹੈ। ਇੱਥੇ ਮੁਜਰਮਾਂ ਤੋਂ ਲੈ ਕੇ ਫਿਲਮਾਂ ਬਣਾਉਣ ਵਾਲਿਆਂ ਦੇ ਰਿਮਾਂਡ ਲਿੱਤੇ ਜਾਂਦੇ ਨੇ। ਕੀ ਫਿਲਮਾਂ ਵਾਲਿਆਂ ਨੇ ਕੋਈ ਜੁਰਮ ਕੀਤਾ? ਨਹੀਂ ਨਹੀਂ, ਬਿਲਕੁਲ ਨਹੀਂ। ਹਾਂ, ਫਿਲਮਾਂ ਨਾਲ ਜੁੜੇ ਲੋਕ ਮੁਜਰਮ ਹੀ ਨਜ਼ਰ ਆਉਣਗੇ ਜੇ ਪੁਲਿਸ ਵਾਲੇ ਫਿਲਮਾਂ ਬਣਾਉਣ ਲੱਗ ਜਾਣ ਤਾਂ। ਖੈਰ, ਇਹਨਾਂ ਸਵਾਲਾਂ ਦੇ ਜਵਾਬ ਤਾਂ ਸਾਡੀ ਫਿਲਮ ਹੀ ਦੇਵੇਗੀ। ਫਿਲਹਾਲ ਕਮਿਸ਼ਨਰ ਸਾਹਿਬ ਨੇ ਇਨਕਮ ਟੈਕਸ ਡਿਪਾਰਟਮੈਂਟ ਅਤੇ ਆਪਣੇ ਸਟਾਫ ਦੀ ਇੱਕ ਅਰਜੈਂਟ ਮੀਟਿੰਗ ਬੁਲਾਈ ਹੈ, ਜਿਸ ਨੂੰ ਅਟੈਂਡ ਕਰਨ ਨੂੰ ਸਰਕਿਟ ਹਾਊਸ ਜਾ ਰਹੇ ਨੇ। Jain sir, please sit down. I think everyone is here. No sir, DSP Tanoa hale. Sikho sahab, Tanoa sahab di late on di aadat kadon jaavegi? Nahi ja sakdi sir, nahi ta Varisha chutha ho ju. May I come in sir? Sorry sir, late sir. Sorry. Mera khayal Tanoa sahab late nahi hoye. ਅਸੀਂ ਪਹਿਲਾਂ ਆ ਗਏ ਹਾਂ। ਜੀ ਸਰ। ਦੋਸਤੋ, ਅੱਜ ਦੀ ਇਹ ਮੀਟਿੰਗ ਇਨਕਮ ਟੈਕਸ ਡਿਪਾਰਟਮੈਂਟ ਦੇ ਸਰਵੇ 'ਤੇ ਆਧਾਰਿਤ ਹੈ। ਇਹਨਾਂ ਦੇ ਮੁਤਾਬਕ ਪਿਛਲੇ 6 ਮਹੀਨਿਆਂ ਦੇ ਵਿੱਚ ਇਹ ਛੋਟੇ ਜਿਹੇ ਸ਼ਹਿਰ ਵਿੱਚ ਗੋਲਡ, ਡਾਇਮੰਡ, ਜਿਊਲਰੀ ਅਤੇ ਹੋਰ ਬਹੁਤ ਕੁਝ ਗੈਰ ਕਾਨੂੰਨੀ ਢੰਗ ਨਾਲ ਲੁਕੋ ਕੇ ਰੱਖਿਆ ਹੋਇਆ ਹੈ ਅਤੇ ਉੱਪਰੋਂ ਇਹ ਕਾਲੇ ਧਨ ਨੂੰ ਕਾਲੇ ਤਿੱਤਰ ਕਹਿ ਕੇ ਬੁਲਾਉਂਦੇ ਆ। ਵੈਸੇ ਵੱਡੇ ਸ਼ਹਿਰਾਂ 'ਚ ਤਾਂ ਇਹ ਗੱਲ ਠੀਕ ਹੈ, ਪਰ ਪਟਿਆਲੇ ਵਰਗੇ ਛੋਟੇ ਸ਼ਹਿਰ 'ਚ ਮੈਂ ਇਹ ਗੱਲ ਮੰਨ ਨਹੀਂ ਸਕਦਾ। ਮੈਨੂੰ ਇਹ ਇਨਫੋਰਮੇਸ਼ਨ ਰੋਂਗ ਲੱਗਦੀ ਹੈ ਸਰ। ਇਨਫੋਰਮੇਸ਼ਨ ਬਿਲਕੁਲ ਸਹੀ ਹੈ ਧਨਵਾ ਸਾਹਿਬ। ਪੁਲਿਸ ਦੇ ਕਹਿਣ 'ਤੇ ਹੀ ਇਹਨਾਂ ਨੇ ਨਾਵਾਂ ਦੀ ਸੂਚੀ ਤਿਆਰ ਕੀਤੀ ਆ। ਮੈਂ ਇਹ ਸੂਚੀ ਦੇਖ ਸਕਦਾ ਸਰ? ਸੋਰੀ DSP, ਇਟਸ ਟੌਪ ਸੀਕ੍ਰੇਟ। DSP ਧਨੋਏ, ਤੂੰ ਇੰਨਾ ਘਬਰਾਇਆ ਹੋਇਆ ਕਿਉਂ ਹੈ? ਐਕਚੁਲੀ ਸਰ, ਮੇਰੀ ਵਾਈਫ ਦੇ ਮਾਮੇ ਦੇ ਭਰਾ ਦੇ ਫੁੱਫੜ ਦੀ ਨੂੰਹ ਦੇ ਬਾਪੂ ਜੀ ਗੁਜ਼ਰ ਗਏ। ਉਹ ਇੰਨੀ ਨਜ਼ਦੀਕੀ ਰਿਸ਼ਤੇਦਾਰੀ 'ਚ ਟ੍ਰੈਜਡੀ ਹੋ ਗਈ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਫਿਰ ਥੋੜ੍ਹਾ ਜਿਹਾ ਸਦਮੇ 'ਚੋਂ ਬਾਹਰ ਆਉਣ ਨੂੰ ਟਾਈਮ ਤਾਂ ਲੱਗਦਾ ਹੀ ਹੈ। ਸਿੱਧਾ ਕਹਿ ਦਿਨ ਛੁੱਟੀ ਚਾਹੀਦੀ ਹੈ। ਜੇ ਇੱਦਾਂ ਹੋ ਜਾਏ ਆਈ ਵਿਲ ਬੀ ਗ੍ਰੇਟਫੁਲ ਸਰ। ਪਲੀਜ਼ ਸਰ। ਸਰ ਕਿਵੇਂ ਕਰੀਏ? ਜਾਓ ਜੀ। ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਸਰ, ਥੈਂਕ ਯੂ। ਬਚ ਗਿਆ ਤੁਹਾਨੂੰ। ਸਰ ਮੇਰੇ ਲਈ ਕੀ ਹੁਕਮ ਹੈ? ਇਹਦੇ ਵਿੱਚ ਕਾਲਾ ਧਨ ਇਕੱਠਾ ਕਰਨ ਵਾਲਿਆਂ ਦੇ ਨਾਵਾਂ ਦੀ ਸੂਚੀ ਆ ਅਤੇ ਜਾਓ ਇਹਨਾਂ ਕਾਲੇ ਤਿੱਤਰਾਂ ਵਾਲਿਆਂ ਦੇ ਤੋਤੇ ਉਡਾ ਦਿਓ। ਚਲੋ ਮੇਰੇ ਨਾਲ ਪਹਿਲੇ ਉੱਪਰ ਚੈੱਕ ਕਰੋ। ਮੈਂ ਕੀ ਗੱਲ ਹੈ, ਕੀ ਚਾਹੀਦਾ ਤੁਹਾਨੂੰ? ਸਾਡੇ ਕੋਲ ਤੁਹਾਡੇ ਘਰ ਦੇ ਸਰਚ ਵਾਰੰਟ ਨੇ, ਅਸੀਂ ਤਲਾਸ਼ੀ ਲੈਣੀ ਆ। ਆਉਣ ਤੋਂ ਪਹਿਲਾਂ ਫੋਨ ਕਰਦੇ। ਜੀ ਕੀ ਹੋ ਗਿਆ? ਆ ਵੀ ਨੱਤਾ ਸਿਆ ਜਨਾਬ, ਪਹਿਲਾਂ ਦੱਸਣਾ ਚਾਹੀਦਾ, ਫੋਨ ਕਰਨਾ ਚਾਹੀਦਾ। ਆ ਪੁਲਿਸ ਵਾਲੇ ਕੀ ਆਏ ਨੇ? ਕਹਿੰਦੇ ਸਰਚ ਵਾਰੰਟ ਨੇ। ਸਰਚ ਵਾਰੰਟ? ਆ ਦੇਖੋ ਜੀ, ਰੱਖ ਇੱਥੇ, ਆ ਦੇਖੋ, ਹੋਰ ਵੀ ਚੈੱਕ ਕਰ ਜਨਾਬ। ਨੱਥਾ ਸਿੰਘ ਜਨਾਬ, ਉੱਪਰੋਂ ਕੁਛ ਮਿਲਿਆ? ਉਹ ਜਨਾਬ ਉੱਪਰ ਕੀ ਮਿਲਣਾ ਜੀ, ਆਹ ਰੌਣਕਾਂ ਤਾਂ ਇੱਥੇ ਲੱਗੀਆਂ ਪਈਆਂ। ਆਹ ਦੇਖੋ ਜੀ, ਇਹ ਆਹ ਲਓ ਜੀ, ਹੋਰ ਇਹ ਆਹ ਚੱਕੋ ਜੀ। ਓ ਮਾਈ ਗੋਡ, ਸ਼ਮਸ਼ੇਰ ਸਿੰਘ ਹਰ ਜਗ੍ਹਾ ਚੈੱਕ ਕਰੋ, ਕੱਲੀ ਕੱਲੀ ਚੀਜ਼ ਚੈੱਕ ਕਰੋ। ਨੱਥਾ ਸਿੰਘ ਜਨਾਬ, ਕੋਨਾ ਕੋਨਾ ਛਾਨ ਮਾਰੋ, ਹੁਣੇ ਲਓ ਜੀ, ਤੂੰ ਇੱਧਰ ਜਾ ਫਟਾਫਟ ਕਰਾ, ਲਓ ਤਲਾਸ਼ੀ ਉੱਧਰ ਚੱਲ। ਜਨਾਬ ਜਨਾਬ ਮਿਲ ਗਏ। ਸ਼ਾਬਾਸ਼ ਸ਼ਾਬਾਸ਼, ਵੈਰੀ ਗੁੱਡ, ਹਰੀ ਅਪ, ਮੁੰਡੇ ਲੱਭੋ, ਹੋਰ ਫਾੜੋ 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 ਇਹਨੂੰ। ਆ ਜਨਾਬ ਹੋਰ ਮਿਲ ਗਏ ਜੀ। ਦੋ ਜਣੇ ਉੱਪਰ ਜਾਓ, ਦੋ ਜਣੇ ਇੱਧਰ ਜਾਓ, ਦੋ ਜਣੇ ਉੱਪਰ ਜਾਓ। ਰਿਮੂਵ ਦਾ ਗਲਾਸ, ਪਰ ਐ ਹੋ ਜਾਓ, ਫੇਰ ਪਾੜ ਲਿਓ ਹਨ ਮੁੰਡੇ ਚੱਕਾ ਸ਼ੀਸ਼ਾ। ਓਏ ਚੱਲ, ਕੇਰਾ ਪਰ ਰੱਖੇ ਨੂੰ। ਉਹ ਤੁਹਾਡੀ ਮਾਰਿਆ, ਕਿੱਡੇ ਕਿੱਡੇ ਘੜੇ ਭਰ ਰੱਖੇ ਨੇ। ਆ ਮੁੰਡੇ ਲਫਾਫਾ ਕਰ, ਉਹਨਾਂ ਨੂੰ ਕਰਾ, ਹੁਣ ਪਤਾ ਲੱਗੂ ਜਦੋਂ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪਈਆਂ।
अपने कंबल हो गई है कुल रकम 12 करोड़ रुपए है ए ज्यादातर गोल्ड से डायमंड की ज्वेलरी है 500-500 दे पैकेट नीचे रख दिते ने 1000 दे पैकेट उपर ने बाकी तुसी आप चेक करा लो सर वेरीफाई कर दो एसएसपी साहब ये सारी काउंटिंग थोड़ी निगरानी च होई आ यस सर ठीक है मैं वेरीफाई कर दिता तुसी साइन कर दियो अज हैगा सैटरडे ते कलू हैगा संडे परसों नू मंडे ये सारी रकम सरकारी खजाने च जमा हो जानी चाहिए है ते उदो तक ये सारी जिम्मेवारी पैसे दी थोड़ी आ सर तुसी बिल्कुल बेफिक्र हो जाओ सारी जिम्मेवारी मेरी है चाय गरम टन 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 ओ यार नौकरी तो लभ लैण दे यार सुनो डिस्ट्रिक्ट संगरूर विच ना 200 चपड़ासी दी पोस्टां निकलियां ने जिदे लई 2 लाख एप्लीकेंट्स ने अप्लाई कीता जिदे विच एमसीए बीसीए फर्स्ट क्लास पास ने ते तू बीए थर्ड क्लास पास करके केड़ी जॉब पालदा ओए की करा यार वीरे एक तो नौकरी वाले कॉलम दी कुत्ते झाक भी तो नहीं ना मुकदी अपनी केंद्र रब दिंदा तो छत पाड़ के दिंदा एक साली साडी छत आ साली पाड़ दी होई नहीं ले पाड़गी यार छत पाड़गी किथे ओए इधर बैठ मेरे कोल खबर सुन ध्यान नाल कल पुलिस वालिया ने मिलके शहर विच कला दीन दा चिराग रगड़िया जिदे विच कई करोड़ां दे जिनपूत कड्डे ते रेड मार के पूरे 12 करोड़ रुपए इकट्ठे कीते ते हुण ओह सारे पैसे खजाने जमा करा जा रहे ने गुगली फिर ਇਹਦੇ ਬਾਰੇ ਕੀ ਖਿਆਲ ਆ ਤੇ ਨਾ ਸਾਰਾ ਤੇਰਾ ਦਿਮਾਗ ਖਰਾਬ ਆ ਰੈਂਟ ਆਪਣੇ ਕੋਲੋਂ ਦਿੱਤਾ ਨਹੀਂ ਜਾਂਦਾ ਬਿਜਲੀ ਦਾ ਬਿੱਲ ਸਾਡੇ ਤੋਂ ਭਰ ਨਹੀਂ ਹੁੰਦਾ ਲੈਂਡਲੋਰਡ ਆ ਕੇ ਰੋਜ਼ ਸਾਨੂੰ ਗਾਲਾਂ ਕੱਢਦਾ ਆ 12 ਕਰੋੜ ਦੀ ਝਾਕ 'ਚ ਬੈਠਾ ਹੈ ਕੋਈ ਚਾਹੀਦੀ ਗੱਲ ਕਰਿਆ ਕਰ ਯਾਰ ਓ ਯਾਰ ਕੀ ਪਤਾ ਕਿਰਾਏ ਦਾ ਮਕਾਨ ਤੇ ਰਾਸ਼ਨ ਦੁਕਾਨ ਖਰੀਦਣ ਲਈ ਕੁਝ ਪੈਸੇ ਹੱਥ ਲੱਗ ਜਾਣ ਪੁਲਿਸ ਵਾਲਿਆਂ ਦਾ ਪੈਸਾ ਵਾਹ ਮੇਰੀ ਜਾਨ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਉਡਾਨ ਦੀ ਸਕੀਮ ਵਾਹ ਭੱਲੇ ਤੇਰੇ ਦਿਮਾਗ ਦੇ ਵੀ ਪੋਜ਼ਿਟਿਵ ਮੇਰੇ ਵੀਰ ਵੀ ਪੋਜ਼ਿਟਿਵ ਸੋਚ ਕੇ ਦੇਖ ਇੱਕ ਤਾਂ ਸਾਲਾ ਇੱਥੇ ਕੋਈ ਮੈਂਟਲ ਹਸਪੀਟਲ ਵੀ ਨਹੀਂ ਹੈਗਾ ਯਾਰ ਤੂੰ ਮੈਨੂੰ ਮੈਂਟਲ ਹਸਪੀਟਲਾਂ ਭੇਜ ਤੂੰ ਸੋਚ ਕੇ ਦੱਸ ਬਸ ਦਿਮਾਗ ਤੇ ਥੋੜਾ ਜ਼ੋਰ ਪਾ ਯਾਰ ਇਹ ਕਿਵੇਂ ਪੋਸੀਬਲ ਹੈ ਯਾਰ ਇਹ ਪੋਸੀਬਲ ਆ ਇਹ ਦਿਮਾਗ ਦੀ ਗੱਲ ਤੂੰ ਮੇਰੇ ਤੇ ਛੱਡ ਦੇ ਬਸ ਤੂੰ ਮੇਰੇ ਹੱਥ ਤੇ ਹੱਥ ਰੱਖ ਬੋਲ ਡਨ ਓ ਯਾਰ ਕੋਈ ਸਿਆਪਾ ਤਾਂ ਨਹੀਂ ਪੈ ਰਿਹਾ ਕੋਈ ਸਿਆਪਾ ਨਹੀਂ ਪੈਂਦਾ ਤੂੰ ਡਨ ਕਰ ਬਸ ਪੱਕਾ ਪੱਕਾ ਚਲ ਜੇ ਤੂੰ ਕਹਿੰਦਾ ਤਾਂ ਫਿਰ ਡਨ ਆ ਯਾਰ ਆ ਹੋਈ ਨਾ ਗੱਲ ਮੇਰੀ ਜਾਨ ਮੇਰੀ ਗੁਗਲੀ 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 ਓ ਜਤਿੰਦਰ ਥੋੜਾ ਧਿਆਨ ਨਾਲ ਭਾਰੀ ਆ ਇਹ ਖੜ ਜਾ ਮੈਂ ਚਕਾਉਣਾ ਇਹ ਆ ਹੁਣ ਬਣੀ ਗੱਲ ਲਿਆ ਲਾਈਏ ਲੌਕ ਕਰਾਂ ਇਹਨੂੰ ਪਕੜ ਉਹਨਾਂ ਨੂੰ ਜਨਾਬ ਇਹਦਾ ਨਾਮ ਸੀਟਾ ਰਾਮ ਤੇ ਮੇਰਾ ਨਾਮ ਗਰੀਬ ਦਾਸ
ਉਹ ਸਿਰ ਤੇ ਪਗੜੀ ਤੇ ਨਾ ਗਰੀਬ ਦਾਸ ਆਈਡੈਂਟੀ ਕਾਰਡ ਦਿਖਾਓ ਆਪਣੇ ਆਪਣੇ ਉਹ ਜਨਾਬ ਆਈਡੈਂਟੀ ਕਾਰਡ ਵੀ ਦਿਖਾਉਂਦੇ ਆ ਤੂੰ ਆ ਬੜਾ ਮੂੰਹ ਤੇ ਰੁਮਾਲ ਰੱਖ ਕੇ ਗੱਲ ਕਰੋ ਕੁਝ ਸਮਝ ਨਹੀਂ ਆ ਰਿਹਾ खजाने वाली गड्डी लांगी वो पुलिस वाली गड्डी कित्थे है उतरो सारे थले राम सिंह जी सर जाने दे पैसे चोरी हो गए चोर का पीछा करो जल्दी जैन सर तुनो ये बहुत वड्डी चोरी होगी पूरे शहर की नाकाबंदी कर दियो ठीक है सर मैं हुने ड्यूटी लवा देना नाकाबंदी क्यों पा देने जी मैं के कोई भी गड्डी बिना तराशो नहीं चलनी चाहिए चलो बैठो इधर ठीक ही देखो ओ जसपाल मिला कुछ चलो 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 चल भी चल छेदी छेदी चल 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 रोक भाई रोक 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 ट्राली कुछ नहीं है जनाब चल भाई चल भाई जान दे करे जान दे लिया गड्डी कहां लेके करा चल 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 चेक करो यस सर मैं हुने देखना जी चंगी तरह देखो गड्डी तो खाली है सर एक मिनट ठहरो मैं हुने चेक करता मैनू अगे भी देख लैन दो जी शमशेर आ दौड़ा चंगी तरह चेक कर कुछ मिलिया सर पुलिस यूनिफॉर्म इत्थे यूनिफॉर्म जनाब तुसी चिंता ना करो मोटरसाइकिल दी रिपोर्ट आने वाली है हुणे पता लग जू कि आखिर खजाने दा पैसा गया ता गया किथे जनाब ए आ मोटरसाइकिल दी रिपोर्ट जी ओ नो ओ यस जे मैं मोटरसाइकिल दा हुलिया ना बदलदा ते फिर पुलिस ने बाहर बैठ के पीनी सी बियर ते आपा होना सी अंदर 12 करोड़ बारह करोड़ साढ़े को चुंडी वट मेरे मैं यकीन जहा नहीं होंगे है यार बस यार मैं इदा लगता मैं कुछ सुपना देखी जाना पाया अच्छा आप 12 करोड़ का करना की मैं छेती दस हूँ सारा कुछ मैं ही दसा खोपर तू भी सोच ला कुछ अच्छा चल फिर सुन सब तो पहला आप लवेंगे एक वधिया जा बंगला बंगले च रखांगे नौकर चाकर उस तो बाद पीवांगे रोज महंगी तो महंगी वधिया तो वधिया स्कॉच फ्रॉम स्कॉटलैंड उस तो बाद कढ़ावांगे ब्रांड न्यू दो वक्खो वक्ख रंग दियां ऑडियां ते कदे कदे भोली दा प्रबंध समझ गया भी नहीं कि नहीं दिल करदा छित्तर लाग ना तेरे सिर च मारा की होया
ਪਾਗਲਾ ਪੁਲਿਸ ਤੇ ਇਹੀ ਤਾਕ ਵਿੱਚ ਬੈਠੀ ਆ ਵੀ ਚੋਰ ਕਦੋਂ 12 ਕਰੋੜ ਰੁਪਇਆ ਖਰਚਣ ਤੇ ਕਦੋਂ ਸਾਨੂੰ ਦਬੋਚਣ ਤੂੰ ਆਪੇ ਕਰ ਲੈ ਮੈਨੂੰ ਨਾ ਤੂੰ ਇੰਨੀ ਟੈਨਸ਼ਨ ਦੇ ਤੂੰ ਆਪੇ ਦੇਖ ਸੁਣ ਅੱਜ ਤੋਂ ਬਾਅਦ ਇਸ ਕਮਰੇ ਦਾ ਨਾਂ ਹੋਵੇਗਾ ਰੰਗੀ ਮੰਗਾ ਕੋਆਪਰੇਟਿਵ ਬੈਂਕ ਅੱਛਾ ਬੈਂਕ ਚੋਂ 4-5 ਲੱਖ ਰੁਪਇਆ ਕੱਢਾ ਆ ਕਢਾਇਆ 5-star ਹੋਟਲ ਚ ਕੀਤੀ ਐਸ਼ ਐਸ਼ ਵਧੀਆ ਤੋਂ ਵਧੀਆ ਪਾਵਾਂਗੇ ਵਧੀਆ ਤੋਂ ਵਧੀਆ ਖਾਵਾਂਗੇ ਖਾਵਾਂਗੇ ਤੂੰ ਆਰਡਰ ਕਰ ਯਾਰ ਬਟਰ ਚਿਕਨ ਕਰੀਮ ਚਿਕਨ ਬਲਾਈ ਕੋਫਤਾ 4 ਰੁਮਾਲੀ ਰੋਟੀ ਤੇ 10 ਬਸ 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 ਛੋਟੇ ਇੰਨੀ ਭੁੱਖ ਨਹੀਂ ਪਾਣੀ ਆਪਾਂ ਅੱਛਾ ਤੂੰ ਫਿਸ਼ ਟਿੱਕਾ ਖਾ ਬੀਅਰ ਪੀ ਤੇ ਲੰਮੀਆਂ ਤਾਣ ਕੇ ਪੈ ਜਾ ਸਵੇਰੇ ਉਠਾਂਗੇ ਰੱਬ ਦਾ ਨਾਂ ਲਵਾਂਗੇ ਤੇ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ ਠੀਕ ਆ ਓਕੇ ਸੋ ਜਾ ਗੁੱਡ ਨਾਈਟ ਗੁੱਡ ਨਾਈਟ ਸੋ ਜਾ ਗੁੱਡ ਨਾਈਟ ਸ਼ਿਮ ਸ਼ਿਮ ਗੁੱਲ ਗਿਆ ਓਮ ਤੁਲਸੀ ਨਮਾ ਓਮ ਤੁਲਸੀ ਨਮਾ ਓਮ ਕੇਸ਼ਵਾਯ ਨਮਾ ਓਮ ਕੇਸ਼ਵਾਯ ਨਮਾ ਓਮ ਤੁਲਸੀ ਨਮਾ ਓਮ ਕੇਸ਼ਵਾਯ ਨਮਾ ਓਮ ਕੇਸ਼ਵਾਯ ਨਮਾ ਕੇਸ਼ਵਾਯ ਨਮਾ ਮਾਂ ਲੱਡੂ ਰੱਖ ਲੱਡੂ ਬਾਅਦ ਚ ਖਾਈ ਪਹਿਲਾਂ ਮੰਦਰ ਜਾ ਕੇ ਆ ਨਾਰੀਅਲ ਚੜਾ ਕੇ ਆ ਮਾਂ ਪੰਡਤਾਂ ਦੇ ਘਰ ਜਾਮਨ ਦਾ ਇਹੀ ਨੁਕਸਾਨ ਹੈ ਸਵੇਰੇ ਖਾਣ ਨੂੰ ਤਾਂ ਕੁਛ ਮਿਲਦਾ ਨਹੀਂ ਉਹ ਖੇਡਣ ਮੰਦਰ ਜਾ ਕੇ ਆਓ ਪਹਿਲਾਂ ਖਵਾਉਣ ਵਾਲੇ ਦੀ ਤਾਂ ਹਾਜ਼ਰੀ ਲਵਾਇਆ ਫਿਰ ਘਰ ਆ ਕੇ ਜਿੰਦਾ ਮਰਜ਼ੀ ਖਾ ਲਈ ਸ਼ਾਇਦ ਇਸੇ ਬਹਾਨੇ ਮੈਨੂੰ ਸੋਹਣੀ ਜੀ ਸੁਨੱਖੀ ਜੀ ਨੂੰ ਰਾਣੀ ਮਿਲ ਜੇ ਮਾਂ ਜੀ ਅੱਜ ਮੈਂ ਮੰਦਰ ਨਾ ਜਾਵਾਂ ਤੇ ਭਗਵਾਨ ਜੀ ਨਾਰਾਜ਼ ਨਹੀਂ ਹੋਣਗੇ ਉਹ ਇਹਨੂੰ ਕਹਿ ਦੇ ਜੇ ਇਹਨੇ ਮੰਦਰ ਨਹੀਂ ਜਾਣਾ ਤਾਂ ਘਰੋਂ ਨਿਕਲ ਜਾਏ ਘਰੋਂ ਨਿਕਲ ਜਾਏ ਚਾਹ ਰਿਹਾ ਜਵਾਨ ਪੁੱਤ ਨੂੰ ਜੋ ਮੂੰਹ ਚ ਆਇਆ ਬੋਲ ਦਿੰਦੇ ਹੋ ਮੈਨੂੰ ਚੰਗਾ ਨਹੀਂ ਲੱਗਦਾ ਉਹ ਜੇ ਤੈਨੂੰ ਚੰਗਾ ਨਹੀਂ ਲੱਗਿਆ ਤੇ ਤੂੰ ਵੀ ਘਰੋਂ ਬਾਹਰ ਨਿਕਲ ਜਾ ਚੱਲੀਆਂ ਚੱਲੀਆਂ ਕਿਚਨ ਚ ਆਪਣੇ ਪੁੱਤ ਲਈ ਆਲੂਆਂ ਦੇ ਪਰੌਂਠੇ ਬਣਾਉਣ ਸੁਣ ਗਰਮ ਗਰਮ ਪਰੌਂਠਿਆਂ ਤੇ ਮੱਖਣ ਨਾ ਰੱਖ ਦੇਈ ਪਿਘਲ ਜਾਣਾ ਨਾਲ ਪਨੀਰ ਦੀ ਭੁਰਜੀ ਬਣਾ ਕੇ ਖਵਾ ਨਿਕੰਮੀ ਔਲਾਦ ਦੀ ਜਿੰਨੀ ਸੇਵਾ ਕੀਤੀ ਜਾਏ ਘਰ ਉਨਾ ਹੀ ਤਰੱਕੀ ਕਰਦਾ ਅੱਛਾ ਮੈਨੂੰ ਤਾਂ ਬਿਲਕੁਲ ਪਤਾ ਨਹੀਂ ਸੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਪਹਿਲਾਂ ਕਿਉਂ ਨਹੀਂ ਦੱਸਿਆ ਕਿੱਦਾਂ ਦੀ ਜਨਾਨੀ ਮੇਰੇ ਪੱਲੇ ਪੈ ਗਈ ਬਾਬਾ ਜੀ ਪਾਪ ਵੀ ਕਰੇਨੇ ਆ ਤੇ ਪੁੰਨ ਵੀ ਕਰੇਨੇ ਆ ਵਤ ਸੁਬਾ ਸ਼ਾਮ ਤੇਰੇ ਦਰ ਤੇ ਆ ਖਲੋਨੇ ਆ ਅਸਾਂ ਤੁਹਾਡੀ ਹਜ਼ੂਰੀ ਸ਼ਰਧਾ ਨਾਲ ਮੱਥਾ ਟੇਕ ਛੱਡਿਆ ਜੀ ਹੁਣ ਤੁਸਾਂ ਆਪਣਾ ਮਿਹਰ ਭਰਿਆ ਹੱਥ ਅਸਾਂ ਦੇ ਸਿਰ ਤੇ ਰੱਖ ਛੱਡੋ ਇਸ ਵੇਲੇ ਅਸਾਂ ਦੇ ਦੋ ਹੀ ਪ੍ਰਸ਼ਨ ਨੇ ਬਾਬਾ ਜੀ ਇੱਕ ਤੇ ਅਸਾਂ ਦੀ ਵਾਈਫ ਡਿੰਪੀ ਨੂੰ ਡਾਇਮੰਡ ਦੇ ਈਅਰ ਰਿੰਗਸ ਦਿਲਵਾ ਦਿਓ ਤੇ ਦੂਜਾ ਸਾਡੀ ਸਵੀਟੀ ਗੁੱਡੀ ਨੂੰ ਕੋਈ ਗੱਡੀ ਵਾਲਾ ਘਰ ਦੇ ਛੱਡੋ ਸੱਚੇ ਪਾਤਸ਼ਾਹ ਐਵੇਂ ਮੂੰਹ ਬੰਨ ਕੇ ਸਕੂਟਰੀ ਤੇ ਘੁੰਮਦੀ ਰਹਿੰਦੀ ਹੈਗੀ ਜੱਸੀ ਪ੍ਰੋਫੈਸਰ ਬਤਰਾ ਦੇ ਨੋਟਸ ਮੈਂ ਤੈਨੂੰ ਦੇ ਚੱਲੀ ਆ ਕੱਲ ਨੂੰ ਯਾਦ ਨਾਲ ਕਾਲਜ ਲੈ ਆਈ ਓਕੇ ਬਾਏ ਬਾਏ ਨੀ ਜੱਸੀ ਆਈ ਮੰਮੀ ਲਓ ਜੀ ਗੋਡ ਜੀ ਅਸੀਂ ਤਾਂ ਨਾਰੀਅਲ ਤੋੜ ਕੇ ਆਪਣਾ ਕੰਮ ਕਰਤਾ ਨਾਓ ਇਟਸ ਯੂਰ ਟਰਨ ਮਤਲਬ ਸਰ ਤੁਹਾਡਾ ਕੰਮ ਸ਼ੁਰੂ ਤੁਹਾਡੇ ਕੋਲੋਂ ਕਾਹਦਾ ਲੱਗੋ ਤੁਸੀਂ ਨੌਕਰੀ ਨਹੀਂ ਦਿੱਤੀ ਕੋਈ ਗੱਲ ਨਹੀਂ ਬਸ ਇੱਕ ਸਮਾਰਟ ਜੀ ਛੋਕਰੀ ਦੇ ਦਿਓ ਅਮਿਤ ਸਰ ਮੇਰੀ ਮਾਂ ਲਈ ਇੱਕ ਵਧੀਆ ਜੀ ਨੂੰਹ ਦਾ ਪ੍ਰਬੰਧ ਕਰ ਦਿਓ ਬਸ ਤੁਹਾਡੇ ਲਈ ਇੰਨਾ ਹੀ ਕੰਮ ਸੀ ਕਰ ਦੋਗੇ ਨਾ ਕੀ ਗੱਲ ਜਵਾਬ ਨਹੀਂ ਦਿੱਤਾ ਥੈਂਕ ਯੂ ਗੋਡ ਜੀ ਥੈਂਕ ਯੂ ਸੌਰੀ ਸੜਕ ਦੇ ਵਿੱਚ ਕਾਰ ਤੁਰਿਆ ਫਿਰਦਾ ਇੱਕ ਮਿੰਟ ਥੈਂਕਸ ਕਰ ਤੂੰ ਮੇਰਾ ਮੈਂ ਤੈਨੂੰ ਬਚਾ ਲਿਆ ਬਚਾ ਕਿੱਥੇ ਲਿਆ ਤੁਸੀਂ ਤਾਂ ਸਾਨੂੰ ਜਮਾ ਹੀ ਮਾਰਤਾ ਹਾਈ ਹਾਈ ਓਏ ਹਾਈ ਓਏ ਕਿੱਥੇ ਲੱਗੀ
पूछो ना, ना दसो अपना की ना दसो अपना कंडीशन बहुत क्रिटिकल है। मेरा ना स्वीटी है, मैं गवर्नमेंट कॉलेज पढ़ती हूं, करदा एड्रेस ते मोहल्ले दा ना भी दसा। ओ ना जी, ओ ता सी आपे ही लब लांगे, आखिर साडा भी तो कोई फर्ज बनदा है। चल पीछे हट है? हट पीछे, जान दे मेनू। जाओ जी। ओ रंगी, ओ मंगे, निकलो बाहर। ਤੁਹਾਨੂੰ ਦੱਸੀਏ ਕਿਸੇ ਦੇ ਘਰੇ ਫ੍ਰੀ ਖਾਤੇ ਰਹਿਣ ਦਾ ਕੀ ਮਤਲਬ ਹੁੰਦਾ ਹੈ? ਓਏ ਨਿਕਲਦੇ ਹੋ ਬਾਹਰ ਕੇ ਭੰਨੀਏ ਤੁਹਾਡਾ ਦਰਵਾਜ਼ਾ? ਉਹ ਤੋਚੀ, ਉਹ ਬਿੱਲੇ, ਕੱਢੋ ਇਹਨਾਂ ਨੂੰ ਬਾਹਰ ਤੇ ਸਿੱਟੋ ਸਮਾਨ ਇਹਨਾਂ ਦਾ। ਓਏ ਛੱਡੋ, ਛੱਡੋ ਚੰਮਲ ਮਾਰ ਸਾਲੇ, ਹਰ ਤੁਹਾਨੂੰ ਮਾਰ ਕੇ ਦੱਸਾਂ ਬੰਦ ਭੈਣੇ, ਛੱਡੋ ਖਬਰਦਾਰ ਜੁਗਾ ਕੇ ਵਧਿਆ, ਸਮਾਨ ਚੱਕ ਕੇ ਬਾਹਰ ਮਾਰੂ ਨਾ ਸਾਲੇ ਤੁਹਾਡੇ ਪਿਓ ਦਾ ਰਾਜਾ। ਜੇ ਪੁੱਤਰ ਤੁਸੀਂ ਗੁੰਡਾਗਰਦੀ ਉੱਤਰ ਆਏ ਹੋ ਨਾ ਤਾਂ ਘੱਟ ਅਸੀਂ ਵੀ ਨਹੀਂ। ਹਾਂ ਤੂੰ ਬੋਲਾ, ਕੀ ਤਕਲੀਫ ਹੈ ਤੈਨੂੰ? ਸੁਣ, ਚੋਰੀ ਤੇ ਉੱਤੋਂ ਸੀਨਾ ਚੋਰੀ, ਓਏ ਪਿਛਲੇ 6 ਮਹੀਨਿਆਂ ਤੋਂ ਕੋਈ ਫੁੱਟੀ ਕੌਡੀ ਰੱਖੀ ਆ ਸਾਡੇ ਹੱਥੇ? ਓਏ ਭੈਣ ਮੇਰੀ ਰਾਸ਼ਨ ਲਿਆਉਣ ਕਨੀਓ ਬੈਠੀ ਹੈ, ਤੇ ਭਾਣਜੀ, ਭਾਣਜੀ ਨੇ ਹਜੇ ਤੱਕ ਸਕੂਲ ਦੀ ਫੀਸ ਨਹੀਂ ਦਿੱਤੀ। ਤੇ ਸਿੱਧਾ ਬੋਲ, ਕਿਰਾਇਆ ਚਾਹੀਦਾ ਨਾ? ਅਸੀਂ ਹੋਰ 6 ਮਹੀਨਿਆਂ ਤੋਂ ਕੀ ਰੌਲਾ ਪਾ ਰਹੇ ਆ, ਕਿਰਾਇਆ ਹੀ ਤਾਂ ਮੰਗ ਰਹੇ ਆ ਨਾ। ਹਾਂ ਫਾਰਸੀ ਤਾਂ ਨਹੀਂ ਬੋਲਦੇ? ਚੱਲ ਠੀਕ ਆ ਫੇ ਸ਼ਿੰਗਾਰਿਆ, ਫੈਲਾ ਆਪਣੇ ਦੋਵੇਂ ਹੱਥ, ਇੱਕ ਹੱਥ ਤੇ ਰੱਖਦਾ ਮੈਂ ਤੇਰੇ ਪਿਛਲੇ 6 ਮਹੀਨੇ ਦਾ ਕਿਰਾਇਆ, ਤੇ ਦੂਜੇ ਹੱਥ ਤੇ ਧਰੂ ਮੇਰਾ ਯਾਰ ਅਗਲੇ 6 ਮਹੀਨੇ ਦਾ ਐਡਵਾਂਸ। ਚੱਲ ਕੱਢ। ਉਹ ਬੱਲਿਆ, ਜਿੰਨੀ ਨਹਾਤੀ ਓਨਾ ਹੀ ਪੁੰਨ। ਉਹ ਵੀਰੇ, ਸਵੇਰੇ ਸਵੇਰੇ ਮਜ਼ਾਕ ਚੰਗਾ ਨਹੀਂ ਹੁੰਦਾ, ਤੁਸੀਂ ਐਂ ਕਰੋ, ਝਗੜਾ ਮਿਟਾਉਣ ਲਈ 3 ਮਹੀਨੇ ਦਾ ਐਡਵਾਂਸ ਹੀ ਦੇ ਦਿਓ। ਓ ਸ਼ਿੰਗਾਰਿਆ, ਅਸੀਂ ਮਜ਼ਾਕ ਨਹੀਂ ਕਰ ਰਹੇ, ਤੂੰ ਆਪਣੇ ਹੱਥਾਂ ਫਲਾ, ਤੇਰੇ ਹੱਥਾਂ ਤੇ ਸਰੋ ਜਮਾ ਕੇ ਦਿਖਾਵਾਂਗੇ। ਅੱਛਾ ਇਹ ਗੱਲ ਹੈ, ਲਿਆਓ ਫਿਰ ਕੱਢੋ। ਚੱਕ ਪਿਛਲੇ 6 ਮਹੀਨੇ ਦਾ ਕਿਰਾਇਆ, ਆ ਚੱਕ ਅਗਲੇ 6 ਮਹੀਨੇ ਦਾ ਐਡਵਾਂਸ। ਓਏ ਆ ਤਾਂ ਕਮਾਲ ਹੋ ਗਈ। ਓ ਭੈਣ, ਓ ਰੂਹੀ ਪੁੱਤਰਾ, ਆ ਦੇਖ, ਓਏ ਓ ਜੱਗੀ, ਓਏ ਆ ਦੇਖ, ਆ ਤਾਂ ਕਮਾਲ ਹੋ ਗਈ। ਭੈਣੇ ਐ ਕਰ, ਆ ਰੱਖ ਤੂੰ 6 ਮਹੀਨੇ ਦਾ ਕਿਰਾਇਆ, ਤੇ ਆ 6 ਮਹੀਨੇ ਦਾ ਮੇਰੇ ਕੋਲ ਰਹਿਣ ਦੇ। ਥੈਂਕ ਯੂ ਯਾਰ, ਥੈਂਕ ਯੂ, ਤੁਸੀਂ ਤਾਂ ਕਮਾਲ ਕਰਤੀ, ਅਸੀਂ ਤਾਂ ਤੁਹਾਨੂੰ ਐਵੇਂ ਸਮਝ ਰਹੇ ਸੀ। ਓ ਜੱਗੀ, ਓ ਤੋਚੀ, ਆ ਜਾ ਤੁਹਾਨੂੰ ਕਸੌਲੀ ਘੁਮਾ ਕੇ ਲਿਆਵਾਂ। ਓਏ ਅੱਜ ਤਾਂ ਕੋਈ ਕਰਮ ਵਾਲਾ ਬੱਚੇ ਲੱਗਿਆ ਸੀ। ਅਲੇ ਕਮੋ ਭੈਣ, ਆਪਣਾ ਤਾਲਾ, ਅਸੀਂ 6 ਮਹੀਨੇ ਦਾ ਐਡਵਾਂਸ ਦੇ ਕੇ ਆਪਣਾ ਨਵਾਂ ਤਾਲਾ ਲਾ ਦਿੱਤਾ। ਹੁਣ ਅਸੀਂ ਕਮਰੇ 'ਚ ਰਹੀਏ ਜਾਂ ਨਾ ਰਹੀਏ, ਸਾਡੇ ਕਮਰੇ ਵੱਲ ਕੋਈ ਨਾ ਝਾਂਕੇ, ਜੇ ਪੈਸੇ ਪੂਸੇ ਹੋਰ ਚੀਜ਼ ਦੀ ਗੱਲ ਕਰੋ। ਪੈਸਿਆਂ ਦੀ ਕਿਹੜੀ ਗੱਲ ਹੈ, ਬਸ ਤੁਸੀਂ ਕਿਰਾਇਆ ਟਾਈਮ ਸਿਰ ਦੇ ਦਿਆ ਕਰੋ, ਬਾਕੀ ਇਹ ਘਰ ਤਾਂ ਤੁਹਾਡਾ ਆਪਣਾ ਹੈ, ਜਿਸ ਵੇਲੇ ਮਰਜ਼ੀ ਆਓ, ਜਿਸ ਵੇਲੇ ਮਰਜ਼ੀ ਜਾਓ। ਚੱਲ ਯਾਰਾ, ਤੈਨੂੰ 5 ਸਟਾਰ ਦੀ ਕਾਫੀ ਪਲੱਗ ਲਿਆਵਾਂ। ਓਕੇ ਬਾਏ। ਪੈਸੇ ਆ ਗਏ। ਯੈਸ ਮਮ। ਵਾਹਿਗੁਰੂ 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 ਵਾਹਿਗੁਰੂ। ਡਿੰਪੀ ਜੀ, ਓਏ ਹੋਏ ਹੋਏ ਹੋਏ, ਓ ਡਿੰਪੀ ਜੀ, ਓਏ ਫਿਸ਼, ਓਏ ਮੱਛੀ। ਮੱਛੀ ਨਾਲ ਹੀ ਤਾਂ ਜ਼ਿੰਦਗੀ ਅੱਛੀ ਹੈ, ਨਹੀਂ ਤਾਂ ਕੀ ਮਜ਼ਾ ਹੈ। ਕੀ ਖਿਆਲ ਹੈ ਤੁਹਾਡਾ? ਬੜਾ ਨੇਕ ਖਿਆਲ ਹੈ ਜੀ, ਯਾਦ ਹੈ ਤੂੰ ਸਾਨੂੰ, ਇਸੇ ਮੱਛੀ ਨੇ ਆਪਾਂ ਨੂੰ ਆਪਸ ਵਿੱਚ ਮਿਲਾਇਆ ਸੀ। ਹਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪਹਿਲੀ ਵਾਰੀ ਆਪਾਂ ਇੱਕ ਫਿਸ਼ ਸ਼ਾਪ ਤੇ ਮਿਲੇ ਸੀ, ਤੁਸਾਂ ਮੇਰਾ ਲਿਫਾਫਾ, ਮੈਂ ਤੁਹਾਡਾ ਲਿਫਾਫਾ ਗਲਤੀ ਨਾਲ ਚੁੱਕੇ ਲੈ ਗਈ ਸੀ। ਗਲਤੀ ਕਿਵੇਂ ਨਾ ਲੱਗਦੀ ਡਿੰਪੀ ਜੀ, ਉਦੋਂ ਤੁਸੀਂ ਐ ਹੀ ਇਤਨੇ ਬਿਊਟੀਫੁਲ ਸੋ। ਕਿਉਂ, ਹੁਣ ਮੈਨੂੰ ਕੀ ਹੋਇਆ? ਹੁਣ ਤੁਸੀਂ ਫੁੱਲ ਰਹਿ ਗਏ ਹੋ, ਬਿਊਟੀ ਤਾਂ ਕਿਤੇ ਗਾਇਬ ਹੀ ਹੋ ਗਈ ਹੈ। ਜਾਓ, ਮੈਂ ਨਾ ਬੋਲਸਾਂ ਤੁਹਾਡੇ ਨਾਲ। ਓਏ ਓਏ, ਉਹ ਜ਼ਰਾ ਮਜ਼ਾਕ ਨੂੰ ਸਮਝਿਆ ਕਰੋ ਡਿੰਪੀ ਜੀ, ਤੁਸੀਂ ਅੱਜ ਵੀ ਉਤਨੇ ਹੀ ਬਿਊਟੀਫੁੱਲ ਹੋ, ਪਰ ਜਦੋਂ ਤੁਸੀਂ ਆਪਣੇ ਹੱਥ ਨਾਲ ਅੱਸਾਂ ਨੂੰ ਇਹ ਫਿਸ਼ ਖਵਾਉਂਦੇ ਹੋ ਨਾ, ਤੇ ਧਰਮ ਨਾਲ ਬਹੁਤ ਹੀ ਸੋਹਣੇ ਲੱਗਦੇ ਹੋ। ਅੱਛਾ ਇਹ ਗੱਲ ਹੈ, ਤਾਂ ਇਹ ਫਿਸ਼ ਮੈਂ ਤੁਹਾਡੇ ਲਈ ਖਾਸ ਬਣਾਈ ਹੈ, ਚੱਕ ਕੇ ਵੇਖੋ। ਸੁ ਮਾਮੀ ਮਾਮੀ ਮਾਮੀ, ਕੀ ਗੱਲ ਹੈ ਮੋਮ ਡੈਡ, ਅੱਜ ਬੜਾ ਰੋਮਾਂਸ ਹੋ ਰਿਹਾ। ਮੈਂ ਤਾਂ ਤੇਰੇ ਡੈਡ ਲਈ ਇਹ ਬਣਾਈ ਸੀ। ਹਾਂ ਜੀ, ਹਾਂ ਹਾਂ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਜਦ ਤੁਸੀਂ ਦੋਨੋਂ ਆਪਣੇ ਰੋਮਾਂਸ ਤੋਂ ਫ੍ਰੀ ਹੋ ਜਾਓ ਨਾ, ਤੇ ਮੋਮ ਕੁਛ ਇਹੋ ਜਿਹੀ ਚੀਜ਼ ਮੇਰੇ ਖਾਣ ਨੂੰ ਭੇਜ ਦਿਓ। ਓਕੇ, ਮੈਂ ਜਾ ਰਹੀ ਹਾਂ ਆਪਣੇ ਰੂਮ 'ਚ, ਬਾਏ। ਹੁਣ ਦੱਸੋ ਕਿਹਨੂੰ ਦੇਸਾਂ, ਤੁਹਾਨੂੰ ਜਾਂ ਉਸ ਨੂੰ? ਉਸ ਨੂੰ ਦੇ, ਛੱਡ ਸੁ, ਮੇਰਾ ਤੇ ਤੁਸਾਂ ਨੂੰ ਵੇਖ ਕੇ ਢਿੱਡ ਭਰ ਗਿਆ। ਪਰ ਮੈਨੂੰ ਤਾਂ ਬੜੀ ਭੁੱਖ ਲੱਗੀ ਹੈ, ਚਲੋ ਆਪਣੇ ਹੱਥਾਂ ਨਾਲ ਹੀ ਖਵਾ ਦਿਓ। ਹਲਾ ਕਿਉਂ ਤੁਸੀਂ ਰੁਕ ਕਿਉਂ ਗਏ? ਮੈਂ ਸੋਚ ਰਿਹਾ ਸਾਂ ਡਿੰਪੀ ਜੀ, ਕਿ ਆਦਮੀ ਨੂੰ ਕਦੇ ਝੂਠ ਨਹੀਂ ਬੋਲਣਾ ਚਾਹੀਦਾ ਨਾ।
और की हाल है तेरा लाभ सिया? बस ठीक है जनाब, तुसी सुनाओ। और टल्ली चाह लिया जल्दी जनाब, खड़े खड़े थक न जान। और फिर जनाब थाना ठीक चली जाता है? और थाने नू छड्ड अज तां तेरी चाह दे दवाने बई लाभ सिया। जे मेरी सिंगड़ी नू पता लग जे कि मैं हर रोज सवेरे चाह तेरे कोल पीना, तैनू साल्या डोलू वांगू मांझ के रख दूंगा। साहब जी मेरे तो कोई गलती होगी? ओ गलती नहीं, चाह ही इन्नी वधिया बनाउणा कि मुंह ही नहीं लैंदी की पाउणा विच। ओए तुसी ये समझ लो भी चाह दे विच मैं अपने प्यार दी खंड घोल दिना। अब मन गया तेरी स्कीम नू, फिर तां मेरे तो बिना होर भी तेरी चाह दे बहुत कैल होणगे। बिल्कुल कैल नहीं, आ कैरियन जट्टा जिन्हां ने बनाई है ओ भारे जे कंग साहब पटियाले बनन तो पहला मेरी चाह जरूर पी के जांदे ने। लाभ सिया हां जी, अब पंजाबी फिल्मां ही अज कल बड़ा रौला है, बड़े पैसे इकट्ठे कर दिए कहिंदे। ओ पुछो ना सरकार, इन्हां फिल्मां ने तां वड्डे वड्डे बिल्डरां दे दिमाग खराब करते। किवें? देखो बनाउण ते लाया 4-4 करोड़ ते कमाया 24-24 करोड़, भला दसो होर किहड़े बिजनेस विचों इन्नी कमाई है? उत्तों इट्टां रेता बजरी सब मिलनों हट गया। आ जिन्ने भी कलोनियां बनाउण वाले सीगे ओ सारे दे सारे फिल्मां बनाउण लग गए जनाब। एक मिनट फोन आ गया। हाँ भाई रत्ते, हाँ मैं उत्ती आना। ओ मैनू पता है SSP साहब दी प्रॉब्लम दा, हाँ मैं सीधा उत्ती आना। चंगा भी लाभ से हाँ कैरी आन जट्टा। ओ चंगा जनाब, जट एंड जूलियट। जैन सर, जैन सर, जनाब किन्ना चिर इदा उदास बैठे रहोगे, हुण अग्गे की करना दसो। ओ जे मैनू पता होंदा की करना, मैं तेनू फोन करे कदे वास्ते बुलाउंदा? ये तो बिल्कुल ही नेर करदी है जी, उल्टी गंगा बह गई। पुलिस पहला चोरां नू फड़दी सी, हुण मोरां नू चोर पै गए। ओ मैनू तां समझ नहीं आउंदी, जे कमिश्नर साहब पुछणगे तां की जवाब देवांगे? सर हैलो, DSP तनु आहिर। अतनुआ साहब, SSP साहब कित्थे ने? सर कमिश्नर साहब का फोन है, तुहाडे बारे पुछ रहे ने। वाह भी गल कर लै, कहदे यार दौरे ते है। सर वो किसी केस के सिलसिले च बाहर दौरे ते ने जी, मैं तुहाडे लई की कर सकदा सर? ओ मैं ये पुछना सी, खजाने का पैसा कितने खजाने जमा तो नहीं कराता? खजाने का पैसा? पता नहीं सर, मैं लगता नहीं नहीं किया। गुड, ते लो अगली गल हुण ध्यान दे नाल सुनो। जी सर। खजाने च हो गई है हेरा फेरी। जी। खजानची ते कुछ मुलाजम शक दे घेरे च ने। अच्छा जी। मामला हुण चल गया CBI दे कोल, 6-7 महीने लगणगे इनक्वायरी नू। SSP नू कहना अगले 6-7 महीने टाइट सिक्योरिटी दे थल्ले ए पैसा अपने कोल रखण। तुसी फिकर ना करो सर, मैं मैसेज कन्वे कर देना। बेहतर सर, जहन सर। जनाब कमाल होगी, रब ने थोड़ी नेड़े होके सुन ली। क्यों, खजाने दा पैसा लब गया? पैसा नहीं लभ्या जी, 6 महीने दी मोहलत मिल गई। खजाने च होगी हेरा फेरी ते CBI दी इनक्वायरी 6 महीने वास्ते बैठ गई। हुण तुसी 6 महीने दे विच विच पता कर लो कि 12 करोड़ आपां कित्थों पैदा करना। तुहानूं इह हुण लास्ट हाफ दी ड्यूटी कुछ सोच के दसण। नथिया जनाब। प्रेमे जी सर। लै वी सोचो दिमाग लागे कि 6 महीने दे विच विच मैं 12 करोड़ कित्थों लियाईए। तू उधर जाके सोच। जी जनाब। तू इधर चल जनाब। तू कोठे चढ़ जा जनाब। तू टेबल थले बढ़ जा जनाब। 12 करोड़ रकम बहुत ज्यादा है बार। जनाब मैं सोच लिया जी। हाँ तुसी अपनी ड्यूटी ना बार्डर ते लगवा लो, उत्थे करोड़ों रुपए की कोकीन स्मगल हुंदी है, नाले तुहाडे ते किने शक करना है। फिर 12 करोड़ की जिन्ने मर्जी नोट छापो। शट अप। सॉरी सर। सर मैं तो कहना 4-5 ट्रक भुखी दे बारे बारे वेच दिने। ओए तू साहब नू स्मगलिंग दे केस च अंदर कराउणा चाहुंदा है? ओह पहली किन्नी टेंशन च ने, जे शकल नहीं चजदी गल तां चजदी कर लिया करो। सॉरी सर। जनाब मेरे दिमाग च एक गल आई है जी, आपां 12 करोड़ रुपया कमिश्नर साहब तो उधारा ना फड़ लिया जी। तनोए मार दे गोली इन्हां नूं। मैं मेरे बेस्ट मूर्ख मेरे पले पा रखे, कोई काम का बंदा नहीं। ऐदा ना कहो सर, काम का बंदा तुहाडे सामने बैठा सर। फिर बोल की करना। बनाउण ते लाया 4-4 करोड़ ते कमाया 24-24 करोड़। अच्छा भला दसो होर किहड़े बिजनेस विचों इन्नी कमाई है? सर आपां एक पंजाबी फिल्म ना बना लईए, अजकल पंजाबी फिल्मां बहुत पैसे कमा रही है सर।
ख्याल तेरा बड़ा नीक है यार। पर हुणे काम तेरे घर तो शुरू हो। मैं समझा नहीं जी। वो जेड़ा बोले वही कुंडा खोले। पैसे दा प्रबंध करूंगा मैं, ते फिल्म बनाएगा तू। फिल्म मैं? यस सर, मैं कदे इहो जिहा पंगा लिया नहीं जी। मैनू थोड़ा जिहा इहदे वास्ते सोचण लई टाइम दिओ जी। टेक योर टाइम। ठीक है सर। जनाब आ जिहड़ी बड्डे साहब ने थोड़ी फिल्म बनाउण वाली ड्यूटी लाती, पूरी कर लोगे जी? मैं थप्पड़ मारूंगा, एकदम मैं पहले ही टेंशन चा, उत्तों तू नन्ना पाई ने पूरी कर लोगे जी। पहले ही मेरे घर तो मरिया हुआ सप पै गया, मैनू ये नहीं समझ आती इस सप नू मैं लागे कितने सुटूंगा। साला हूंदा गड़ी गड़ मेरी। जनाब जनाब ये फिल्म वाला पंगा कितों लै लिया? हुण जिन्ना मर्जी मुलकोई फिरो सोणियो, तुहाडी स्कूटरी दा नंबर सानू बाय हार्ट याद है। चल हट परा, रोड रोमियो किसे था दा। ओ मैं सच के तेरी, चल हट दे। दे रगड़ा ते मिट जाए झगड़ा, दे रगड़ा ते मिट जाए झगड़ा। वाह जी वाह, मलाई वर्गा साग होवे ते विच मक्खन रलाया होवे ते नाल होवे मक्की दी रोटी, फेर देखी किवें प्यार नाल कैलाशो कैलाशो कर दे आंदे ने। ओ कैलाशो ओ कलेशो, नहीं कलेशो, आ देखे लून थोड़ा जा घट नहीं लगता? लून चखाण नहीं आई। मेरा नाम कलेशो नहीं कलाशो है। किन्ने बारी क्या है, मेरा नाम सही तरीके नाल लिया करो। चल जे तेनू ऐ लगता मैं तेरा नाम बिगाड़ दा, तू मेरा बिगाड़ दे। मैं थानू की कह के बुलाया करा तेनू ऐसा? तू ऐदा कर मैनू, तू मैनू धर्मेंद्र कह दिया कर। मैं कलेशो ते तुसी धर्मेंद्र, ना की गल, मेरे च थानू हेमा मालिनी नजर नहीं आती। ओ इसलिए नजर नहीं आती क्योंकि मैं बुरी तरह फसया होया, जे कर सकदी हां ता मेरी हेल्प कर दे हेमा मालिनीए। आ होई ना गल, हुण दसो गल की है? गल की है, एसएसपी साहब ने मेरी ड्यूटी फिल्म बनाउण ते लाती, ओ साडे तां कदे बुढ़िया ने फिल्म नहीं बनाई। हाय रब्बा, यानी कि हुण तुसी फिल्म बनाओगे ते मैं हीरोइन बनूंगी? बन जा तू हीरोइन, मैं हीरो बन जाना, तेरा प्यो डायरेक्ट कर दू, पैसे पुलिस दे लगे ने, उन्हां दा दवाला निकल जी। ऐवे जबलियां मारनियां बंद करो, पता चिराग लेके भी लब्भोगे ना तां भी मेरे वर्गी हीरोइन नहीं लभणी। जदों मैं तैनूं हीरोइन लैणी ही नहीं, फिर चिराग च तेल पाउण दी लोड़ की है? जाके साग च लून पाके रोटी लेके आ कलेशो। फिर कलेशो? ओ चंगा बाबा कलाशो कलाशो कलाशो। हुण ना पावे तीन वारी छड़ के चार वारी कह लो, लेकिन मैं थानू तलाक नहीं दिंदी। हद है यार, कैसी पुट्ठी खोपड़ी है, मैं तलाक का नाम नहीं लिया, ऐवें कलेश खड़ा कर लिया। कलेशो चिट्ठियां वाला काम तो पुराना है मैडम, अपना मोबाइल नंबर तो दसो। अख तेरे नाल लड़ गई है, अख तेरे नाल लड़ गई है, कच दे गलास वर्गी सोनी तेरे उत्ते मर गई है, कच दे गलास वर्गी सोनी तेरे उत्ते मर गई है। मैनू रब जेहा तू सजना, मैनू रब जेहा तू सजना, सुपने जद मिलदा मेरी भिज जांदी रूह सजना।
सुपने च जद मिलदा मेरी पिज जांदी रूह सजना कर सीधा पे दाखिल है सीधा किथे ले जाएगा आ गया मेरा घर नहीं रुक 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 रोक ना यार घर तेरा बड़ी छेती आ जांदा कल नू कॉलेज मिलते हैं ओके ओके लव यू लव यू टू ए मुंडा कौन है जी जेड़ा अपनी स्वीटी नू मोटरसाइकिल ते छड़न आया सू ए ता लफंगा लकी हैगा पंडित देवदत्त दा मुंडा मैं इना दे खानदान नू चंगी तरह जानदा हैगा जसी गल दस मैनू जे कोई मुंडा तेनू प्रपोज करे की तू हां कर देगी ओनू कमाल है पहला ता तू मैनू कदे पुछया नहीं आज पूछ लिया हुन दस दे जे कोई मुंडा मेनू प्रपोज करे ता सब तो पहले मैं अपनी मम्मी नु पुछांगी जे मम्मी कहन के हां ता हां नहीं ते फिर नहीं बेवकूफ डंगर किसे थां दी एहो जियां गल्ला मम्मी नाल थोड़ी करी दी हुंदी है ते होर फिर होर की दे ना करी दी ने अच्छा तू दस जे तेनू कोई प्रपोज करे ता तू सिद्धी हां कर देंगी ना कदे भी नहीं पावे मुंडा कॉलेज दे बाहर रोज मोटरसाइकिल लेके क्यों ना आंदा होवे आ होई ना गल वैसे भी आजकल कुड़ियां ने मोटरसाइकिल वाला मुंडा देखिया नहीं ते पिछे बैठ के फुर हो जांदियां ने पर जस्सी जेड़े मुंडे ने थानू प्रपोज किता होवे ते बेचारा कॉलेज दे बाहर खड़ा थोड़ी वेट करदा होवे ओदी थोड़ी बहुत कदर तक करनी चाहिदी है की मतलब है तेरा मतलब बाय हाय मम्मी इस वीडियो जी फेर चढ़ के चली गई ले आ गई तेरी फेवरेट शॉप ओ वाओ ओ वेट सामने खड़ी है चाची लच्छी चाची लच्छी बिना कंडे तो मच्छी मैं सदके जावा जोड़ी दे बल्ली तेनू हुणे दिन्नी आ बिना कंडे तो मल्ली पर ओ यू मीन पैसे इन द नेम ऑफ माय डियर फादर पंडित देवदत्त शर्मा राइट तू फेसबुक चेक की था प्रिया यार आजकल ताना प्रिया हां प्रिया प्लीज ਮਤਲਬ ਕਿ ਅਸੀਂ ਤਿੰਨੋਂ ਇਕੱਠੇ Which koi problem? Yeah, I don't have any problem. Okay, thank you, please. Okay. Please sit. Googly, haan. Googly, idhar mere jaan idhar. Ki hoya? Dekh bhai. Kudi kar liya apa set. Ki oh apne dono friendship karnu hai taiyar. Je yakeen nahi hota to ek minute dekh. Priya. Hi. Aa gaya yakeen? Hun kar gal. ਮੈਂ ਗੱਲ ਕੀ ਕਰਾਂ ਤੇਰਾ ਅੰਗਰੇਜ਼ੀ ਰੋਮਾਂਸ ਮੈਨੂੰ ਸਮਝ ਨਹੀਂ ਆਉਂਦਾ ਆਪਾਂ ਨੂੰ ਤਾਂ ਭਾਈ ਦੇਸੀ ਰੋਮਾਂਸ ਹੀ ਠੀਕ ਆ ਨਾ ਸਾਨੂੰ ਦੱਸ ਦੇ ਕਿਹੜਾ ਦੇਸੀ ਰੋਮਾਂਸ ਪਸੰਦ ਆ ਤੈਨੂੰ ਲੈ ਫਿਰ ਸੁਣ ਦੇਸੀ ਰੋਮਾਂਸ ਤੈਨੂੰ ਮੈਂ ਦੱਸਦਾ ਕੀ ਹੁੰਦਾ ਮੁੰਡਾ ਕੁੜੀ ਨੂੰ ਕਰੇ ਪਿਆਰ ਦੋਵਾਂ ਦੇ ਦਿਲਾਂ ਵਿੱਚ ਵੱਜਣ ਬਰਾਬਰ ਘੈਂਟੀਆਂ ਹੀਰ ਬੈਠੀ ਉੜੀ ਕਰਦੀ ਹੋਵੇ ਘਰ ਦੇ ਵਿੱਚ ਤੇ ਰਾਂਝਾ ਕੰਧ ਟੱਪ ਕੇ ਉਹਨੂੰ ਮਿਲਣ ਜਾਵੇ ਹਾਂ ਧਰਮ ਨਾਲ ਤਦ ਹੀ ਮਿਲਣ ਦਾ ਸਵਾਦ ਆਉਂਦਾ ਬਸ 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 ਇਹ ਸਭ ਨਾ ਪੁਰਾਣੇ ਜ਼ਮਾਨੇ ਦੀ ਗੱਲਾਂ ਅੱਜ ਕੱਲ੍ਹ ਤਾਂ ਸਾਰੀਆਂ ਫੇਸਬੁੱਕ ਤੇ ਲੱਗ ਜਾਂਦੀਆਂ ਨੇ ਲੱਗਦੀਆਂ ਰਹਿਣ ਪਸੰਦ ਆਪੋ ਆਪਣੀ ਖਿਆਲ ਆਪੋ ਆਪਣਾ ਵੱਡਾ ਫੇਸਬੁੱਕ ਦਾ ਰਾਂਝਾ ਠੀਕ ਆ ਬਈ ਯਾਰ ਤਾਂ ਚੱਲੇ ਆਪਣੇ ਨਵੀਂ ਹੀਰ ਕੋ ਤੇ ਤੂੰ ਪਾਣੀ 'ਚ ਬੈਠ ਕੇ ਸੋਚ ਕਿਹੜੀ ਹੀਰ ਤੈਨੂੰ ਉਡੀਕੂਗੀ ਤੇ ਕਿਹੜੇ ਘਰ ਦੀ ਕੰਧ ਤੂੰ ਟੱਪਣੀ ਹੈ ਇੰਨਾ ਚਿਰ ਹੋ ਗਿਆ ਮੈਨੂੰ ਉਡੀਕਦੀ ਨੂੰ ਪਤਾ ਨਹੀਂ ਕਿੱਥੇ ਰਹਿ ਗਿਆ ਕਹਿੰਦਾ ਸੀ 8 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਊਂਗਾ ਇੰਨੀ ਦੇਰ ਹੋ ਗਈ ਵੇਟ ਕਰਦੀ ਨੂੰ ਇੰਨਾ ਚਿਰ ਕਿੱਥੇ ਲਾਤਾ ਮੈਂ ਕੀ ਕਰਦਾ ਰਸ਼ੀਆ ਨਾ ਸੀ ਕਿਉਂ ਝੂਠ ਬੋਲਦਾ ਥੋੜ੍ਹੀ ਦੇਰ ਪਹਿਲਾਂ ਤਾਂ ਮੈਂ ਆਈ ਹਾਂ ਸੜਕਾਂ ਤਾਂ ਖਾਲੀ ਪਈਆਂ ਸੀ ਉਹ ਮੈਂ ਸੜਕ ਦੀ ਗੱਲ ਨਹੀਂ ਕਰ ਰਿਹਾ ਲੱਚੀ ਦੀ ਸ਼ੋਪ ਦੇ ਬਾਹਰ ਰਸ਼ ਸੀ
अच्छा रश कुड़ियां दा सी कि मुंडियां दा? ऑफ कोर्स कुड़ियां दा सी, मुंडियां दा हुंदा ते दो घंटे पहला ना आ जांदा। फिर आउण दी की लोड़ सी? उत्थे ही खड़ा रहिंदा? उत्थे ही खड़ा रहिंदा ते तेरे लई गर्मा गर्म मच्छी कौन लेके आउंदा? ओ माय गॉड, फिश फॉर मी? नहीं, तेरे पियो लई लियांदी। ले ले। आ बैठ। हुण फस गया ना कंडा, किन्नी वारी क्या है, आराम नाल खाया करो। ये भज नहीं चली किते, मरी हुई है। गू गू की करी जाने हो, सिद्धा कहो ना गुड़ चाहिंदा। आ लो लो खा लो। मछली ना कंडा कोई पहली बार नहीं फसया हैगा। बंदा पेट से मुक्की मार छड़े, गुड़ दे छड़े, केला दे छड़े, टिचकना करी जांदी हैगी, मरी है जोंदी है। बिना देखे कंडे वाली मच्छी मूंज पाली सू, देख के नहीं खाई जांदी। एक गल दसां डिंपी जी, तुसी आ मेकअप करके मेरे सामने ना बैठिया करो, कंडा कदी कदी इस करके भी फस जांदा हैगा। लक्की तू मेरा किन्ना ख्याल रखदा है। आप ते तू खांदा नहीं, ते मेरे लिए रोज लेके आउंदा है। तू खाण आली बन, मैं तो तेरे लिए मगरमच्छ भी फ्राई करके ले आ सकदा। अच्छा जी, हुन तू दस मैं तेरे लिए की करा। तुसी एक काम करो। की? तुसी सारे चिट्टे कपड़े पाके रखया करो। ओ क्यों? मैनू ना तुसी सारे बगलिया वर्गे लगदे हो, सारा दिन मच्छियां मगर पे रहने हो। अच्छा जी, जिवें थोड़े घर च तां कोई खांदा ही नहीं है। खांदा? राम राम, हिंदू धर्म ऐसा करम, जिसने मेरे प्यो नु फिश दा पता लग गया ना, उन्होंने सारा घर सिर ते चक लेना। ओ राम 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 राम, शकुंतला अथु, शकुंतला शकुंतला, राम 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 राम। की हो गया, क्यों का सिर ते चके है? ओ जा पहला गंगा जल लेके आ, बाद च दसंगा। राम 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 राम। आ लो गंगा जल। खोल के दिया कर इसको। राम राम राम, कर रहे हो? राम राम राम, ओ की कर रहे हो? अपने कर दे पाप तो रहे हैं। ओहो केड़े पाप? ओ जेड़ा सी मुंडा जम के कीते ने, मुंडा जम के कीते ने। ओहो की कीते हुन मेरे लक्की ने? सर्वनाश सत्यानाश, सर्वनाश सत्यानाश, सुनेगी तक डूब के मरण उची करेगा तेरा। दसोंगे भी कीता की है उन्हें? ओ मैं बाजार तो लग रहा सी, ओ मच्छी वाली लच्छी मिली, उन्हें पता की क्या की क्या उन्हें? पंडित जी पंडित जी पंडित जी, लच्छिए दूरों खड़ के गल कर हाथ ना लाई, मैंने 10 की गल है। अच्छा अच्छा, नहीं लौंदी हुण, जेब च हाथ पाके कड्डो मेरे 1235 रुपए। 1235 रुपए कादे बनाए बैठी है? मच्छी दे होर कादे? ए किवें हो सकदा है, ओ मच्छी दा ना साडे करे कोई लैंदा नहीं, शुद्ध शाकाहारी पंडतां दा परिवार, तेरी दुकान तो 10 फुट दूरों लंघदा, मच्छी किवें पहुंची मेरे घर? ओहो थोड़े घर नहीं पहुंची, ओ थोड़ा मुंडा लक्की है ना, और चड्डे दी कुड़ी वास्ते रोज मेरी दुकान तो मच्छी लेके जांदा है। ए नहीं हो सकदा, मेरा लक्की मच्छी नु हाथ नहीं ला सकदा। ना की गल है, ओ मच्छी वाले दा दिमाग खराब है? 1235 रुपए दा जेड़ा बिल बनाए बैठी है, आ लैन दे अजनो, जा मैं नहीं या ओ नहीं। ए बरखुरदार जी, चले किधर हो? मां डैड नु की हो गया? यही तो मैनू पता नहीं लगदा, पता नहीं की हो गया इना दे दिमाग नु। ओ दिमाग खराब हो गया मेरा, पागल हो गया मैं? पागल ही तो हो लक्की जी, ए कहंदे ने कि तू मच्छी नु हाथ लाउना है। ना मां, मैनू तेरी मैनू डैड दी सौ, डैड मेरा मच्छी दे नाल कोई दूर दूर दा रिश्ता नहीं। आहो आहो खा मेरी सौ, यही तो तू चाहना है कि मैं ऊपर जावां ते तू आराम नाल उस कुड़ी नाल ब्याह करा सके, यही ना? डैड तुहानू ऊपर जाण दी की लोड़ है, एक काम करो तुसी इत्थे ही रहो, ब्याह तां मैं स्वीटी नाल करा ही लैणा। सुन लै शकुंतला, जेस ने उस मासा हारे दी कुड़ी नू इस घर दी नू बनाया ते मैं घर छड़ के चला जाणागा। मैं तो सोचे सी बाहर जान गए, ए तो अंदर चले गए। सॉरी जनाब, की सोच रहे हो जी? ओ तनोए दी फिल्म बनाउण दी ड्यूटी लाई सी, उधरों कोई खबर ही नहीं आई। उधरों तो हुण खबर आउणी औखी लगदी है जनाब। क्यों, तैनू कोई डीएसपी दी काबिलियत ते शक लगदा? जनाब उन्हां दी घरवाली नाल तां बणदी नहीं, फिल्म कित्थों बना लैणगे जी? डीएसपी साहब आ गए, तेरा नमोर बना देणा प्रेम नाल जनाब।
मॉर्निंग सर। गुड मॉर्निंग। फिल्म का काम कितों तक पहुंचे है? सर गिल्ला पीण है जी, समझ नहीं आ रही शुरू कितों करा। तू ऐ कर, शुरू तो शुरू कर। यही तो समझ नहीं आ रही कि शुरू करिए कितों। तनुआ मैं सुनया फिल्म बनाने वास्ते एक डायरेक्टर होंदा है जिहड़ा फिल्म बनाउंदा है, उहदा पता कितों लगू? सर फिल्म सिनेमा च लगदी हुंदी है ते किसी सिनेमे वाले तों पता कर लैने। ते फिर मिला फोन वो पीवीआर वाले नूं। हाँ हाँ मेरे कोल नंबर है गई। बैल गई जनाब। थापर साहब। हाँ जी। मैं SSP ऑफिस चों DSP तनुआ बोल रहे हैं जी। हुकम करो तनुआ साहब। वो एक फिल्म बनाने बारे सोच रहे हैं। अच्छा। एक डायरेक्टर चाहिए। ओके। कितों मिलू? इत्थे नेड़े फार्म ते शूटिंग चल रही है। अच्छा जी। हाँ जी। हुण चल रही है? हाँ जी हाँ जी। वेरी गुड, थैंक यू थापर साहब, थैंक यू। जनाब बन गया काम, वो पंगू फार्म ते शूटिंग चल रही है, मैं बस गया ते आया। चक लिया फिर। गुड 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 मूड। जनाब किवें दर्शन दिते? डायरेक्टर नूं लैण आया। किथे ओ प्रेम? डायरेक्टर साहब तो क्रेन ते बैठे शॉट ले रहे जी, की कम उन्होंने ही? वो बाद दसांगे, पहले उन्हें थले ला। वो थले आओ। इधर आओ। प्रेम प्रेम नाल। डायरेक्टर साहब आजा 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 आजा। कट इट कट इट। क्रेन डाउन क्रेन डाउन। थले वे आजा, क्या की जाना है जनाब? ये क्या हो गया बंदा जी, इहनू डायरेक्टर कहंदे ने जी? चुप हो। डॉक्टर साहब इन्हें DSP तनुआ साहब थोनू मिलना चाहते ने। दसो जी की कम पै गया मेरे ताई थानू? वो चल के जिप्सी च बैठा, तेनू साढ़े बड़े साहब ने बुलाया। चलो ओए मैं यार सारी शूटिंग छड़ के किवें जा सकदा? ओ जे असी थाना छड़ के आ सकदा, तू शूटिंग छड़ के नहीं जा सकदा? चल गड्डी च बैठा। मलिक साहब समझाओ इन्हां नू, बहुत नुकसान हो जूगा तुहाडी फिल्म दा। DSP साहब एक मिनट। DSP साहब तुसी डायरेक्टर साहब नू ना लेके जाओ, मेरा नुकसान हो जू, तुहानू तां पता ही आओ काले तितर। मलिक सिंह फिल्म किन्नी च बन जांदी है? आही जी 3-4 करोड़। बस फिर ना तैथों 3-4 करोड़ तितर दिते जाने है ते ना मैथों खादे जाने है, गल इत्थे टकी रहण दे। ओ चलो तेरे मालक नाल राजीनामा हो गया, चल गड्डी च बैठा। चलो जाओ महाराज। पैक अप। चल प्रेम। ओह गॉड। जहन सर। जनाब आज चक लेंदा डायरेक्टर जा, यही आ सारे पुआड़ियां दी जड़। तनोए सॉरी सर। दरअसल डायरेक्टर साहब असी भी एक फिल्म बनानी चाहुंदे आ। कोई गल नहीं सर, मैं अपनी फिल्म दी शूटिंग पूरी कर लवां, उस बाद तुहाडी फिल्म शुरू कर दिंदे आ। ना 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 ना, साडी फिल्म तो पहला हुण कोई होर फिल्म नहीं मन देनी असी। ऐ किवें होजू जी, मैं तां बॉम्बे तो टॉप दे मुंडे कुड़ियां मंगवाई बैठा हॉट एंड सैक्सी आइटम सॉन्ग करन वास्ते। जनाब ये करते हैं लोगों ने धीं भैन खराब, ना पहला रेप घट होंगे ने जिहड़े तुसीं हरेक फिल्म च सैक्सी आइटम सॉन्ग ठोकी जांदे रहिंदे हो। असल विच डायरेक्टर साहब साडी हैगी मजबूरी, असी अपनी फिल्म 6 महीने विच पूरी करनी है ते तुसीं उस तो पहले किसी होर फिल्म का पंगा ना लिओ। ओ जनाब फिल्म लई एक स्टोरी की लोड़ हुंदी है, तुहाडे कोल कहानी हैगी आ? ओ फिल्मां तूं बनाउणा, कहानियां साथों भालदा, तेरे कोल कोई कहानी है नहीं? ओ मैं डायरेक्टर हाँ, कहानियां नहीं लिखदा, तुसीं कहानी लभ लो, जदों तुहानूं कहानी लभ गई मैनूं बुला लिओ, मैं आ जाऊंगा। हुण मैं चलदा। एक मिनट डायरेक्टर साहब। तनोए जी सर, यार अपना मुंशी रोज़ इन्नियां FIR लिखदा, उहदे कोल कोई कहानी नहीं होगी? मैं पुछ लैना जी, अपने कोल तां घर घर दी कहानी पई हुंदी है। कर गल फिर उहदे नाल। चलो डायरेक्टर साहब आओ, थोनू मलाइए थाने दे कहानीकार नाल। आजो 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 आजो। जैन सर जाके बार बैठ, तेरी रिपोर्ट असी बाद च लिखांगे। हां अच्छा जनाब सुनया। हां मुंशी। जहन जनाब। जहन जहन। जनाब अज किवें दर्शन दिते जी? ओ आपा बना रहे एक फिल्म जी, ते हैगा फिल्म दा डायरेक्टर जनाब, ते फिल्म वास्ते चाहिदी एक कहानी। मुंशी तू तो हर रोज FIR लिखदा है, कोई वधिया जी कहानी कढ जनाब। ढेर लग्या पिया, फड़ाओ मुंडिया NRI दी कहानी। आ देखी हुण मुंशी दा कमाल। आ लो जनाब। आ लो जनाब NRI दी कहानी है। NRI कहानियां नाले पंजाबी फिल्मां कहिंदे बाहरले मुल्कां चलदियां। आ NRI मुंडा बाहरों आया इत्थे आके कुड़ी नाल व्याह करा लिया, एक महीना इत्थे रहा, शिमले दे पाइन ग्रोव होटल च हनीमून मनाया, इत्थों मुड़ के फिर कनेडा वापस चला गया, हजे तक कागज नहीं भेजे, 2 साल हो गए कुड़ी कागजां वास्ते विलकी जांदी है। ओए अंब वर्गी कुड़ी सी, गुठली बना के तर गया। टाइटल बहुत वधिया, जट एंड जूलियट वांगू, अंब एंड गुठली। क्रेडिट। मुंशी
ਤੈਨੂੰ ਸਮਝ ਨਹੀਂ ਆਈ? ਉਹ ਦੇ ਰਸੂਲਪੁਰ ਵਾਲੀ ਕਹਾਣੀ। ਹਾਂ ਹਾਂ ਹਾਂ, ਹਰ ਰਸੂਲਪੁਰ ਵਾਲੀ ਲਓ ਜੀ। ਰਸੂਲਪੁਰ ਵਾਲਾ ਸਾਡੇ ਕੋਲ ਦੇਸੀ ਕੇਸ ਵੀ ਹੈਗਾ। ਆਹ ਰਸੂਲਪੁਰ ਦਾ ਮੁੰਡਾ ਕੁੜੀ ਆਪਸ ਪਿਆਰ ਕਰਦੇ ਸੀ, ਵਿਆਹ ਕਰਾਉਣਾ ਚਾਹੁੰਦੇ ਸੀ। ਮੁੰਡੇ ਦੇ ਚਾਚੇ ਨੇ ਕੁੜੀ ਦੀ ਚਾਚੀ ਮਾਰਤੀ। ਲੈ, ਕੁੜੀ ਦੇ ਮਾਮੇ ਦੇ ਮੁੰਡੇ ਨੇ ਜਦੋਂ ਵੀ ਮੁੰਡੇ ਦੇ ਫੁੱਫੜ ਤੇ ਹਮਲਾ ਕੀਤਾ, ਉਦੋਂ ਨੂੰ ਇਲੈਕਸ਼ਨ ਅਨਾਊਂਸ ਹੋ ਗਈਆਂ। ਮੇਰੀ ਡਿਊਟੀ ਸਾਹਿਬ ਨੇ ਉੱਧਰ ਲਾਤੀ। ਮੈਨੂੰ ਲੱਗਦਾ ਮੁਨਸ਼ੀ ਵੀ ਨਹੀਂ ਫੋਲੋ ਕਰ ਸਕਿਆ, ਮੁੰਡਾ ਕੁੜੀ ਨੂੰ ਕੱਢ ਕੇ ਲੈ ਗਿਆ। ਕਿੰਨੀ ਵਧੀਆ ਸਟੋਰੀ ਆ, ਕੈਰੀ ਔਨ ਜੱਟਾ ਵਾਂਗੂ, ਕੈਰੀ ਔਨ ਮੁੰਡਾ। ਕੈਰੇਟ ਟੋਟਲੀ ਐਨ ਜੀ। ਉਹ ਜਨਾਬ, ਐਫ ਆਈ ਆਰ ਫਿਲਮਾਂ ਦੀਆਂ ਕਹਾਣੀਆਂ ਨਹੀਂ ਹੁੰਦੀਆਂ, ਉਹ ਫਿਲਮ ਲਿਖਣ ਵਾਲਾ ਬੰਦਾ ਹੋਰ ਹੁੰਦਾ। ਤੇ ਉਹਨੂੰ ਕੋਈ ਅੰਬ ਲੱਗੇ ਹੁੰਦੇ ਆ? ਤੂੰ ਸਾਡੇ ਸਾਹਮਣੇ ਸਾਡੇ ਮੁਨਸ਼ੀ ਦੀ ਬੇਇੱਜ਼ਤੀ ਕਰੀ ਜਾਂਦਾ। ਜਨਾਬ, ਤੁਸੀਂ ਮੈਨੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਇਹ ਕੰਮ ਤੁਹਾਡਾ ਮੁਨਸ਼ੀ ਨਹੀਂ ਕਰ ਸਕਦਾ। ਅੱਛਾ, ਫਿਲਮਾਂ ਦੇ ਵਿੱਚ ਐਕਸ਼ਨ ਹੁੰਦਾ ਹੈ, ਸਕਰੀਨ ਪਲੇ ਹੁੰਦਾ, ਇਮੋਸ਼ਨਸ ਹੁੰਦੇ ਆ, ਫਿਰ ਇਹ ਕੌਣ ਕਰੂਗਾ? ਉਹ ਕਿਹੜੀ ਖੁੱਡ 'ਚ ਰਹਿੰਦਾ ਦੱਸ ਦੇ, ਉੱਥੋਂ ਕੱਢ ਲਿਆਉਂਦੇ ਹਾਂ। ਹਾਂ, ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਸਟੋਰੀ ਰਾਈਟਰ ਨਾਲ ਮਿਲਾਉਣਾ। ਇਸ ਬਹਾਨੇ ਵਿਆਹ ਵਿੱਚ ਮੇਰੀ ਵੀ ਹਾਜ਼ਰੀ ਲੱਗ ਜੂ। ਨੱਥਿਆ ਜੀ ਜਨਾਬ, ਪ੍ਰੇਮ ਜੀ, ਐਕਸ਼ਨ। ਸੌਰੀ, ਆਮ ਲੇਟ। ਇੱਕ ਘੰਟਾ ਹੋ ਗਿਆ ਲੱਕੀ ਮੈਨੂੰ ਵੇਟ ਕਰਦੀ ਨੂੰ। ਕਿੱਥੇ ਰਹਿ ਗਏ ਸੀ? ਦੱਸ ਹੁਣ ਕਿਉਂ ਬੁਲਾਇਆ ਮੈਨੂੰ? ਕਮਾਲ ਹੈ, ਆਪ ਹੀ ਟਾਈਮ ਦੇ ਕੇ ਆਪ ਹੀ ਪੁੱਛੀ ਜਾਨੀ। ਤਬੀਅਤ ਤਾਂ ਠੀਕ ਹੈ ਤੇਰੀ? ਕੁਛ ਡਿਸਟਰਬ ਜੀ ਲੱਗਦੀ, ਕੀ ਗੱਲ? ਡਿਸਟਰਬ ਤਾਂ ਹਾਂ ਲੱਗੀ। ਜੇ ਕਿਤੇ ਘਰਦਿਆਂ ਨੂੰ ਪਤਾ ਲੱਗ ਗਿਆ ਕਿ ਮੈਂ ਤੈਨੂੰ ਮਿਲਣ ਲੇਕ 'ਤੇ ਆਈ ਹਾਂ, ਉਹਨਾਂ ਨੇ ਤਾਂ ਮੈਨੂੰ ਫਿਸ਼ ਵਾਂਗੂ ਫਰਾਈ ਕਰ ਦੇਣਾ। ਤਾਂ ਮੇਰਾ ਨੰਬਰ ਆਪਣੇ ਨਾਲ ਹੀ ਲਾ ਲਈ, ਮੈਂ ਇਕੱਲਿਆ ਇੱਥੇ ਰਹਿ ਕੇ ਕੀ ਕਰਨਾ? ਅੱਛਾ, ਇੰਨਾ ਪਿਆਰ ਕਰਦਾ ਤੂੰ ਮੈਨੂੰ? ਜੀਵਨ ਸਾਥੀ ਬਣ ਕੇ ਦੇਖ ਲੈ, ਆਪੇ ਪਤਾ ਲੱਗ ਜੂ। ਜੇ ਨਾ ਬਣਾ ਫਿਰ? ਕੋਈ ਗੱਲ ਨਹੀਂ, ਆਪਾਂ ਤੇਰੀ ਸਹੇਲੀ ਨੂੰ ਬਣਾ ਲਾਂਗੇ। ਜਾਨ ਕੱਢ ਦੂ ਥੋੜੀ ਦੋਵਾਂ ਦੀ, ਇੰਨੀ ਤਾਂ ਨੌਬਤ ਹੀ ਨਹੀਂ ਆਉਣ ਦੇਣੀ। ਮੈਨੂੰ ਪਤਾ ਲੱਗਿਆ ਹੈ, ਸਾਡੀ ਸਰਕਾਰ ਆਪਣੀ ਸਹੇਲੀ ਦੇ ਵਿਆਹ ਤੇ ਜਾ ਰਹੀ ਹੈ। ਹਾਂ, ਜਾ ਰਹੀ ਹਾਂ, ਫਿਰ? ਬਸ ਉੱਥੇ ਸਾਡੇ ਕੋਲ ਕੋਲ ਰਹਿਣਾ, ਤੁਹਾਡੀ ਦੂਰੀ ਸਾਡੇ ਕੋਲੋਂ ਸਹੀ ਨਹੀਂ ਜਾਣੀ। ਓ ਮਾਈ ਗੋਡ, ਤੂੰ ਵੀ ਉੱਥੇ ਆ ਰਿਹਾ? ਜਿੱਥੇ ਚੱਲੇਂਗੀ ਚੱਲੂਗਾ ਨਾਲ ਤੇਰੇ। ਬਸ ਟਿਕਟਾਂ ਦੋ ਲੈ ਲਈ। ਇੱਕ ਲਓ, ਦੋ, ਇੱਕ, ਮੈਂ ਕਿਹਾ ਦੋ, ਦੋ, ਇੱਕ, ਦੋ, ਇੱਕ। ਉਧਰ ਜਿੱਧਰ ਵੇਖਾਂ ਵੇਖਣ ਯੋਗ ਨਜ਼ਾਰੇ।
नची तू जद गिद्दे दे विच नची तू जद गिद्दे दे विच नची कोई गई हनेरी आ ढोल वजदा ढोल बजदा चलो आप अपने घरे चलो चलो जनाब की गल होगी जी ओ बाज दसांगे हां ओ थोड़े जो फिल्म गाउन लिखदा होए केड़ा होए ओ कौन की हुंदा जनाब मैं कादे वास्ते आया तुहाडे नाल मैं दसदा ओ खड़ा जेड़ा फिल्मा लिखदा मिल लो आ जा डायरेक्टर साहब कौन साडे तो फिल्म लिखाउणी चाहुंदा लफ्ज़ां दे जादूगर बलदेव जखमी दी कीनू पैगी लोड़ थानेदार साहब ਤੁਸੀਂ ਓਏ ਡੀਐਸਪੀ ਸਾਹਿਬ ਨੂੰ ਥਾਣੇਦਾਰੀ ਆਕੀ ਜਾਣਾ ਚੱਲ ਵੀ ਰਾਈਡਰਾ ਥਾਣੇ ਤੈਨੂੰ ਦਿਖਾਈ ਅਸਲੀ ਪੁਲਿਸ ਐ ਕਿਵੇਂ ਤੁਸੀਂ ਲੈ ਜਾਓਗੇ ਮੈਨੂੰ ਥਾਣੇ ਮੈਨੂੰ ਥਾਣੇ ਲਿਜਾਣ ਵਾਸਤੇ ਰੈਸਟੋਰੈਂਟ ਹੈਗੇ ਲਿਆ ਦਿਖਾਓ ਲੈ ਫੜ ਭਾਰੀ ਤਾਂ ਨਹੀਂ ਕੁਛ ਹੋਰ ਵੀ ਚਾਹੀਦਾ ਯਾਰ ਡਾਕਟਰ ਸਾਹਿਬ ਹੋ ਕੀ ਜਾਂਦਾ ਹੈ ਪੁਲਿਸ ਫਿਲਮਾਂ ਬਣਾਉਣ ਤੇ ਉਤਰ ਆਈ ਐ ਓਏ ਉਹਦਾ ਪਾਣਾ ਮੰਨ ਲੈ ਜੇ ਤੇਰੀ ਭਲਾਈ ਐ ਸੁਖਨਾ ਯਾਰ ਤੂੰ ਦਿਹਾੜਾ ਤਾਂ ਦੇਖ ਅੱਜ ਕੀ ਐ ਸਾਡੇ ਤੇ ਤਰਸ ਕਰੋ ਜਨਾਬ ਮਸਾਂ ਮਸਾਂ ਮੇਰੀ ਧੀ ਦਾ ਵਿਆਹ ਹੋਇਆ ਜੀ ਸਾਡੇ ਨਾਲ ਧੱਕਾ ਨਾ ਕਰੋ ਜਨਾਬ ਓ ਤੂੰ ਗੱਲ ਫਾਜ਼ਿਲਾ ਸਭ ਠੀਕ ਕਹਿੰਦੇ ਆ ਸਰ ਅੱਜ ਹੀ ਸਾਡੇ ਰਾਈਟਰ ਭਰਾ ਦਾ ਵਿਆਹ ਏ ਅੱਜ ਹੀ ਤੁਸੀਂ ਇਹਨੂੰ ਲੈ ਜਾਓਗੇ ਇਹਦਾ ਬਣੂਗਾ ਕੀ ਸੋਚੋ ਸਰ ਦਿਲ ਤੇ ਹੱਥ ਰੱਖ ਕੇ ਸੋਚੋ ਉਸ ਵਿਚਾਰੀ ਦਾ ਬਣੂਗਾ ਕੀ ਰਾਣੋ ਰਾਣੋ ਤੂੰ ਮੇਰੇ ਤੋਂ ਬਗੈਰ ਰਹਿ ਲੇਗੀ ਕੋਈ ਗੱਲ ਨੀ ਜੀ ਤੁਸੀਂ ਲਾ ਆਓ 5-7 ਦਿਨ ਅੰਦਰ ਮੈਂ ਸਾਰ ਲੂੰਗੀ ਓ ਜਖਮੀ ਤੇਰੇ ਨਾਲ ਤਾਂ ਤੇਰੀ ਜਨਾਨੀ ਅਕਲਮੰਦਾ ਓਏ ਉਹਨੂੰ ਇਹ ਤਾਂ ਪਤਾ ਨਾ ਕਿ ਪੁਲਿਸ ਦੀ ਇੱਜ਼ਤ ਕਰੀ ਦੀ ਕਿਵੇਂ ਹੁੰਦੀ ਹੈ ਨਥਿਆ ਹਾਂਜੀ ਇਹਨੂੰ ਆਪਣੇ ਵਾਲੀ ਡੋਲੀ 'ਚ ਬਿਠਾਓ ਚੱਲ ਖੜਾ ਹੋ ਜਖਮੀ ਓਏ ਇੱਥੇ ਦਿਲ ਵਾਲੇ ਦੁਲਹਨੀਆਂ ਨਹੀਂ ਬਣਾ ਰਿਹਾ ਵੱਡਾ ਓ ਲੈ ਚੱਲ ਓਏ ਚਲੋ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹਨੇ ਸਾਡੀ ਗੱਲ ਨਾ ਮੰਨੀ ਨਾ ਤੇਰੀ ਇਹ ਤਾਂ ਮੰਨਾ ਹੀ ਪੂਰੀ ਕਰ ਦਾਂਗੇ ਹੇ ਜਖਮੀ ਢੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ ਦਿਲਾਂ ਦੇ ਕੋਲ ਕੋਲ ਵੱਜਦਾ ਢੋਲ ਵੱਜਦਾ ਇਹ ਗਾਣਾ ਬੜਾ ਸੋਹਣਾ ਕਿੱਥੋਂ ਸਿੱਖ ਕੇ ਆਈ ਹੈ ਇਸਨੇ ਗਾਣਾ ਨਹੀਂ ਗੁਣਗੁਣਾਇਆ ਐ ਤੇ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਰਹੀ ਹੈਗੀ ਕੀ ਹੋ ਗਿਆ ਕੀ ਕੀਤਾ ਮੇਰੀ ਸਵੀਟੀ ਨੇ ਇਸਨੇ ਮੇਰਾ ਨੱਕ ਤਾਂ ਛੋੜਿਆ ਸੁਣ ਨਾ ਇਸ ਨੂੰ ਸਵੀਟੀ ਸਵੀਟੀ ਨਾ ਆਖਿਆ ਕਰ ਐ ਤੇ ਮੇਰੀ ਸ਼ਹਿਰ ਦੀ ਪੁੜੀ ਹੈਗੀ ਡੈਡ ਕੀ ਹੋ ਗਿਆ ਤੁਹਾਨੂੰ ਕੀ ਕੀਤਾ ਸੁ ਇਹਨੇ ਕਿਉਂ ਮੇਰੀ ਕੁੜੀ ਦੇ ਮਗਰ ਪਏ ਹੋ ਐ ਉਸ ਨਿਕੰਮੇ ਲੱਕੀ ਦੇ ਨਾਲ ਰਾਨੋ ਦੇ ਵਿਆਹ ਵਿੱਚ ਛਾਲਾ ਮਾਰ ਮਾਰ ਨੱਚ ਰਹੀ ਸੀ ਪੁੱਛ ਇਸ ਨੂੰ 3-4 ਛਾਲਾ ਮਾਰੀਆ ਸੁ ਕਿ ਨਹੀਂ ਇਸਨੇ ਸਵੀਟੀ ਤੇਰੇ ਡੈਡ ਕੀ ਕਹਿ ਰਹੇ ਨੇ ਤੂੰ 3-4 ਛਾਲਾ ਮਾਰੀਆ ਸੁ ਨਹੀਂ ਮਮ ਮੈਂ ਇੱਕੋ ਹੀ ਛਾਲ ਮਾਰੀ ਸੀ ਇੱਕ ਨਹੀਂ ਇਸਨੇ 3-4 ਛਾਲਾ ਮਾਰੀਆ ਸੁ ਲਫੰਗਾ ਲੱਕੀ ਇਸ ਨੂੰ ਕਿਵੇਂ ਇੱਥੇ ਆ ਕੇ ਮਿਲ ਸੀ ਹਾਂ ਤੂੰ ਕੌਣ ਹੈ ਬਈ ਅਸੇਰੇ ਬਣੀ ਇੱਥੇ ਬੈਠਾ ਹੀ ਕਰਦਾ ਸਰ ਜੀ ਮੈਂ ਤਾਂ ਡਾਇਰੈਕਟਰ ਹਾਂ ਜੀ ਫਿਲਮਾਂ ਲਿਖਦਾ ਹਾਂ ਆ ਤੁਹਾਡੇ ਬੰਦਿਆਂ ਨੇ ਮੇਰਾ ਵਿਆਹ ਵੀ ਨਹੀਂ ਹੋਣ ਦਿੱਤਾ ਪਹਿਲਾਂ ਹੀ ਚੱਕ ਲਿਆ ਉਹ ਨਥਿਆ ਇਹਨੂੰ ਕੋ ਚੱਕ ਲਿਆ ਕੀ ਕਰਾਉਣਾ ਸੀ ਇਹ ਤੋਂ ਜਨਾਬ ਆਪਣੀ ਫਿਲਮ ਦੀ ਕਹਾਣੀ ਵੀ ਇਹੀ ਲਿਖੂਗਾ ਜੀ ਡਾਇਰੈਕਟਰ ਸਾਹਿਬ ਨੂੰ ਚਾਹੀਦਾ ਸੀ ਇਹ ਆਪਣੇ ਬੰਦਿਆਂ ਨੂੰ ਸਮਝਾਓ ਜੀ ਮੈਨੂੰ ਤਾਂ ਸੁਹਾਗਰਾਤ ਵਾਲੇ ਕਮਰੇ 'ਚ ਵੀ ਨਹੀਂ ਵੜਨ ਦਿੱਤਾ ਉਤਨ ਓਏ ਜੀ ਸਰ ਯਾਰ ਇੱਕ ਰਾਤ ਤਾਂ ਠਹਿਰ ਜਾਂਦੇ ਜਨਾਬ ਇਹ ਤਾਂ ਆਪਾਂ ਨੂੰ ਦੁਆਵਾਂ ਦੇਊਗਾ ਵੀ ਬਚ ਗਿਆ ਅੱਜ ਕੱਲ੍ਹ ਸੁਹਾਗਰਾਤਾਂ ਬਹੁਤ ਕੰਪਲੀਕੇਟਡ ਹੋ ਰਹੀਆਂ ਜਨਾਬ ਰਾਈਟਰ ਸਾਹਿਬ ਅਸੀਂ ਇੱਕ ਫਿਲਮ ਬਣਾਉਣੀ ਚਾਹੁੰਦੇ ਹਾਂ ਸਾਨੂੰ ਉਹਦੇ ਵਾਸਤੇ ਇੱਕ ਰੋਬਦਾਰ ਜੀ ਕਹਾਣੀ ਚਾਹੀਦੀ ਹੈ ਜਨਾਬ ਕਹਾਣੀ ਲਿਖਣ ਨੂੰ 2-3 ਮਹੀਨੇ ਲੱਗ ਜਾਂਦੇ ਮੈਂ ਥੱਪੜ ਮਾਰੂੰਗਾ
दो तीन महीने तू हफ्ते दस दिन की गल कर छेती लिखाउणी होर की है तां मैनू ठंडा जिहा माहौल दिओ ठंडा जिहा पार्क प्लाजा मेरा कमरा बुक करो मैं अपना काम शुरू करा पार्क प्लाजे वाली बुद्धि है पार्क प्लाजा सर पार्क प्लाजा का एक रात का 15,000 रुपया किराया ये तो बर्बाद कर दूंगा 15 दिन च फिर तेनों अपने को यहोजी केड़ी ठंड जगह जिथे बिठाई आपां इहनू यार अपने को ठंडा माहौल कोई गल नहीं जनाब तुसी मेरे ते छड़ दिओ इहदी ठंडी जगह का इंतजाम मैं सोच लिया जी चल उठोए तेरी शिमले च कुर्सी डाइए प्रेम जनाब इहनू मेरे नाल लैके आओ ठीक है जी चल हुण बाजे नूं ठीक ना सुणे तेनूं तुरन मर दो यार तेनूं मैं दस्सां What the hell you are doing? एक ता साला अंग्रेजी बोलता मारो दस बात भी नहीं लैन दिंदा मारो दस बात भी नहीं आउंदा मारो दस बात भी नहीं आउंदा Victor, believe me, I murdered that serpent, but not his brother. तेरी मैं करता हूँ तो फैसले ही राम जा दिया कहानी लिखण वास्ते ठंडे जे माहौल दी लोड़ है ते इस थाने च तेरे सैल तो ठंडी जगह होर कोई नहीं क्यों भी बलदेव जखमी वधिया लग्गिया साडा बर्फ पलाजा ना कह के मरना शमशेर जी उधर पखा ला दे इधर भी कुर्सी ला दे जी जनाब ला भी कुर्सी ते बैठ भावे बर्फ ते बैठ हुण मैनू ए दस दे भी कहानी लिखण नू टाइम किन्ना लगू ए जनाब तुसी मेरे ते छड़ दियो मैनू लगदा बर्फ दी स्लीप पिघलण तों पहलां पहलां कहानी पूरी कर दूंगा हुण बनाउणा तेरी करनी बोल ला चल प्रेमिया पियो भी ना मारो लकी स्वीटी लकी की होया रो क्यों रही है लकी मेरे डैड ने मैनु चुबारे च बंद कर देता ओ मच्छी वाली लच्छी ने डैड नु सब कुछ दस देता लकी डैड छड़ पावे सारी दुनिया साडे प्यार दी दुश्मन हो जावे सानू दोहां नु कोई अलग नहीं कर सकता ना मैनू इत्थे कोई आउण रोक सकदा है ना तेनू मच्छी खाणो रोक सकदा है लेखा सच्ची लकी मैनू बहुत भुख लगी हुई सी दिलां नू दिलां दी राह हुंदी है मैं जानता सी इसलिए लेके आया लेखा अज जब तुसी स्वीटी नू चुबारे च बंद किया तो मैनू अपने दिन याद आ गए तुहानू याद है मेरे दार जी ने जब तुहाडे नाल मिलण नू रोकिया सी तो मैनू भी चुबारे च बंद कर दिता सी तुसी मैनू पाइप राही चढ़ के मिलण आए सी याद है मैनू तू अपने प्यो दे चुबारे विच बैठी रोई जांदी सी पहला मैनू तुसी रोंदी नू चुप कराया फिर मैनू फिश खवाई एक मिनट ਇਹ ਜਿਹੜਾ ਬਲੈਕ ਐਂਡ ਵਾਈਟ ਸੀਨ ਤੂੰ ਮੈਨੂੰ ਸੁਣਾ ਰਹੀ ਹੈਗੀ ਹੈ ਇਹ ਕਲਰ ਵਿੱਚ ਉੱਪਰ ਚੁਬਾਰੇ ਵਿੱਚ ਵੀ ਤੇ ਹੋ ਸਕਦਾ ਕੀ ਮਤਲਬ ਅੰਕਲ ਜੀ ਤੁਹਾਡੇ ਘਰ ਦੇ ਸਾਹਮਣੇ ਲੱਕੀ ਦੇ ਮੋਟਰਸਾਈਕਲ ਦੀ ਚਾਬੀ ਮਿਲੀ ਚਾਬੀ ਕੀ ਪਤਾ ਅੰਕਲ ਉੱਪਰ ਚੁਬਾਰ ਕੀ ਹੋਵੇ ਕੀ ਪਤਾ ਨਹੀਂ ਪੁੱਤਰ ਉਹ ਉੱਥੇ ਹੀ ਹੋ ਸੀ ਚਲੋ ਚੱਲ ਕੇ ਵੇਖਦੇ ਹਾਂ ਚਲੋ ਪ੍ਰਭਜੋਤ ਅੰਮ੍ਰਿਤਪਾਲ ਤੁਸੀਂ ਵੀ ਆਓ ਆਪਣੇ ਪੇਰੈਂਟਸ ਨੇ ਆਪਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਲੱਗਦਾ ਘਰੋਂ ਭੱਜਣਾ ਪਊ ਓ ਮਾਈ ਗੋਡ ਆਪਾਂ ਸੱਚੀ ਘਰੋਂ ਭੱਜਾਂਗੇ ਹਾਂ ਸਵੀਟੀ ਆਫ ਕੋਰਸ मैं भजन देसा तेनू ओ जल्दी खोलो जी कुड़ी भज जाएगी भज के डर जाएगी चल छेती छेती कपड़े पाला अपने बैग च इस तू बिना कोई रास्ता नहीं चल मैं तक कद्दा बैग पैक करी बैठी हूं आ वेख कद तू कहे कद मैं तेरे नाल भजा ताला भी नहीं खुल रहा की करा मैनू लगता है चाबी फस गई है की कदे कट्टा फस जांदा है कदे ताले दी चाबी फसा लैंदे हो चल प्रभजोत जल्दी कर जल्दी हर सिमरन जल्दी करो अपने अंकल दी हेल्प करो जल्दी नाला किचन दे मेरी सुथन खोल छड़ी के खुल गया सुटी किथे गई आते ते आई नहीं किधर गई प्रभजोत तू बाथरूम विच वेख अमृतपाल तू बालकनी विच चाबी किथे रही चाबी है नहीं उधर वेख स्वीटी जल्दी कर जल्दी स्वीटी रुक जा स्वीटी ला वेख ला सुन अपनी आंखां दे नाल ਕਹਿੰਦੀ ਸੀ ਇੱਕੋ ਛਾਲ ਮਾਰੀ ਸਸੂ ਉਹ ਵੇਖ ਲੱਕੀ ਦੇ ਨਾਲ ਕਿਵੇਂ ਛਾਲਾਂ ਮਾਰ ਮਾਰ ਭੱਜੀ ਜਾਂਦੀ ਹੈਗੀ ਪਰ ਮੁੰਡਾ ਤੁਹਾਡੇ ਨਾਲੋਂ ਤੇਜ਼ ਲੱਗਦਾ
ਓ ਭਾਈ ਡੀਜ਼ਲ ਇੰਜਨ ਤੇ ਇਲੈਕਟ੍ਰਿਕ ਇੰਜਨ ਵਿੱਚ ਕੁਝ ਤੇ ਫਰਕ ਹੁੰਦਾ ਨਾ ਡਿੰਪੀ ਜੀ ਅੰਕਲ ਆਂਟੀ ਤੁਸੀਂ ਕਿਉਂ ਜਾ ਗੱਲਾਂ ਕਰੀ ਜਾਂਦੇ ਹੋ ਕਿਉਂ ਭਾਈ ਕੀ ਗੱਲ ਹੈ ਲੱਕੀ ਆਪਣੀ ਸਵੀਟੀ ਨੂੰ ਪਜਾ ਕੇ ਲੈ ਗਿਆ ਅੰਕਲ ਜੀ ਮੰਗਾ ਸਾਹਿਬ ਤੁਸੀਂ ਕਦੋਂ ਆਏ ਬਸ ਥੋੜ੍ਹੀ ਦੇਰ ਪਹਿਲਾਂ ਰੰਗੀ ਨੂੰ ਕੰਮ ਸੀ ਕੋਈ ਉੱਪਰ ਗਿਆ ਬੜੇ ਠਾਠ ਬਾਠ ਹੋ ਗਏ ਤੁਹਾਡੇ ਆ ਸੋਨੇ ਦੀ ਚੇਨ ਸੋਨੇ ਦਾ ਕੜਾ ਰੇਵਨ ਸ਼ੇਵਨ ਨਵੀਂ ਗੱਡੀ ਵੀ ਕਢਾ ਲਈ ਹੈ ਬਸ ਐਂ ਆ ਸ਼ਿੰਗਾਰਾ ਸਿੰਘ ਜੀ ਹਾਂ ਟਾਈਮ ਬਦਲਦਿਆਂ ਦੇਰ ਨਹੀਂ ਲੱਗਦੀ ਉਹ ਤਾਂ ਠੀਕ ਹੈ ਪਰ ਤੁਸੀਂ ਇਕਦਮ ਫਰਸ਼ ਤੋਂ ਅਰਸਤੀ ਚਲੇ ਗਏ ਇਹੋ ਜੀ ਕਿਹੜੀ ਗਿੱਦੜ ਸਿੰਘੀ ਲੱਗ ਗਈ ਹੱਥ ਸਾਨੂੰ ਵੀ ਦੱਸ ਦਿਓ ਯਾਰ ਉਹ ਤੁਸੀਂ ਅੰਬ ਖਾਓ ਸ਼ਿੰਗਾਰਾ ਸਿੰਘ ਜੀ ਐਵੇਂ ਪੇੜ ਗਣਨ ਦੀ ਲੋੜ ਨਹੀਂ ਹੋਰ ਕੋਈ ਸੇਵਾ ਤਾਂ ਦੱਸੋ ਸੇਵਾ ਹੋਈ ਤਾਂ ਜ਼ਰੂਰ ਦੱਸਾਂਗੇ ਦੱਸੂ ਪਰ ਥੋੜਾ ਪਿਆਰ ਨਾ ਸ਼ਿੰਗਾਰਾ ਸਿੰਘ ਜੀ ਜ਼ੋਰ ਜ਼ਬਰਦਸਤੀ ਬਿਲਕੁਲ ਨਹੀਂ ਜ਼ੋਰ ਜ਼ਬਰਦਸਤੀ ਕਾ ਵੀ ਆ ਚੱਲੀਏ ਹੁਣ ਐਵੇਂ ਇੰਨਾ ਮਗਜ ਮਾਰਨ ਲੱਗ ਪਿਆ ਇੰਨੀ ਮਹਿੰਗੀ ਗੱਡੀ ਕਰਦੇ ਕੀ ਫਿਰਦੇ ਯਾਰ ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਇਹਨਾਂ ਦੀ ਵੀਰੇ ਹਾਂ ਤੂੰ ਇੱਥੇ ਖੜਾ ਕੀ ਸੋਚੀ ਜਾਂਦਾ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਭੈਣੇ ਇੰਨੀ ਛੇਤੀ ਬੰਦੇ ਦੇ ਦਿਨ ਨਹੀਂ ਬਦਲ ਸਕਦੇ ਇੰਨਾ ਨੰਗਾ ਕੋਲੇ ਏਡੀ ਮਹਿੰਗੀ ਗੱਡੀ ਕਿੱਥੋਂ ਆ ਗਈ ਓਹੋ ਮੋਟਰਸਾਈਕਲ ਵੇਚ ਕੇ ਖਰੀਦ ਲਈ ਹੋਣੀ ਹੈ ਓਏ ਮੋਟਰਸਾਈਕਲ ਵੇਚ ਕੇ ਫਾਰਚੂਨਰ ਗੱਡੀ ਆਜੂ ਹੋਰ ਹੀ ਗੱਲਾਂ ਕਰਦੀ ਰਹਿਣੀ ਹੈ ਅੱਜ ਮਹੀਨੇ ਬਾਅਦ ਸ਼ਕਲ ਦੇਖੀ ਇਹਨਾਂ ਦੀ ਅੱਗੇ ਤਾਂ ਇਹ ਕਮਰੇ 'ਚੋਂ ਨਿਕਲਦੇ ਨਹੀਂ ਸੀ ਹੁੰਦੇ ਤੇ ਹੁਣ ਹੁਣ ਇਹਨਾਂ ਦਾ ਇੱਥੇ ਜੀ ਨਹੀਂ ਲੱਗਦਾ ਤੈਨੂੰ ਕੀ ਪਤਾ ਬਿਨ ਤੇਰੇ ਲੱਗਦਾ ਨਾ ਮੇਰਾ ਜੀ ਤੈਨੂੰ ਕੀ ਪਤਾ ਬਿਨ ਤੇਰੇ ਲੱਗਦਾ ਨਾ ਮੇਰਾ ਜੀ ਹੋ ਜੋ ਤੇਰੇ ਬਿਨ ਹੋਵੇ ਆਖਰੀ ਉਹ ਦਿਨ ਹੋਵੇ ਹੋ ਜੋ ਤੇਰੇ ਬਿਨ ਹੋਵੇ ਆਖਰੀ ਉਹ ਦਿਨ ਹੋਵੇ ਪਲ ਪਲ ਸਾ ਮੰਗਦੇ ਦੁਆ ਤੇਰੀ ਗੱਲ ਹੋਵੇ ਬਸ ਮੇਰੇ ਵੱਲ ਹੋਵੇ ਹਾਂ ਜੋ ਤੇਰੀ ਗੱਲ ਹੋਵੇ ਬਸ ਮੇਰੇ ਵੱਲ ਹੋਵੇ ਪਲ ਪਲ ਸਾਂ ਮੰਗਦੇ ਦੁਆ ਅਰਮਾਨ ਹੋਵੇ ਓ ਮੇ
जान होवे तेरा अरमान होवे ओ मेरा जान होवे पल पल सा मंग दे दुआ प्रेम यार कुड़ी इन्हां दी भज्जी है अपनी नी कोई गल नहीं भुगतणगे ते हुण ऐ जिद्दू मैं अंदर जाके रिपोर्ट लिखवाई है ओ चड्या रिपोर्ट तैनू लिखवानी आंदी है मैं भी रिपोर्ट लिखवा सकदा मैं डीएसपी कोल जावांगा मैं एसपी कोल जावांगा ओ मैं डीएजी कोल जावांगा ओ मैं डीजीपी कोल जावांगा ओ मैं सीएम कोल जाके साले पहले तुसीं आदे घर नूं जाओ है नहीं ठाणे च कोई छुट्टी है मंत्री साहब ने जा भज्जो इथों ओ सुणे थोनू जाओ चलो भज्जो इथों प्रेम प्रेम नाल यार कानू यार कानून दे सामने उच्ची बात गल करदे ने मैं इथों नहीं आजा कुछ देखा जांदा चल आ जा हुण तू तू बहुता तत्ता ना होया कर यार नहीं यार तैनू तां ओ सच प्रेम यार रिपोर्ट तां इन्हां ने मुंशी नूं लिखाउणी सी आपां उही पूंछ नूं अग ला के बह गए अपनी लंका तां नहीं पुग जू किते किवें मतलब अपने सिर ते गल तां नहीं आजू ओ ना ना इन्हां ने तां रिपोर्टें लिखाउणी आ धक्के धुक्के जे खा के फेर आ जाणगे वैसे भी लड़ाई वधी हुई आ दुआरे पक्का आउणगे चल आपां फिर चाह दी कुट पी आईए आ जा फिर चलिए की होया राइटर साहब बड़े परेशान नजर आ रहे हो की दसा प्रोफेसर तारा सिंह जी पुलिस ने मेरी ड्यूटी फिल्म लिखन ते ला दी मैनू समझ नहीं लग रहा की लिखा की ना लिखा तुसी फिल्मा बनाउण वाले असल जिंदगी तो कोहां दूर तुरे फिरते रहिंदे हो हर इंसान की जिंदगी एक खुली किताब है उसनू पढ़न की कोशिश क्यों नहीं करते तुसी अपनी दुख भरी कहानी मैनू सुना दिओ शायद उहदे चों मैनू कुछ मिल जाए यू नो व्हाट हैपेंड टू मी आई फील हर्ट व्हेन पुलिस इज टॉर्चिंग मी लाइक दिस आई वाज नेवर अगेंस्ट माय डॉटर्स आउटकास्ट मैरिज व्हाई पंचायत हैज मर्डर्ड माय डॉटर आई कैन नेवर फॉरगेट दैट ऑनर किलिंग प्रोफेसर साहब मैं तुहाडा दुख समझदा पर यह सब जो तुसी कह रहे हो ना मैनू पंजाबी च बोल के लिखा दिओ क्योंकि फिल्म पंजाबी च बन रही है लिख फिर मेरे खून विच कलम डुबो के मेरे दुख भरी दास्तां लिख जनाब फिल्म का राइटर मिलन आया जी कहिंदा उहदी कहानी पूरी होगी बुलाओ बुलाओ जल्दी अंदर उहनू जी जनाब सर आओ आओ बैठो थैंक यू सुनिया राइटर साहब साडी फिल्म की कहानी पूरी हो गई बस जनाब किसी की हड बीती परदे ते पेश होण जा रही है फिर यह कहो ना कि परदे ते कोई वड्डा जलवा होण जा रहा है सर ਫਿਲਮਾਂ ਦੇ ਜਲਵੇ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗਦੇ ਨੇ ਫਿਰ ਕੀ ਨਾਂ ਰੱਖਿਆ ਸਾਡੀ ਫਿਲਮ ਦਾ ਮੁਜਰਮ ਤਾਰਾ ਸਿੰਘ ਦੇ ਦੁੱਖਾਂ ਤੇ ਬੰਨ ਵਾਲੀ ਫਿਲਮ ਦਾ ਨਾਮ ਹੋਏਗਾ ਇੱਕ ਤਾਰਾ ਬੋਲੇ ਗੁੱਡ ਗੁੱਡ ਵੈਰੀ ਗੁੱਡ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਮੈਂ ਕਿਹਾ ਜੀ ਸੁਣਦੇ ਨੇ
ਵਿਆਹ ਤੋਂ ਬਾਅਦ ਤੈਨੂੰ ਹੀ ਸੁਣਿਆ, ਹੋਰ ਤਾਂ ਤੂੰ ਕਿਸੇ ਨੂੰ ਬੋਲਣ ਦਿੱਤਾ ਹੀ ਨਹੀਂ। ਅੱਛਾ ਮੇਰੀ ਗੱਲ ਸੁਣੋ ਜੀ, ਆਪਾਂ ਜਿਹੜੀ ਫਿਲਮ ਬਣਾ ਰਹੇ ਹਾਂ ਉਹਦਾ ਨਾਮ ਕੀ ਰੱਖਿਆ? ਤੇਰੇ ਜੰਮਣ ਤੋਂ ਪਹਿਲਾਂ ਤੇਰੀ ਮਾਂ ਤੈਨੂੰ ਕੀ ਕਹਿ ਕੇ ਬੁਲਾਉਂਦੀ ਸੀ? ਲੈ, ਜੰਮਣ ਤੋਂ ਪਹਿਲਾਂ ਵੀ ਕੋਈ ਕਿਸੇ ਦਾ ਨਾਮ ਰੱਖਦਾ ਹੁੰਦਾ? ਬਸ ਫਿਰ ਉਹ ਜਿਹੜਾ ਤਾਂ ਰਾਈਟਰ ਵੀਰ ਬਰਫ਼ ਦੀ ਸਿੱਲੀ ਕੋਲੇ ਬੈਠਾ ਲਿਖ ਰਿਹਾ ਹੈ, ਉਹਦੀ ਕਹਾਣੀ ਤਾਂ ਪੂਰੀ ਹੋ ਲੈਣ ਦੇ, ਪਹਿਲੀ ਫਿਲਮ ਦੀ ਭਰੂਣ ਹੱਤਿਆ ਕਰਨ ਨੂੰ ਫਿਰਦੀ ਹੈ। ਜੀ ਮੇਰੀ ਗੱਲ ਸੁਣੋ ਨਾ, ਆਪਣੀ ਫਿਲਮ ਦਾ ਟਾਈਟਲ ਨਾ ਕੋਈ ਵਧੀਆ ਜਿਹਾ ਰੱਖਿਓ, ਐਵੇਂ ਨਾ ਹੋਰ ਕਿਤੇ ਮੇਰੀ ਬੇਇੱਜ਼ਤੀ ਹੋ ਜਾਵੇ। ਤੁਹਾਡੇ ਟੱਬਰ ਨਾਲੋਂ ਚੰਗੇ ਆ, ਨਾਮ ਰੱਖਣਾ ਆਉਂਦਾ। ਇੱਧਰ ਦੇਖ ਲਓ, ਕਲਾਸ਼ੋ ਤੇ ਕਲੇਸ਼ੋ ਦੇ ਚੱਕ ਚ ਫਸਾ ਕੇ ਰੱਖਤਾ ਮੈਨੂੰ। ਆ ਫੜ ਜੈਨ ਸਰ। ਉਹ ਧਨਵਾ ਸਾਹਿਬ, ਥਾਣੇ ਚੱਕ ਕੇ ਲੱਡੂ ਵੰਡੇ, ਆਪਣੀ ਫਿਲਮ ਦੀ ਕਹਾਣੀ ਪੂਰੀ ਹੋ ਗਈ। ਉਹ ਅੱਛਾ ਜੀ, ਕਮਾਲ ਕਰਤੀ ਰਾਈਟਰ ਨੇ, ਹੈ ਮੈਨੂੰ ਤਾਂ ਲੱਗਦਾ ਸੀ ਅਜੇ 5-7 ਦਿਨ ਹੋਰ ਲਓ। ਆ ਲੱਗਦੇ ਆ, ਤੁਹਾਨੂੰ ਫਿਲਮ ਦਾ ਨਾਮ ਵੀ ਦੱਸ ਦਿਓ ਜੀ, ਮੈਂ ਕਲੇਸ਼ੋ ਦਾ ਕਲੇਸ਼ ਮੰਗਾਇਆ ਵਾਂ। ਓਏ, ਆਪਣੀ ਫਿਲਮ ਦਾ ਨਾਂ ਹੈ ਇੱਕ ਤਾਰਾ ਬੋਲੇ। ਵੈਰੀ ਗੁੱਡ ਸਰ। ਜੈਨ ਸਰ, ਮੈਂ ਆਇਆ ਆਇਆ ਸਰ। ਜੀ ਦੱਸੋ ਨਾ, ਨਾਮ ਕੀ ਰੱਖਿਆ? ਤੇਰਾ ਬਾਪੂ ਬੋਲੇ। ਸਰ, ਆ ਲਿਆਂਦਾ ਫਿਲਮ ਦਾ ਡਾਇਰੈਕਟਰ ਜੀ। ਆਓ ਜੀ ਡਾਇਰੈਕਟਰ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਆਪਣੀ ਫਿਲਮ ਦੀ ਕਹਾਣੀ ਪੂਰੀ ਹੋ ਗਈ ਹੈ ਤੇ ਹੁਣ ਫਟਾਫਟ ਫਿਲਮ ਬਣਾਉਣੀ ਸ਼ੁਰੂ ਕਰੋ। ਉਹ ਸਰ, ਇੱਦਾਂ ਥੋੜਾ ਫਿਲਮਾਂ ਬਣਦੀਆਂ ਨੇ ਜਿੱਦਾਂ ਤੁਸੀਂ ਸੋਚਦੇ ਹੋ ਨਾ। ਹੋਰ ਕਿਵੇਂ ਫਿਲਮਾਂ ਬਣਦੀਆਂ? ਤੂੰ ਕਹਾਣੀ ਮੰਗੀ ਸੀ, ਆ ਪਈ ਆ ਕਹਾਣੀ। ਅਜੇ ਕਹਾਣੀ ਪੂਰੀ ਹੋਈ ਹੈ, ਸ਼ੂਟਿੰਗ ਦਾ ਸਾਰਾ ਸਮਾਨ ਲਿਆਓ, ਐਕਟਰ ਇਕੱਠੇ ਕਰੋ, ਕੈਮਰਾ ਹਾਇਰ ਕਰੋ, ਤਾਂ ਜਾ ਕੇ ਸ਼ੁਰੂ ਹੋਊਗੀ ਫਿਲਮ। ਨਾ ਜਿਹੜੀਆਂ ਚੀਜ਼ਾਂ ਤੂੰ ਕਹੀ ਜਾਂਦਾ ਇਹ ਚਾਹੀਦੀਆਂ ਵੀ ਆ ਕਿ ਐਵੇਂ ਜਬਲੀਆਂ ਮਰੀ ਜਾਂਦਾ? ਇਹ ਸ਼ੂਟਿੰਗ ਦਾ ਸਾਰਾ ਸਮਾਨ ਚਾਹੀਦਾ ਜਨਾਬ ਜੀ, ਤੁਸੀਂ ਮੇਰਾ ਯਕੀਨ ਕਿਉਂ ਨਹੀਂ ਕਰਦੇ? ਉਹ ਨਹੀਂ ਨਹੀਂ, ਕਰਾਂਗੇ ਯਕੀਨ ਤੇਰਾ, ਬੰਦਾ ਤਾਂ ਤੂੰ ਠੀਕ ਲੱਗਦਾ। ਚੱਲ ਤੂੰ ਲਿਸਟ ਬਣਾ ਕੇ ਦੇ, ਮੈਂ ਲਾਉਣਾ ਕਿਸੇ ਡਿਊਟੀ। ਟਾਈਮ ਟਾਈਮ ਦੀ ਗੱਲ ਆ ਮਿੱਤਰਾਂ, ਟਾਈਮ ਟਾਈਮ ਦੀ ਗੱਲ ਆ, ਟਾਈਮ ਟਾਈਮ ਦੀ ਗੱਲ ਆ ਮਿੱਤਰਾਂ, ਟਾਈਮ ਟਾਈਮ ਦੀ, ਟਾਈਮ ਟਾਈਮ ਦੀ ਗੱਲ ਆ। ਉਹ ਧਨਵਾ ਜੀ ਸਰ, ਇਹ ਕੋਈ ਕੰਮ ਕਰਨ ਦਾ ਤਰੀਕਾ? ਆ ਗੱਡੀ ਪਹਿਲਾਂ ਸਾਫ਼ ਕਿਉਂ ਨਹੀਂ ਕੀਤੀ ਹੋਏ? ਸਰ 2 ਮਿੰਟ ਹੋਰ ਦੇ ਦਿਓ ਜੀ, ਮੈਂ ਸ਼ੀਸ਼ੇ ਵਾਂਗੂ ਚਮਕਾ ਦੂੰਗਾ ਜੀ। ਨਾ ਪਹਿਲਾਂ ਕਿਉਂ ਨਹੀਂ ਚਮਕੀ? ਜਨਾਬ ਪਹਿਲਾਂ ਮੈਂ ਤੁਹਾਡੇ ਬੱਚਿਆਂ ਨੂੰ ਸਕੂਲ ਛੱਡਣ ਚਲਾ ਗਿਆ ਸੀਗਾ ਜੀ। ਓਏ, ਉਹ ਵੀ ਜ਼ਰੂਰੀ ਹੈ, ਇਹ ਵੀ ਜ਼ਰੂਰੀ ਹੈ। ਹਾਂਜੀ, ਇੱਕ ਫਿਲਮ ਸਾਲਿਆਂ ਤੋਂ ਬਣਦੀ ਨਹੀਂ, ਗੱਲਾਂ ਜਿੰਨੀਆਂ ਮਰਜ਼ੀ ਮਰਵਾ ਲਓ। ਗੱਲ ਸੁਣ ਲਾ ਮੇਰੀ ਓਏ, ਪਹਿਲਾਂ ਤਾਂ ਤੈਨੂੰ ਮੈਂ ਬਣਾਇਆ DSP ਤਾਂ ਹੌਲਦਾਰ, ਹੁਣ ਸਿੱਧਾ ਡਿਸਮਿਸ ਕਰੂੰਗਾ। ਜਨਾਬ ਆ ਕੰਮ ਨਾ ਕਰਦੇ ਜੀ, ਮੇਰੇ ਬੱਚੇ ਭੁੱਖੇ ਮਰ ਜਾਣਗੇ ਜੀ। ਉਹ ਜਨਾਬ ਕੀ ਹੋ ਗਿਆ ਜੀ? ਮੈਂ ਥੱਪੜ ਮਾਰ ਕੇ ਮੂੰਹ ਭੰਨ ਦੂੰ, ਸਾਲਾ ਕੀ ਹੋ ਗਿਆ ਦਾ? ਸਾਹਿਬ ਜੀ ਮੈਂ ਕੀ ਕੀਤਾ? ਮੈਂ ਕੀ ਕੀਤਾ? ਆ ਰੂਹ ਅਫਜ਼ੇ ਦਾ ਗਲਾਸ ਭਰ ਕੇ ਤੇਰੇ ਮੂੰਹ ਤੇ ਮਾਰਾਂ, ਤੈਨੂੰ ਪਤਾ ਲੱਗ ਜੇ ਕਿ ਭੈੜਾ ਸੁਪਨਾ ਹੁੰਦਾ ਕੀ ਹੈ। ਜਾ ਮੇਰੇ ਲਈ ਜ਼ਿਆਦਾ ਕੱਪ ਲੱਗਿਆ। ਰੂਹ ਅਫਜ਼ਾ ਪੀਣ ਤੋਂ ਪਹਿਲਾਂ ਸੌਂ ਆਪ ਕੇ ਗੁੱਸਾ ਮੇਰੇ ਤੇ ਕੱਢੀ ਜਾਂਦੇ ਨੇ। ਚੰਗਾ ਜਨਾਬ, ਲਿਆਇਆ ਜੀ। ਜਾ ਜਾ। ਬਕਵਾਸ ਬੰਦ ਕਰੋ। ਹਾਂ ਦੱਸੋ ਕੀ ਗੱਲ ਹੈ? DSP ਸਾਹਿਬ ਜੀ, ਇਹਨਾਂ ਦਾ ਲੜਕਾ ਜੀ ਅਸਾਂ ਦੀ ਸਵੀਟੀ ਨੂੰ ਬਚਾ ਕੇ ਲੈ ਗਿਆ। ਉਹ ਜੋ ਇਹ ਕਹਿ ਰਹੇ ਨੇ ਜਨਾਬ, ਉਹਨੂੰ ਉਲਟਾ ਕਰ ਲਓ। ਓਏ ਉਲਟਾ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਕਰ ਲੂੰਗਾ, ਵਿੱਚੋਂ ਦੱਸੋ ਗੱਲ ਕੀ ਹੈ। ਉਹ ਸਾਹਿਬ ਜੀ ਗੱਲ ਕੋਈ ਖਾਸ ਨਹੀਂ ਜੀ, ਇਹ ਬੰਦੇ ਪਹਿਲਾਂ ਵੀ ਆਏ ਸੀ, ਇਹਨਾਂ ਦੇ ਮੁੰਡਾ ਕੁੜੀ ਬਸ ਘਰੋਂ ਭੱਜੇ ਨੇ ਜੀ। ਅੱਛਾ, ਇਹ ਦੱਸੋ ਇਹ ਮੁੰਡਾ ਕੁੜੀ ਬਾਲਗ ਨੇ? ਹਾਂ ਜੀ। ਫਿਰ ਤੁਸੀਂ ਕਿਉਂ ਰੌਲਾ ਪਾਈ ਜਾਂਦੇ ਹੋ? ਘਰੇ ਜਾ ਕੇ ਸੌਂ ਜਾਓ, ਆਪ ਹੀ ਘੁੰਮ ਫਿਰ ਕੇ ਮੁੜੇ ਆਉਣਗੇ। ਜੇ ਮੇਰੇ ਘਰੇ ਇਹੋ ਜਿਹੀ ਕੁੜੀ ਪੈਦਾ ਹੋਈ ਹੁੰਦੀ ਨਾ, ਮੈਂ ਉਹਦਾ ਗਲਾ ਦਬਾ ਕੇ ਉਹਨੂੰ ਉੱਥੇ ਹੀ ਮਾਰ ਦੇਣਾ ਸੀ। ਐ ਵੇਖ ਲਓ ਸਾਹਿਬ ਜੀ, ਤੁਸਾਂ ਦੇ ਸਾਹਮਣੇ ਮੇਰੀ ਧੀ ਦਾ ਮਰਡਰ ਪਲਾਨ ਹੋ ਰਿਹਾ। ਅੱਛਾ ਬੋਏ, ਓਏ ਬਕਵਾਸ ਬੰਦ ਕਰੋ। ਤੁਸੀਂ ਇਦਾਂ ਕਰੋ, ਆਪੋ ਆਪਣੇ ਮੁੰਡਾ ਕੁੜੀ ਦੀਆਂ ਨਾ ਫੋਟੋਆਂ ਸਾਨੂੰ ਦੇ ਜਾਓ ਤੇ ਤਿੱਤਰ ਹੋ ਜਾਓ। ਅਸੀਂ ਪਹਿਲਾਂ ਹੀ ਬਹੁਤ ਦੁਖੀ ਆ, ਜਦੋਂ ਕੋਈ ਇਹਨਾਂ ਦੀ ਇਨਫੋਰਮੇਸ਼ਨ ਮਿਲੀ। ਆ ਲਓ ਜੀ, ਤੁਹਾਨੂੰ ਦੱਸ ਦਾਂਗੇ। ਆ ਲਓ ਜੀ, ਹਾਂ ਦਫਾ ਹੋ ਜਾਓ, ਤੂੰ ਦਫਾ ਹੋ ਪਹਿਲੇ। ਚੱਲ ਦੇ ਦਤਨਾ ਕੱਲਾ ਮਤ। ਬਸ ਬਸ ਬਸ, ਜਸਪਾਲ ਤੂੰ ਆ ਸਮਾਨ ਕੋਲ ਖੜ, ਮੈਂ ਜਰਾ ਸਾਹਿਬ ਨੂੰ ਦੱਸ ਕੇ ਆਉਣਾ, ਠੀਕ ਹੈ? ਧਿਆਨ ਰੱਖੀ। ਤੂੰ ਪਰਵਾਹ ਨਾ ਕਰ, ਮੈਂ ਦੇਖਦਾ। ਓ ਜਨਾਬ, ਆ ਤੁਸੀਂ ਗਰਮ ਗਰਮ ਚਾਹ ਪੀ ਕੇ ਠੰਡੇ ਹੋ ਕਰਾਂ, ਅੱਜ ਤੁਹਾਡਾ ਮੂਡ ਬਹੁਤ ਖਰਾਬ ਹੈ ਜੀ। ਜੈ ਹਿੰਦ ਜਨਾਬ। ਉਹ ਤੇਰਾ ਕੌਣ ਭੱਜ ਗਿਆ ਹੁਣ? ਮੇਰਾ ਤਾਂ ਕੋਈ ਨਹੀਂ ਭੱਜਿਆ, ਜੇ ਤਾਂ ਮੈਂ ਹੀ ਭੱਜਿਆ ਫਿਰਦਾ। ਹਾਂ ਦੱਸ। ਉਹ ਆਪਣਾ ਡਾਇਰੈਕਟਰ ਨੇ ਜਿਹੜਾ ਸਮਾਨ ਕਿਹਾ ਸੀ ਸ਼ੂਟਿੰਗ ਦਾ, ਉਹਦਾ ਟਰੱਕ ਭਰ ਕੇ ਲੈ, ਕਿੱਥੇ ਢੇਰੀ ਕਰਾਂ ਜੀ ਫਿਰ? ਤੇ ਢੇਰੀ ਕਰਨ ਨੂੰ ਸਾਲਿਆ ਨਾਸਿਕ ਤੋਂ ਗੰਡਿਆਂ ਦਾ ਟਰੱਕ ਲੈਂਦਾ? ਉਹ ਡਾਇਰੈਕਟਰ ਨੂੰ ਬੁਲਾ, ਉਹਨੂੰ ਪਤਾ ਕਿੱਥੇ ਧਰਨਾ ਹੈ ਸਿਆਪਾ। ਬਿਹਤਰ ਜਨਾਬ। ਇਹ ਵਾਲਾ ਵੀ ਨਹੀਂ। ਜਨਾਬ ਡਾਇਰੈਕਟਰ ਸਾਹਿਬ ਆਉਣ ਵਾਲੇ ਨੇ, ਸਮਾਨ ਕੋਲੇ ਚੱਲੀਏ ਜੀ। ਹਾਂ ਹਾਂ, ਚਲੋ ਜੀ, ਆਓ ਜੀ, ਹੁਣ ਆ ਗਿਆ। ਹੈਲੋ।
हाँ दस क्यों फोन किया? धनवा साहब अज घर आते हुए ना अंब का चार लेंदे आयो। की गल अंब का चार की करना है? ओही बस जी जिया करदा सी खाण नू। ओ नींबू दा कट के खा ला। समझिया करो ना अंब दा अचार ही चाहिदा बिकॉज आई एम प्रेग्नेंट। ओ उच्ची बोल सुनिया नी। इसलिए के मेरे पैर भारी हो गए ने। आई हुण समझ। ओ जे पैर भारी हो गए चाके सिर ते रख ला। मैं दस की करा बाद गल करदे। चल चल बाहर दे। आओ जी बुद्धू ना होवे ता छेती करो छेती। खासा हुंदा जगाड़ जा। हां तुझे गड़ जे बजो साहब खड़े ने साडे जनाब। हां आ गया जी पंजाबी फिल्म दा सुभाष कई करो गल। आ गया भी तेरा शूटिंग दा समान जा ला हुण छेती छेती फिल्म शुरू कर दे। आए किवें शुरू हो जू फिल्म? क्यों पहले सिंगर ता लेके आओ। कमाल है यार फिल्मां वास्ते एक्टर चाहिदे हुंदे ने ते सिंगरां तो तू टिंडियां लैणियां ने। ए जनाब पंजाबी फिल्म है। हां ए च एक्टर होण ना होण सिंगर बिना नहीं बणदी। यार पहला तेनू कहानी चाहिदी सी फिर तैं राइटर मंग लिया। ओ तो बाद तेरे समान दा रौला पै गया ते हुण तू कहना मैनू सिंगर चाहिदे ने। थोड़े चिर नू कहेंगे नचण वाली कुड़ी दा प्रबंध भी असीं करिए। असीं तां इसे काम ते रह गए फिर। हैं हां जोड़े थोड़े मोरे हाथ मेरी आखरी डिमांड करो पूरी तुहाडी फिल्म बणावां अपना खाना छड़ावां। ओ चल फिर इह दस दे हुण भी इह सिंगर मिलू कित्थे? ओ मैं दसदा लिया की आ तेरे कोले। आ ओहदा कार्ड है। हां छेती जाओ उहने बाहर जाणा है। बाहर तां नहीं होणे जांदा अंदर जरूर हो जू। प्रेमिया जनाब तू इहदा ख्याल रख मैं लियाउणा सिंगर नू जाके। ठीक है जी। नथिया जी चल मेरे नाल ओए। बों 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 चलिया मरीके ओ वरते कई ने तरीके ओ यारां दा लग गया पिज़्ज़ा भई उत्थे खांगे पिज़्ज़ा। बों बों ओए नचण टपणा बंद कर सामणे डीएसपी साहब खड़े ने। इहने जी बाबू तनी सिंह। मिस्टर बों बों तेरा फ्यूचर दा की प्लान है? कुछ नहीं एक एल्बम मेरी हिट हो चुकी है ते एक दी तैयारी चल रही है ते यूट्यूब ते लखां लोग मैनू फॉलो कर रहे हैं। भौं भौं मैं ये नहीं पूछा। मैं पूछा तेरा आज शाम दा की प्लान है? कुछ नहीं ऐसो पासपोर्ट कैरी करना वाशिंगटन चले जाना ते उसे ओबामा ब्रो मैनू लैन आएगा। जे ओबामा तो पहला तेनू असी थाने लै चलिए फिर की ख्याल है? लाइक मैं कुछ समझा नहीं। ਇਹ ਸਾਰਾ ਕੁਝ ਤੈਨੂੰ ਸਾਡਾ ਡਾਇਰੈਕਟਰ ਮਿਲ ਕੇ ਸਮਝਾਊਗਾ। I got it. ਯਾਨੀ ਕਿ ਤੁਹਾਡਾ ਡਾਇਰੈਕਟਰ ਮੈਨੂੰ ਮਿਲਣਾ ਮੰਗਦਾ। ਮੈਂ ਇੱਕ ਵਾਰੀ ਓਬਾਮਾ ਬਰੋ ਨੂੰ ਮਿਲਿਆ ਵਾਂ ਫਿਰ ਤੁਹਾਡੇ ਡਾਇਰੈਕਟਰ ਨੂੰ ਵੀ ਮਿਲ ਲਾਂਗੇ। ਉੱਥੋਂ ਦੀ ਪੁਲਿਸ ਮੇਰੀ ਬੜੀ ਫੈਨ ਆ ਨਾ। ਗੱਲ ਸੁਣ ਲੈ ਸਾਡੇ ਡਾਇਰੈਕਟਰ ਨੂੰ ਮਿਲਣ ਤੋਂ ਪਹਿਲਾਂ ਤੂੰ ਓਬਾਮੇ ਬਰੋ ਨੂੰ ਨਹੀਂ ਮਿਲ ਸਕਦਾ ਹੁਣ। ਚੱਲ ਸ਼ਾਬਾਸ਼। ਮੇਰੇ ਸ਼ੋਅ ਕੈਂਸਲ ਹੋ ਜਾਣਗੇ ਪ੍ਰਮੋਟਰ ਮੇਰੇ ਜੁੱਤੀਆਂ ਮਾਰੇਗਾ। ਉਹ ਤੇਰੀ ਕਿਸਮਤ ਜੁੱਤੀਆਂ ਹੀ ਲਿਖੀਆਂ ਭਾਵੇਂ ਇੱਥੇ ਖਾ ਲਾ ਭਾਵੇਂ ਉੱਥੇ ਖਾ ਲਈ। ਲਖਾ ਸਿੰਘ ਜੀ ਤੁਸੀਂ ਮੇਰੇ ਵੱਲ ਕੀ ਵੇਖੀ ਜਾਂਦੇ ਹੋ? ਇਹਨਾਂ ਨੂੰ ਕੁਝ ਸਮਝਾਉਂਦੇ ਕਿਉਂ ਨਹੀਂ? ਬਾਂ ਬਾਂ ਉਹ ਜਿਵੇਂ ਕਹਿੰਦੇ ਕਰੀ ਚੱਲ ਨਹੀਂ ਤਾਂ ਜਿਹੜੇ ਤੇਰੇ ਸਿਰ ਤੇ ਐਂਟੀਨੇ ਚ ਲੱਗਿਆ ਨਾ ਇਹ ਪਾ ਦੇਣਗੇ। ਗੱਲ ਸੁਣੋ ਮੈਂ ਚਾਹੁੰਦਾ ਸੀ ਮੈਂ ਨਾ ਬੋਲਾਂ ਸਾਹਿਬ ਆਪ ਹੀ ਸਾਂਭ ਲੈਣਗੇ। ਘੰਟਾ ਹੋ ਗਿਆ ਉਹਨਾਂ ਦਾ ਦਿਮਾਗ ਖਾਈ ਜਾਂਦੇ ਨੂੰ ਚਪੇੜ ਮਾਰੂ ਮੈਂ। ਸੋਲਾ ਕਿਸੇ ਮੋਰਨੀ ਦਾ ਬੱਚਾ ਜਾ ਚੱਡਣੇ ਉਹ ਮੇਰਾ ਵੀਜ਼ਾ ਐਕਸਪਾਇਰ ਹੋ ਜਾਏਗਾ। ਓਏ ਇਦੋਂ ਪਹਿਲਾਂ ਤੇਰੀ ਐਕਸਪਾਇਰੀ ਡੇਟ ਆ ਜੇ ਨਾ ਚੁੱਪ ਕਰਕੇ ਠਾਣੇ ਤੁਰ ਪੈ। ਚੱਲ ਚੱਲ ਠਾਣੇ ਚੱਲ ਚੱਲ ਉਹ ਤੁਰਦਾ ਬਣ ਕਿਹੜਾ ਬਿਲੀਅਨ ਬਿਲੀਅਨ ਤੇਰਾ ਮੇਰਾ ਨੁਕਸਾਨ ਹੋ ਜਾਏਗਾ ਸਾਡਾ ਮੁੰਡੇ ਨੂੰ ਫੋਨ ਕਰ ਦੂੰਗਾ। ਚੱਲ 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 ਜਾਏਗਾ ਹੁਣੇ ਆਫਿਸ ਪਹੁੰਚੇ ਦੀ ਬੈਠਣੀਆਂ ਦਾ ਪੰਜਾਬੀ ਫਿਲਮ ਦਾ ਆਪਣੀ ਦਾ ਕੰਮ ਸ਼ੁਰੂ ਹੋ ਜਾਊਗਾ ਜਲਦੀ ਜੀ। ਉਹ ਡਾਇਰੈਕਟਰ ਜੀ ਨੂੰ ਇੱਕ ਸਿੰਗਰ ਚਾਹੀਦਾ ਸੀ ਉਹ ਚੱਕ ਲੈਂਦਾ ਸਰ। ਠੀਕ ਹੈ ਸਰ ਬਹੁ ਬਹੁ ਮੇਰਾ ਮਤਲਬ ਜੈਨ ਸਰ। ਜਨਾਬ ਤੁਸੀਂ ਸਮਝਦੇ ਕਿਉਂ ਨਹੀਂ ਮੈਨੂੰ ਐਕਟਿੰਗ ਦਾ ਊੜਾ ਆੜਾ ਵੀ ਨਹੀਂ ਆਉਂਦਾ ਯਕੀਨ ਕਰੋ ਨਾ। ਬਹੁ 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 ਉਹ ਗੱਲ ਸੁਣੋ ਬਹੁ ਬਹੁ ਮੈਂ ਤਾਂ ਯਕੀਨ ਕਰ ਲੂੰਗਾ ਆ ਡਾਇਰੈਕਟਰ ਕਹਿੰਦਾ ਪੰਜਾਬੀ ਸਿੰਗਰ ਬਿਨਾਂ ਫਿਲਮ ਹੀ ਨਹੀਂ ਬਣ ਸਕਦੀ ਮੈਂ ਦੱਸ ਕੀ ਕਰਾਂ ਇਹਦੇ ਨਾਲ ਗੱਲ ਕਰ ਕਰ ਜਾ ਕਰ ਓਏ। ਉਹ ਬਹੁ ਬਹੁ ਸਿੰਘ ਜੀ ਬਹੁ ਬਹੁ ਮੈਂ ਹੀ ਭੇਜਿਆ ਸੀ ਤੁਹਾਡੇ ਕੋਲ ਇਹਨਾਂ ਨੂੰ। ਉਹ ਯਾਰ ਮੇਰੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕਰ ਉਹ ਨਾ ਕਰੀ ਇਹਨਾਂ ਨੂੰ ਪਲੀਜ਼। ਯਾਰ ਤੁਸੀਂ ਆਪਣੀਆਂ ਪ੍ਰੋਬਲਮ ਦੱਸੀ ਜਾ ਰਹੇ ਹੋ ਮੇਰੀਆਂ ਪ੍ਰੋਬਲਮ ਸਮਝਦੇ ਨਹੀਂ ਹੈਗੇ। ਬਹੁ ਬਹੁ ਉਹ ਮੇਰੀ ਗੱਲ ਸੁਣੀ ਯਾਰ ਆ ਜਿੰਨੇ ਸਿੰਗਰ ਐਕਟਰ ਬਣੀ ਫਿਰਦੇ ਨੇ ਇਹਨਾਂ ਸਾਰਿਆਂ ਨੂੰ ਐਕਟਿੰਗ ਆਉਂਦੀ ਹੈ। ਉਹ ਡਾਇਰੈਕਟਰ ਸਾਹਿਬ ਜੇ ਨਹੀਂ ਮੰਨਦਾ ਫਿਰ ਅਸੀਂ ਮਨਾਈਏ ਇਹਨੂੰ ਟੰਗੀਏ ਪੁੱਠਾ ਇਹਦੀ ਕਰਾਈਏ ਬੰਦ। ਬੋਂ ਬੋਂ ਉਹ ਜਨਾਬ ਉਹ ਇਹ ਤੋਂ ਬਿਨਾਂ ਵੀ ਕੁਝ ਸੋਚ ਲਿਆ ਕਰੋ ਟੰਗੀਏ ਪੁੱਠਾ ਚਾੜੀਏ ਪਟੇ ਪਾਈਏ ਲੰਮੇ। ਜਨਾਬ ਆ ਲਿਆਂਦੇ ਜੀ। ਕੌਣ ਹੈ? ਚੱਲ ਤੁਰ ਓਏ ਚੱਲ ਗੁੱਡੀ ਇਧਰ ਆਓ। ਜਨਾਬ ਆ ਲੱਭ ਲਿਆਂਦੇ ਜੀ। ਉਹ ਕੌਣ ਨੇ? ਇਹ ਉਹੀ ਮੁੰਡਾ ਕੁੜੀ ਨੇ ਜਿਹੜੇ ਘਰੋਂ ਭੱਜੇ ਸੀ ਜੀ ਜਿਨ੍ਹਾਂ ਦੇ ਘਰ ਦੇ ਆਪਾਂ ਨੂੰ ਫੋਟੋਆਂ ਦੇ ਗਏ ਸੀ। ਅੱਛਾ ਲੱਭ ਗਏ ਲੱਭ ਗਏ ਲੱਭ ਗਏ। ਆਹ ਹਾ 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 ਬਿਊਟੀਫੁਲ ਮਾਈਂਡ ਬਲੋਇੰਗ
यही ने मेरी फिल्म दे हीरो हीरोइन। जनाब साइन करो, साइन करो, जल्दी साइन करो। थैंक यू, वेलकम, थैंक यू। अबे छेड़ो ओ गल सुनो, आ थोड़ा देर पहला गया सी सिंगर चाहिदा, आ हुन पुठियां सिधियां उंगलियां करके इधर नु हो गया, ए चक्कर की है? बस मैनु जो चाहिदा सी मिल गया, हुन डिस्टर्ब ना करो मैनु। जनाब पर हटो, ਇਹਦੀ ਗੱਲ ਤੇ ਨਾ ਜਾਇਓ ਜਨਾਬ, ਇਹਨਾਂ ਦੇ ਘਰ ਦੇ ਤਾਂ ਥਾਣੇ 'ਚ ਰਿਪੋਰਟ ਲਿਖਾ ਕੇ ਗਏ ਹੋਏ ਨੇ, ਨਾਲੇ ਤਾਂ ਐਵੇਂ ਹੀ। ਜਨਾਬ ਨੱਥਾ ਸਹੀ ਕਹਿ ਰਿਹਾ, ਜੇ ਇਹਨਾਂ ਦੇ ਘਰ ਦੇ ਮੀਡੀਆ ਕੋਲ ਪਹੁੰਚ ਗਏ ਨਾ, ਸੰਸਨੀ 'ਚ ਪਹਿਲੀ ਖਬਰ ਤੁਹਾਡੀ ਲੱਗ ਜੂ। ਠੀਕ ਹੈ, ਜੇ ਇਦਾਂ ਦੀ ਗੱਲ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਘਰਦਿਆਂ ਨੂੰ ਇਨਫੋਰਮ ਕਰੋ। ਜਨਾਬ ਜਦੋਂ ਅਖਬਾਰ ਚੱਕਦਾ ਹੈ, ਡਰਦਾ ਹੈ ਕਿਤੇ ਤੇਰੇ ਮੁੰਡੇ ਦੀ ਕੋਈ ਕਰਤੂਤ ਨਾ ਛਪੀ ਹੋਵੇ। ਨਾ ਕੀ ਖਾ ਕੇ ਪੈਦਾ ਕੀਤਾ ਸੀ ਤੂੰ ਪੁੱਤ ਨੂੰ? ਸੱਸ ਦੀਆਂ ਬਣਾਈਆਂ ਹੋਈਆਂ ਪਿੰਨੀਆਂ ਖਾਧੀਆਂ ਸੀ, ਉਸੇ ਨੂੰ ਫੋਨ ਕਰਕੇ ਪੁੱਛ ਲਓ ਕੀ ਪਾਇਆ ਸੀ ਉਹਨਾਂ 'ਚ। ਆ ਤੈਨੂੰ ਤਾਂ ਮੇਰੀ ਮਾਂ ਨੂੰ ਪੰਡਣ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ, ਬਸ ਹੋਰ ਕੁਝ ਨਹੀਂ। ਕਿਉਂ ਲੱਗ ਗਈਆਂ ਨਾ ਮਿਰਚਾਂ ਆਪਣੀ ਮਾਂ ਦੇ ਨਾਂ ਤੇ ਮੇਰੇ ਪੁੱਤ ਨੂੰ ਜਿਹੜਾ ਫਜ਼ੂਲ 'ਚ ਸਾਰਾ ਦਿਨ ਬਦਨਾਮ ਕਰਦੇ ਰਹਿੰਦੇ ਹੋ? ਉਹ ਫਜ਼ੂਲ 'ਚ ਉਹ ਕਿਸੇ ਸ਼ਰੀਫ ਪਿਓ ਦੀ ਕੁੜੀ ਨੂੰ ਉਠਾ ਕੇ ਲੈ ਗਿਆ, ਇਹ ਸ਼ਰੀਫ ਬੰਦੇ ਦੇ ਕੰਮ ਨੇ? ਨਵੀਂ ਪਨੀਰੀ ਦਾ ਤੁਹਾਨੂੰ ਕੁਝ ਨਹੀਂ ਪਤਾ, ਅੱਜ ਕੱਲ ਦੀਆਂ ਕੁੜੀਆਂ ਨਾ ਮੁੰਡਿਆਂ ਤੋਂ 10 ਕਦਮ ਅੱਗੇ ਨੇ। ਉਹ ਚੰਗਾ ਚੰਗਾ, ਆ ਜਿਹੜਾ ਤੇਰੇ ਪਿਓ ਨੇ ਫੋਨ ਲਵਾ ਕੇ ਦਿੱਤਾ ਸੀ ਨਾ, ਵੱਜ ਰਿਹਾ, ਚੱਕ ਲੈ ਇਹਨੂੰ। ਚੱਕਦੀਆਂ ਚੱਕਦੀਆਂ, ਕੀ ਮਾੜਾ ਕਰਤਾ ਉਹਨਾਂ ਨੇ ਫੋਨ ਲਵਾ ਕੇ? ਹੈਲੋ, ਉਹ ਮੈਂ ਥਾਣੇ 'ਚ ਹੌਲਦਾਰ ਨੱਥਾ ਸਿੰਘ ਅਰਜ ਕਰ ਰਿਹਾ, ਉਹ ਤੁਹਾਡਾ ਮੁੰਡਾ ਲੱਭ ਗਿਆ। ਮੈਂ ਕਿਹਾ ਜੀ ਸੁਣਦੇ ਹੋ, ਆਪਣਾ ਲੱਕੀ ਲੱਭ ਗਿਆ, ਥਾਣੇ 'ਚ ਫੋਨ ਹੈ। ਹਾਲੇ ਤੱਕ ਕੋਈ ਖਬਰ ਨਹੀਂ ਆਈ, ਪਤਾ ਨਹੀਂ ਆ ਲੜਕੀ ਕਿਸ ਤੇ ਗਈ ਹੈਗੀ। ਬਿਲਕੁਲ ਮੇਰੇ ਤੇ ਗਈ ਹੈ, ਮੈਂ ਵੀ ਤੁਹਾਡੀ ਲਿਆਂਦੀ ਮੱਛੀ ਖਾ ਕੇ ਤੁਹਾਡੇ ਨਾਲ ਭੱਜੀ ਸੀ। ਉਹ ਮੱਛੀ ਖਾਂਦੀ ਖਾਂਦੀ ਭੱਜ ਜਾਂਦੀ, ਪਰ ਇਹ ਪੰਡਤਾਂ ਦੇ ਮੁੰਡੇ ਨਾਲ ਕਿਉਂ ਭੱਜੀ? ਕੀ ਪਤਾ ਹੁਣ ਤੱਕ ਪੰਡਤਾਂ ਦਾ ਮੁੰਡਾ ਵੀ ਮੱਛੀ ਖਾਣ ਲੱਗ ਪਿਆ ਹੋਵੇ। ਬਕਵਾਸ ਨਾ ਕਰਿਆ ਕਰ, ਮੈਂ ਕੁਝ ਹੋਰ ਪਿਆ ਕਹਿਣਾ ਤੇ ਇਹ ਕੁਝ ਹੋਰ ਹੀ ਸਮਝੀ ਜਾਂਦੀ ਹੈਗੀ। ਉਹ ਦਾਰ ਜੀ ਵੱਜਦਾ ਪਿਆ, ਚੁੱਕ ਲੈ ਉਹਨੂੰ, ਡਰੈਂਡਰੇ ਹੁੰਦੀ ਪਈ ਹੈ, ਚੁੱਕ ਲੈਣਾ। ਹੈਲੋ, ਮੈਂ ਪ੍ਰੇਮ ਸਿੰਘ ਸਿਪਾਹੀ ਬੋਲਦਾ ਥਾਣੇ ਚੋਂ, ਤੁਹਾਡੀ ਕੁੜੀ ਲੱਭ ਗਈ ਹੈ, ਆ ਕੇ ਲੈ ਜਾਓ। ਸਵੀਟੀ ਦੀ ਮੋਮ, ਸਵੀਟੀ ਲੱਭ ਗਈ ਹੈ। ਹੈਂ, ਅੱਛਾ, ਮੈਨੂੰ ਪਤਾ ਸੀ ਉਹ ਗੁੰਮ ਫਿਰ ਕੇ ਵਾਪਸ ਆ ਜਾਏਗੀ, ਮੇਰੇ ਵਾਂਗ। ਤੇਰੇ ਵਾਂਗੂ। ਸਰ ਜੀ, ਇੱਕ ਰਿਕੁਐਸਟ ਹੈ ਜੀ, ਸਾਨੂੰ ਅੰਦਰ ਹੀ ਰਹਿਣ ਦਿਓ, ਅਸੀਂ ਬਾਹਰ ਨਹੀਂ ਜਾਣਾ ਚਾਹੁੰਦੇ। ਉਹ ਲੋਕ ਥਾਣੇ ਆ ਕੇ ਇੱਥੋਂ ਬਾਹਰ ਨਿਕਲਣ ਨੂੰ ਤਰਸਦੇ ਰਹਿੰਦੇ ਨੇ ਤੇ ਤੁਸੀਂ ਕਹਿੰਦੇ ਸਾਨੂੰ ਅੰਦਰ ਹੀ ਰੱਖੋ। ਉਹ ਕਿਉਂ ਆਪਣੇ ਮਾਂ ਬਾਪ ਨੂੰ ਤੰਗ ਕਰਦੇ ਹੋ? ਅਸੀਂ ਕੀ ਕਰਾਉਣਾ ਤੁਹਾਡੇ ਕੋਲ ਇੱਥੇ? ਉਹ ਖੁਸ਼ੀ ਖੁਸ਼ੀ ਆਪਣੇ ਘਰ ਜਾਓ। ਪਰ ਸਰ, ਸਾਡੇ ਘਰ ਵਾਲੇ ਸਾਡੇ ਪਿਆਰ ਦੇ ਦੁਸ਼ਮਣ ਨੇ, ਉਹ ਸਾਨੂੰ ਇਕੱਠੇ ਨਹੀਂ ਦੇਖਣਾ ਚਾਹੁੰਦੇ। ਪਰ ਅਸੀਂ ਤੁਹਾਨੂੰ ਕਿਵੇਂ ਇਕੱਠਾ ਕਰ ਸਕਦੇ ਹਾਂ? ਸਰ ਆਈਡੀਆ, ਤੁਸੀਂ ਸਾਨੂੰ ਆਪਣੀ ਫਿਲਮ 'ਚ ਲੈ ਲਓ। ਹਾਂ, ਤੇ ਹੋਰ ਤੋਂ ਹੋਰ ਤੁਹਾਡੇ ਡਾਇਰੈਕਟਰ ਸਾਹਿਬ ਨੂੰ ਵੀ ਅਸੀਂ ਪਸੰਦ ਆ। ਪੁਲਿਸ ਤੁਹਾਡੇ ਮਾਂ ਬਾਪ ਦੇ ਖਿਲਾਫ ਨਹੀਂ ਜਾ ਸਕਦੀ। ਸਰ, ਫਿਰ ਤੁਸੀਂ ਸਾਡਾ ਵਿਆਹ ਕਰਾ ਦਿਓ। ਤੂੰ ਕੌਣ ਹੋਣੀ ਹੈ ਮੇਰੇ ਮੁੰਡੇ ਨਾਲ ਵਿਆਹ ਕਰਾਉਣ ਵਾਲੀ? ਯਾਰ, ਤੁਹਾਡੀ ਹੋਣ ਵਾਲੀ ਨੂੰ ਨਹੀਂ, ਸਵੀਟੀ ਪੁੱਤਰ ਨਹੀਂ, ਤੂੰ ਇਹਨਾਂ ਦੀ ਨੂੰਹ ਹੋਰ ਕਿਸੇ ਨਹੀਂ ਬਣੇਗੀ, ਤੁਹਾਰ ਦੇ ਪੱਲਾ। ਉਹ ਮੇਰਾ ਮੁੰਡਾ ਵੀ ਤੇਰਾ ਜਵਾਈ ਨਹੀਂ ਬਣੇਗਾ। ਉਹ ਤੁਸੀਂ ਆਪਣਾ ਫੈਸਲਾ ਜਲਦੀ ਕਰ ਲਓ, ਨਹੀਂ ਤਾਂ ਪੁਲਿਸ ਨੂੰ ਆਪਣੀ ਕਾਰਵਾਈ ਪਾਉਣੀ ਪਊਗੀ। ਉਹ ਜਦੋਂ ਦਾ ਮੇਰੇ ਘਰ ਮੁੰਡਾ ਪੈਦਾ ਹੋਇਆ ਨਾ, ਦੁਖੀ ਕਰ ਮਾਰਿਆ ਮੈਨੂੰ। ਆ ਵੇਖ ਲੈ ਸਵੀਟੀ ਪੁੱਤਰ, ਉਹ ਜਿਸ ਨੇ ਆਪਣੇ ਪਿਓ ਨੂੰ ਸੁੱਖ ਨਹੀਂ ਦਿੱਤਾ, ਉਹ ਤੈਨੂੰ ਕੀ ਸੁੱਖ ਦੇ ਸੀ? ਡੈਡ, ਮੈਂ ਲੱਕੀ ਤੋਂ ਬਿਨਾਂ ਨਹੀਂ ਰਹਿ ਸਕਦੀ। ਜੇ ਤੂੰ ਮੇਰੇ ਮੁੰਡੇ ਕੋਲ ਆਈ ਤਾਂ ਮੈਂ ਤੇਰੇ ਟੁਕੜੇ ਕਰ ਕਰਕੇ ਕਾਵਾਂ ਨੂੰ ਪਾ ਦੇਵਾਂਗਾ। ਤੂੰ ਮੇਰੀ ਧੀ ਨੂੰ ਹੱਥ ਤੇ ਲਾ ਕੇ ਵੇਖ, ਮੈਂ ਤੇਰੇ ਟੋਟੇ ਟੋਟੇ ਕਰਕੇ ਸਤਲੁਜ ਦੀਆਂ ਮੱਛੀਆਂ ਨੂੰ ਖਵਾ ਦੇਸਾਂ। ਓ ਚੁੱਪ ਓਏ। ਜਨਾਬ ਵੱਡੇ ਸਾਹਿਬ ਨਾਲ ਗੱਲ ਕਰੋ ਜੀ, ਆਪਣੇ ਡਾਇਰੈਕਟਰ ਨੂੰ ਵੀ ਇਹੀ ਮੁੰਡਾ ਕੁੜੀ ਚਾਹੀਦੇ ਨੇ ਜੀ। ਸਰ, ਵੈਸੇ ਤਾਂ ਇਹ ਮੁੰਡਾ ਕੁੜੀ ਦੋਵੇਂ ਅਡਲਟ ਨੇ, ਆਪਾਂ ਕਸਟਡੀ 'ਚ ਇਹਨਾਂ ਨੂੰ ਰੱਖ ਨਹੀਂ ਸਕਦੇ, ਪਰ ਆਪਾਂ ਨੂੰ ਵੀ ਤਾਂ ਫਿਲਮ ਵਾਸਤੇ ਚਾਹੀਦੇ ਨੇ। ਆਪਾਂ ਜਿਨ੍ਹਾਂ ਜਿਨ੍ਹਾਂ ਨੂੰ ਕੋਈ ਖੁਸ਼ੀ ਖੁਸ਼ੀ ਲੈਣ ਨਹੀਂ ਆਉਂਦਾ, ਇਹਨਾਂ ਨੂੰ ਇੱਥੇ ਆਪਣੀ ਕਸਟਡੀ 'ਚ ਆ ਕੇ ਫਿਲਮ 'ਚ ਉਹ ਖੁਸ਼ੀ ਖੁਸ਼ੀ ਮੈਂ ਲੈਣ ਆਵਾਂਗਾ ਇਹ ਮਸਲ ਦੀ ਕੁੜੀ ਨੂੰ, ਔਰ ਮੈਂ ਖੁਸ਼ੀ ਖੁਸ਼ੀ ਲੈਣ ਆਵਾਂਗਾ ਇਸ ਮੂੰਗੀ ਮਸਰੀ ਦੀ ਔਲਾਦ ਨੂੰ। ਓਏ, ਸਾਹਿਬ ਨੇ ਫੈਸਲਾ ਕਰਤਾ, ਚਲੋ ਦਫਾ ਹੋ ਜਾ ਹੁਣ ਇੱਥੇ, ਚਲੋ। ਓਏ ਮੂੰਗੀ ਮਸਰੀ, ਪਤਾ ਨਹੀਂ ਲੱਗਿਆ ਭਾਈ ਸਾਹਿਬ ਕੀ ਕਰਨੇ, ਜੱਬਾ ਜੇ ਇਥੋਂ। ਉਹ ਪ੍ਰੇਮ, ਪ੍ਰੇਮ ਨਾਲ ਯਾਰ ਕਾਹਨੂੰ ਯਾਰ ਘਰ ਦਾ ਥਾਣਾ ਸਾਹਿਬ ਰੱਖਿਆ, ਜੱਬਾ ਜੇ ਇਥੋਂ। ਫੈਸਲਾ ਕਰਨ ਜਾ ਮੇਰੇ ਨਾਲ, ਠਹਿਰ ਮੈਂ ਕੱਢ ਕੇ ਉਹਨਾਂ ਨੂੰ ਬਾਹਰ, ਚਲੋ ਬਾਈ ਜੱਬਾ ਜੋ। ਲੈ ਵੀ ਤੈਨੂੰ ਆ, ਖੜੇ ਨੇ ਤੇਰੇ ਹੀਰੋ ਹੀਰੋਇਨ, ਕਰ ਲੈ ਸਾਈਨ ਇਹਨਾਂ ਨੂੰ। ਨੱਥਿਆ, ਹਾਂਜੀ, ਲੈ ਫਿਰ ਸਾਈਨਿੰਗ ਮੋਡ ਦੇਈਏ ਇਹਨਾਂ ਨੂੰ, ਗਰਮਾ ਗਰਮ ਦੋ ਕੱਪ ਚਾਹ ਦੇ ਲੈ ਕੇ ਇਹਨਾਂ ਦਾ ਮੂੰਹ ਤਾਂ ਤਕਰਾਈਏ। ਜੀ ਜਨਾਬ, ਹੁਣੇ ਲੈ ਆਇਆ ਜੀ। ਜਾ, ਥੈਂਕ ਯੂ ਸਰ, ਬਹੁਤ ਬਹੁਤ ਮੁਬਾਰਕਾਂ ਬਾਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੁਣੋਏ, ਸਤਿ ਸ਼੍ਰੀ ਅਕਾਲ। ਓਹੋ, ਉਹ ਯਾਰ ਆਪਣੇ ਸਿੰਗੇ ਦੀ ਤਾਂ ਬੌਂਬ ਹੀ ਫਸ ਗਈ, ਇਹ ਤਾਂ ਨਿਕਲਣ ਦਾ ਨਾਮ ਹੀ ਲੈ ਰਹੀ, ਹੁਣ ਕੀ ਕਰੀਏ ਇਹਦਾ?
ਉਹ ਜਿਹੜੀ ਤੂੰ ਕੱਲ ਫੜੀ ਸੀ ਉਹ ਚੋਂ ਲਿਆ ਪਹਿਲੇ ਤੋੜ ਦੀ ਉਹ ਕਿਹੜੀ ਚੋਂ ਬਹਾਦਰਗੜ ਵਾਲੀ ਚੋਂ ਜਾਂ ਖਨੌਰੀ ਵਾਲੀ ਚੋਂ ਉਹ ਆ ਜਿਹੜੀ ਮਲਤਾਨੀ ਪੱਤੀ ਵਾਲੀ ਮੈਂ ਫੜ ਕੇ ਲਿਆਂਦੀ ਆ ਕੱਲ ਇਹ ਕਦੋਂ ਕੰਮ ਆਊ ਉਹੀ ਕੱਢੂ ਇਹਦੀ ਬੌਂ ਬੌਂ ਆ ਚੱਕ ਓਏ ਇਹਦੇ ਲਵਾ ਦੋ ਪੈਗੇ ਨੂੰ ਲੈ ਮੈਂ ਕਿੱਦਾਂ ਕਹਿ ਦੇ ਡਿਗਰੀ ਡੁਗਰੀ ਤਾਂ ਚੈੱਕ ਕਰ ਲਓ ਕਿਤੇ ਮੇਰੇ ਗਾਲ ਹੀ ਨਾ ਫਾੜ ਲੈ ਉਹ ਪਹਿਲਾਂ ਤੂੰ ਇਹਦੇ ਦੋ ਸਮੈਸਟਰ ਦਾ ਕਲੀਅਰ ਕਰ ਫਿਰ ਤੈਨੂੰ ਦਿੰਦੇ ਆ ਡਿਗਰੀ ਜਿੱਦਾਂ ਕਿ ਮੈਂ ਤੁਹਾਡੀ ਗੱਲ ਫੋਲੋ ਨਹੀਂ ਕਰ ਰਿਹਾ ਮੈਨੂੰ ਸ਼ਾਇਦ ਸਮਝ ਨਹੀਂ ਰਿਹਾ ਕੋਈ ਗੱਲ ਨਹੀਂ ਜਦੋਂ ਸਵੇਰੇ ਉੱਠ ਕੇ ਤੂੰ ਲੱਛੀ ਮੰਗੀ ਨਾ ਸਭ ਸਮਝ ਲਏਗਾ ਬੋਂ ਬੋਂ ਚੀਅਰ ਨੋ ਚੀਅਰ ਇਟਸ ਚੀਅਰ ਲੈ ਵੀ ਤਣੀ ਸਿੰਘ ਹਾਂ ਲਾ ਜ਼ੋਰ ਹਾਂ ਨਿਕਲੂਗੀ ਤੇਰੀ ਬੋਂ 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 ਆ ਗਈ ਬੋਂ ਬੋਂ ਨਿਕਲਾਈ ਬੋਂ 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 ਆ ਗਈ ਹਾਂ ਵੈਰੀ ਗੁੱਡ ਬੋਂ ਬੋਂ ਆ ਗਈ ਆ ਗਈ ਬੋਂ 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 ਇੱਥੇ ਤੁਸੀਂ ਬੌਂ ਬੌਂ ਕਰੀ ਜਾਂਦੇ ਹੋ ਤੇ ਸ਼ਹਿਰ 'ਚ ਕੁੱਤੇ ਭੌਂਕੀ ਜਾਂਦੇ ਨੇ ਜੇ ਯਕੀਨ ਨਹੀਂ ਆਉਂਦਾ ਸੁਣ ਲਓ ਬਾਈ ਦਾਵੇ ਹੋ ਕੀ ਰਹੇ ਜਨਾਬ ਆਪਣੇ ਵਾਲੀ ਫੀਚਰ ਫਿਲਮ ਦਾ ਸੰਗੀਤ ਤਿਆਰ ਕਰ ਰਹੇ ਹਾਂ ਜੀ ਅੱਛਾ ਤੁਹਾਡੇ 'ਚੋਂ ਕਿਸੇ ਨੇ ਆਪਣੀ ਫਿਲਮ ਦੀ ਸਟੋਰੀ ਸੁਣੀ ਹੈ ਓਏ ਆਪਣੀ ਫਿਲਮ ਸੀਰੀਅਸ ਹੈ ਓਨਰ ਕਿਲਿੰਗ ਤੇ ਹੁਣ ਬੈਠ ਕਿਉਂ ਗਏ ਜਨਾਬ ਸਾਨੂੰ ਵੀ ਫਿਲਮ ਦੀ ਕਹਾਣੀ ਸੁਣਾਓ ਜੀ ਓਏ ਇੱਕ ਤਾਰਾ ਬੋਲੇ ਫਿਲਮ ਦੀ ਕਹਾਣੀ ਮੈਂ ਨਹੀਂ ਡਾਇਰੈਕਟਰ ਆਪ ਸੁਣਾਊਗਾ ਸਾਰੀ ਦੁਨੀਆ ਨੂੰ ਸਬਕ ਸਿਖਾਊਗਾ ਔਰ ਉਹਨਾਂ ਲੋਕਾਂ ਨੂੰ ਨੀਂਦ ਤੋਂ ਜਗਾਊਗਾ ਜਿਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ ਇੱਕ ਪਿੰਡ ਦੀ ਕਹਾਣੀ ਸੁਣੋ ਤਾਰੇ ਦੀ ਜ਼ੁਬਾਨੀ ਇੱਕ ਸੀ ਧੀ ਰਾਣੀ ਇੱਕ ਸੀਗਾ ਉਹ ਦਹਾਣੀ ਦੋਨੋਂ ਹੋਏ ਸੀ ਜਵਾਨ ਫੇਰ ਜਾਗੇ ਅਰਮਾਨ ਚੋਰੀ ਹੋਈਆਂ ਮੁਲਾਕਾਤਾਂ ਫੇਰ ਚੰਨ ਥੱਲੇ ਰਾਤਾਂ ਕੱਲ ਦੋ ਸੀ ਨੈਣ ਅੱਜ ਚਾਰ ਹੋ ਗਏ ਬਦਲ ਗਿਆ ਜਗ ਸਾਰਾ ਪਿਆਰ ਭਰੇ ਦਿਲ
कद तक टुटन पुछदा है इक तारा पुछदा है इक तारा पुछदा है इक तारा पुछदा है इक तारा ऐसी पिंड दी कहानी रुल गई मर जानी ऐसी पिंड दी कहानी रुल गई मर जानी ख्वाब टुट गए सारे हुण अखां विच पानी ख्वाब टुट गए सारे हुण अखां विच पानी मजबूरी का नजायज फायदा उठाया जी अच्छा क्यों जनाब वो जनानी ने कुट कुट जफिया पाई ने जी नथिया फिर ए कसूर है जनाब डीएसपी ने नाले रफा दफा किवें इहो जिहा केस पहला बिजली गल दस जनाब नू नथिया हाँ जी जे बिजली गल दा तैनू पता है फिर तू ही दस दे जनाब ये जनानी दे घरे लैन गया जी आटा जदों उह बेचारी आटा पाउण आई इहने बेड़े च सप्प छड़ता जी ओनू कहिंदा पहला मैनू कुट कुट पा जफियां फिर सप्प फड़ू दसो जी बेचारी मरदी की ना करदी हैं एदा मतलब इहने ते इहदे सप्प ने मिलके कीती आ साजिश जी ऐदा करो जी सर इहदे सप्प ते लाओ दफा 120B ते इहदे ते पाओ जिनसी छेड़छाड़ दा केस इहनू करो हवाला च बंद ते सप्प नू पाओ कुजे च इहना दोनां दा लैणे आ पुलिस रिमांड चलो ओए हुण लगा लो तैनू चल पर जनाब एक गल समझ नहीं लगी जी हुण केड़ी रह गई आ नाग देवता तो पुछ गिछ किवें करांगे जी ओवें जिवें जोगी करदा हुंदा ओए जनाब ਤੁਸੀਂ ਕਾਗਜ਼ੀ ਕਾਰਵਾਈ ਪੂਰੀ ਕਰੋ ਬਾਕੀ ਇਤਜ਼ਾਮ ਮੈਂ ਆਪ ਹੀ ਕਰ ਲੂੰਗਾ ਕਿੱਥੋਂ ਪੁਲਿਸ ਦੇ ਵਿੱਚ ਆਰਕੈਸਟਰਾ ਭਰਤੀ ਕੀਤਾ ਹੈ ਹੌਲਦਾਰਾ ਇੱਕ ਨਵਾਂ ਨਾਗ ਦਾ ਬੱਚਾ ਫੜ ਕੇ ਲਿਆਂਦਾ ਦੇਖ ਲੈ ਉਹ ਲੈ ਜਾ ਉਹ ਬੱਚਾ ਵੀ ਚਿੱਟੇ ਵਾਲੀ ਹੈ ਹੈਲੋ ਸੇਖੋ ਸਾਹਿਬ ਕਮਿਸ਼ਨਰ ਅਟਵਾਲ ਬੋਲ ਰਿਹਾ ਜੀ ਸਰ ਅੱਜ ਸ਼ਾਮ ਨੂੰ ਮੈਂ ਤੁਹਾਨੂੰ ਮਿਲਣ ਆ ਰਿਹਾ ਸਰ ਆਉਣ ਦੀ ਕੋਈ ਖਾਸ ਵਜ੍ਹਾ ਨਹੀਂ ਵਜ੍ਹਾ ਤਾਂ ਕੋਈ ਖਾਸ ਨਹੀਂ ਸਿਕਿਉਰਿਟੀ ਚੈੱਕ ਕਰਦਾ ਜਾਵਾਂ ਸਰ ਸਿਕਿਉਰਿਟੀ ਚੈੱਕ ਕਰਨ ਦੀ ਕੀ ਲੋੜ ਆ ਪੈਸਾ ਟਰੰਕ 'ਚ ਬੰਦ ਆ ਉੱਤੋਂ ਹਰ ਟਾਈਮ ਪੁਲਿਸ ਦਾ ਪਹਿਰਾ ਉੱਥੇ ਉਹੀ ਤਾਂ ਚੈੱਕ ਕਰਨਾ ਸੀ ਓਕੇ ਸਰ ਜੈਨ ਸਰ ਓ ਮਾਈ ਗੋਡ ਮੈਂ ਹੁਣੇ ਆਇਆ ਜੀ ਸੱਚੇ ਪਾਤਸ਼ਾਹ ਜੈਨ ਸੌਰੀ ਸੇਖੋ ਸਾਹਿਬ ਤੁਹਾਨੂੰ ਤਕਲੀਫ ਹੋਈ ਦਰਅਸਲ ਮੈਂ ਤੁਹਾਡੀ ਡਿਵੀਜ਼ਨ ਅੱਗੋਂ ਲੰਘ ਰਿਹਾ ਸੀ ਸੋਚਿਆ ਖਜ਼ਾਨੇ ਦੀ ਰਕਮ ਦੀ ਸਿਕਿਉਰਿਟੀ ਚੈੱਕ ਕਰਦਾ ਜਾਵਾਂ ਨੋ ਪ੍ਰੋਬਲਮ ਸਰ ਯੂ ਆਰ ਵੈਲਕਮ ਤਨੋ ਸਾਹਿਬ ਹਾਂ ਸਰ ਆਓ ਸਰ ਆਓ ਜੀ ਪਲੀਜ਼ ਆਓ ਸਰ ਆਓ ਜੀ ਵੈਲਕਮ ਲੁੱਕ ਐਟ ਦਿਸ ਸਰ ਇਹ ਕੀ ਆ ਹਵਾਲੇ ਦੇ ਟਰੰਕ ਦੀ ਸਿਕਿਉਰਿਟੀ ਹੈ ਸਰ ਵਾਟ ਡੂ ਯੂ ਮੀਨ ਸਰ ਤੁਹਾਨੂੰ ਪਤਾ ਹੈ ਨਾ ਇੱਕ ਵਾਰੀ ਚਾਰਲਸ ਸੋਬਰਾਜ ਤਿਹਾੜ ਜੇਲ੍ਹ ਦੇ ਵਿੱਚ ਨਸ਼ੀਲੀ ਮਠਿਆਈ ਖਾ ਕੇ ਸਿਕਿਉਰਿਟੀ ਗਾਰਡ ਨੂੰ ਬੇਹੋਸ਼ ਕਰਕੇ ਫਰਾਰ ਹੋ ਗਏ ਸਰ ਸੋ ਅਸੀਂ ਨਹੀਂ ਚਾਹੁੰਦੇ ਸੀ ਕੋਈ ਥਾਣੇ ਦੇ ਵਿੱਚ ਇਦਾਂ ਨਸ਼ੀਲੇ ਲੱਡੂ ਵਗੈਰਾ ਵੰਡ ਕੇ ਸਿਕਿਉਰਿਟੀ ਨੂੰ ਸਾਰਿਆਂ ਨੂੰ ਬੇਹੋਸ਼ ਕਰਕੇ ਕੋਈ ਟਰੰਕ ਲੈ ਕੇ ਨਾ ਚਲਾ ਜਾਵੇ ਤੇ ਅਸੀਂ ਇਸ ਖਜ਼ਾਨੇ ਵਾਲੇ ਟਰੰਕ ਦੀ ਸਪੈਸ਼ਲ ਸਿਕਿਉਰਿਟੀ ਤਾਇਨਾਤ ਕੀਤੀ ਹੈ ਸਰ ਤੇ ਤੁਹਾਨੂੰ ਤਾਂ ਪਤਾ ਸਰ ਸੱਪ ਤਾਂ ਲੱਡੂ ਖਾ ਨਹੀਂ ਸਕਦਾ ਜੇ ਸੱਪ ਨੇ ਲੱਡੂ ਖਾ ਲਿਆ ਇਹਨੂੰ ਸ਼ੂਗਰ ਹੋ ਜੂ ਸਰ ਜੇ ਸ਼ੂਗਰ ਹੋ ਗਈ ਇਹਦੇ ਮਿੱਠਾ ਵੱਜੂ ਸਰੀਰ 'ਚ ਤੇ ਮਿੱਠਾ ਸੱਪ ਕੀੜੀਆਂ ਤਾਂ ਭੱਜ ਕੇ ਪੈਣਗੀਆਂ ਸਰ ਕੀੜੀ ਐਸੀ ਕਮੀਨੀ ਹੈ ਕਿ ਹਾਥੀ ਨੂੰ ਵੀ ਕੀੜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਰ ਆਓ ਸਰ ਆਓ ਪਲੀਜ਼ ਆਓ ओके सेखो साहब यू वेलकम सर आओ सर आओ सर ओ जोगी किथे मर गया वा सपना खेदे लड़ जे फाड़ो नु ए आईने फड़या जाना साहब जी ओए होर किवें फड़या जाऊ हे ए दे लई सानू मंत्र पढ़ना पैना ते फेर कील के पटारी च पौणा ओ जेड़ा मंत्र पढ़ना अंदर जाके पढ़ लियो जीबा कटी जांदा अपनी फिल्म दा सर बहुत वधिया
गुड न्यूज ये है भी फिल्म कंप्लीट हो गई। गुड। हार्ड डिस्क अपनी तैयार पई है। होर जे कोई हुक्म है तो दसो। होर हुक्म की है? हार्ड डिस्क दे यार, मैं उन्हें मत्थे मार के आवा। सर हार्ड डिस्क तो मैं दे ही देनी। हाँ पर पुलिस वाले तो मेरी पेमेंट तक करवा दो। ओ पेमेंट तू मेरे तो ले ली यार, मैनू अपना खेड़ा तो छड़ा लेने दे। आ लो सर, तुसी छड़ाओ अपना खेड़ा, मेरी खैर है। ओ थैंक यू वेरी मच। थैंक यू सर। सो नाइस ऑफ यू। नो प्रॉब्लम सर, थैंक यू। गल सुनो, मैं मसा तुहाडा सारा काम खत्म करके दे के आया, ओ तुसी फेर आ गए। ओ की दे के आए, डब्बा जा है की है? इनू हार्ड डिस्क कहिंदे आ, इही है तुहाडी फिल्म। ओ यार इहदा करना की है, इह वी तां दस। करना की है? इनू सेंसर कराओ, प्रिंट कढ़ाओ, किसी डिस्ट्रीब्यूटर नू मिलो, जाके सिनेमे चलाओ। ना इह सारे काम तू नहीं करेगा हुण। मैं डायरेक्टर हां, रिलीज डिस्ट्रीब्यूटर करेगा, मैं नहीं करदा। जेड़ा डिस्ट्रीब्यूटर, ओ यार सानू नहीं पता, एक कुत्तखाना तेरे पैरों शुरू है, तू ही खत्म करे नू हुण। हाँ गल सुनो, बहुत तक्का सह लिया, हुण नहीं सहना मैं, ज्यादा रौला पाऊंगे ना प्रेस वाले नू बुला लूं मैं। मैं फिल्म बनाउणी सी, बनाती, मेरा काम खत्म, जाओ इन सिनेमे च रिलीज करो जाके। एक मिनट गल कर कर, गुस्सा ना कर, ओ डिस्ट्रीब्यूटर दा एड्रेस दस दे। हाँ। सारे एड्रेस तई दसे ने, असी जाके मिल लांगे, मेहनत वाली गल है, समझ गया। हाँ ऐ प्यार नाल गल करो जे काम करवाउणा, मैं एक डिस्ट्रीब्यूटर नू जानदा, ओनू जाके मिलो, धक्का ना करियो जिवें मेरे नाल कीता सी ते राइटर नाल कीता सीगा। जे धक्का करोगे ना, उन्हें तुहाडी फिल्म भी रिलीज़ कर देनी है, ते फुट्टी कौड़ी भी थोड़े पल्ले नहीं पाउणी। ओए असीं पुलिस वाले हां, लोड पैण ते गधे नू भी बापू बना लैंदे हां, तू एड्रैस दस के रहा, इन्ने प्यार नाल मिलांगे डिस्ट्रीब्यूटर जी नू, गल गल हो उठूगा। हां लिखो। हां लिखो। चन्न चपेड़ा वाला, चन्न चपेड़ा वाला, मंडी रोड जलंधर, मंडी रोड जलंधर, इहनू जाके मिलो, यही इस धर्म संकट चो तुहानू बाहर कढ सकदा। अच्छा, जाओ वधो। पुलिस की गल साहब जी, मैथो की गलती हो गई है? बंदा गलतियां दा पुतला हुंदा चन्न सिंह जी, पर असी तुहानू बंदा मानदे नहीं। की ओ तुसी तां फरिश्ते हो, भगवान साडे रब दा रूप। ए तां ठीक है, ए गल दसो वी गल की है? देखो छे छे दसो, मैनू बड़ी घबराहट हो रही है। एक मिनट मिनट, लिया कोमल फुल इधर फड़ा, आ गुलदस्ता स्वीकार करो। ए की करदे हो? पुलिस वल्लो तुहाडे लई मिठाई, मिठाई आ मिठाई, गुलाब जामुन बर्फी, ए सब कुछ मेरे वास्ते। हां जी चलो ठीक है, पर मैनू दस्सदा दियो वी गल की है। चपेड़ा वाला सर जी, पुलिस वालों असी एक फिल्म तैयार की है, बड़ी मुश्किल नाल, एक तारा बोले, ये तारा हुण थोड़ी उंगल नाल ही थिएटर च बोलना चाहिए, बस मिन्नतां बेनतियां जे लैके आए हैं जी। अच्छा, बैठो 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 साहब, बैठो, बैठो साहब। अच्छा अच्छा अच्छा, तुसी उस फिल्म की गल कर दे हो जिहड़ी पुलिस वाले ने बनाई? भाई तुहाडी फिल्म दे तां मंडी रोड ते बड़े ही चर्चे ने। ओ पता है साडे साहब ने फिल्म ते पैसे भी बड़े खर्चे ने। ओ मैं भी सोचा, ए पुलिस वाले सवेरे सवेरे आ फुल आ डब्बे ए शगन देण वाले वांगू किवें चक्की फिरदे ने। खिड़े मत्थे कबूल कर लो, चंगे रहोगे, नहीं तो फिर, नहीं तो फिर तुहाडियां ए मिन्नतां ए तरलियां नू चित्रां च बदलण लग्गिया बहुत ही देर नहीं लगनी, तुसी यही कहना चाहुंदे हो ना? बहुत समझदार हो, बहुत समझदार हो, दिल दीआं गल्लां बोलो। देखो साहब, फिल्म बनाई है तुसी, रिलीज मैनू करनी पैनी है। हाँ जी। पर मैं चाहना शुक्रवार, शनिचरवार, ऐतवार, तिने दिन सारे शो फुल होने चाहिए ने, कर सकोगे? तीन दिन की गल कर दे चन्न सिंह जी, सारे दिन सारे शो थोनू फुल मिलने। भाई हो कि भाई बहुत अच्छे, बहुत अच्छे। कागज
ਕਾਗਜ਼ ਤਾਂ ਫੜਾ ਦਿੱਤੇ ਤੁਹਾਨੂੰ ਜੀ। ਉਹ ਤੇਰੀ ਫੋਟੋ ਵਾਲੇ ਨਹੀਂ, ਗਾਂਧੀ ਦੀ ਫੋਟੋ ਵਾਲੇ ਕੱਢ। 600 ਲਿਆ। 600 ਕਾਹਦੇ ਜੀ, ਮੇਰੇ ਕਾਗਜ਼ ਤਾਂ ਪੂਰੇ ਨੇ। ਤੇਰੇ ਵੱਲੋਂ ਕਾਗਜ਼ ਪੂਰੇ ਨੇ, ਸਾਡੇ ਵੱਲੋਂ ਕਾਗਜ਼ ਅਧੂਰੇ ਨੇ। ਬਿਲਕੁਲ। ਹੁਣ ਇੱਕ ਤਾਰਾ ਬੋਲੇ ਫਿਲਮ ਦੀਆਂ 6 ਟਿਕਟਾਂ ਲੈ ਲੈ 600 ਰੁਪਏ ਦੀਆਂ, ਜਾਂ ਫਿਰ 1000 ਰੁਪਏ ਦਾ ਚਲਾਨ ਕਟਾ। ਸ਼ਾਬਾ ਜਲਦੀ ਫੈਸਲਾ ਕਰ, ਔਨ ਰੋਡ ਬੁਕਿੰਗ ਚੱਲ ਰਹੀ ਹੈ। ਆ ਲੈਣ ਦੇਖ ਲੈ ਕਿੱਡੀ ਲੱਗੀ ਹੋਈ ਹੈ, ਲੈ ਫੜ ਕੇ ਰੱਖ। ਸ਼ਾਬਾਸ਼, ਆ ਲੋ ਜੀ ਫੜਾ। ਦੇਖੋ ਦੇਖੋ ਫਿਲਮਾਂ ਦੇਖੋ, ਗੱਡੀ ਦੇ ਕਾਗਜ਼ ਦੇ ਦੋ ਜਰਾ। ਲੈ ਫੜ ਕਾਗਜ਼, ਚੱਲਦਾ ਬਣ ਕੇ ਰੱਖ। ਚਲੋ ਚਲੋ, ਹੈਪੀ ਫਿਲਮ, ਹੈਪੀ ਫਿਲਮ। ਬੈਠ 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 ਯਾਰ, ਇੰਨਾ ਧੱਕਾ ਨਹੀਂ ਦੇਖਿਆ ਮੈਂ ਕਿਤੇ। ਉਹ ਤੂੰ ਚੱਲ ਜਾਮ ਲਾਤਾ, ਉਹ ਤੂੰ ਸ਼ੁਕਰ ਕਰ ਸਾਡੀ ਪੁਲਿਸ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੀ ਹੈ। ਚੱਲ 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 ਚੱਲ। ਸਰਪੰਚ ਸਾਹਿਬ, ਅਸੀਂ ਇੱਕ ਫਿਲਮ ਬਣਾਈ ਹੈ ਤੇ ਸਾਨੂੰ ਉਸ ਫਿਲਮ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ ਆ ਕੁਝ ਟਿਕਟਾਂ ਵੇਚਣ ਦੀ ਜ਼ਿੰਮੇਵਾਰੀ ਤੁਹਾਡੀ ਹੈ। ਬਸ ਇੱਕੋ ਸਾਹਿਬ, ਇੰਨਾ ਹੀ ਕੰਮ ਸੀ? ਇਹ ਤਾਂ ਕੁਝ ਵੀ ਨਹੀਂ, ਅਸੀਂ ਤਾਂ ਟਰਾਲੀਆਂ ਭਰ ਭਰ ਵੇਖਣ ਵੀ ਆਵਾਂਗੇ, ਤੁਸੀਂ ਕੋਈ ਹੋਰ ਸੇਵਾ ਤਾਂ ਦੱਸੋ। ਬਸ ਸਰਪੰਚ ਸਾਹਿਬ, ਬੜੀ ਮਿਹਰਬਾਨੀ। ਸੇਖੋ ਸਾਹਿਬ, ਹੱਥ ਜੋੜ ਕੇ ਬੇਨਤੀ ਹੈ, ਉਹ DSP ਸਾਹਿਬ ਨੂੰ ਸਾਡੇ ਪਿੰਡ ਦਾ ਭੇਜਣਾ। ਲੱਗਦਾ ਧਨੋਆ ਸਾਹਿਬ ਪਿੰਡ ਵਾਲਿਆਂ ਨੂੰ ਬਹੁਤੇ ਪਸੰਦ ਨਹੀਂ। ਸਰ, ਪਸੰਦ ਦੀ ਗੱਲ ਨਹੀਂ, ਉਹ ਤਾਂ ਹਰ ਕੰਮ ਡੰਡੇ ਦੇ ਜ਼ੋਰ ਨਾਲ ਕਰਾਉਂਦੇ ਨੇ। ਕੱਲ੍ਹ ਸਾਡੇ ਪਿੰਡ ਦੇ ਮੋੜ 'ਤੇ ਨਾਕਾ ਲਾ ਕੇ ਉੱਥੇ ਲੋਕਾਂ ਤੋਂ ਆਰਸੀਆਂ 'ਤੇ ਲਾਇਸੈਂਸ ਫੜੀ ਜਾਂਦੇ ਸੀ ਅਤੇ ਧੱਕੇ ਨਾਲ ਉਹਨਾਂ ਨੂੰ ਫਿਲਮ ਦੀਆਂ ਟਿਕਟਾਂ ਵੇਚੀ ਜਾਂਦੇ ਸੀ। ਅੱਜ ਪਤਾ ਨਹੀਂ ਕਿੱਥੇ ਛਾਉਣੀ ਪਾਈ ਬੈਠੇ ਹੋਣੇ ਆ। ਆ ਲਓ ਜੀ ਰਾਸ਼ਨ ਕਾਰਡ ਅਤੇ ਆ ਲਓ 500 ਰੁਪਿਆ। ਰਾਸ਼ਨ ਕਾਰਡ ਦੇ ਹਿਸਾਬ ਨਾਲ ਤੇਰੇ 5 ਮੈਂਬਰ ਨੇ। ਹਾਂਜੀ ਹਾਂਜੀ। ਆ ਚੱਕ 5 ਟਿਕਟਾਂ ਅਤੇ ਆ ਚੱਕ ਚੀਨੀ। 5 ਟਿਕਟਾਂ? ਨੋਟ ਤਾਂ ਮੈਂ 500 ਦਾ ਦਿੱਤਾ ਸੀ। ਫਿਰ ਤੈਨੂੰ ਟਿਕਟਾਂ ਵੀ ਦੇ ਦੀਆਂ ਫਿਲਮ ਦੀਆਂ 5? ਆ ਤਾਂ ਕਮਾਲ ਹੋ ਗਈ, 20 ਰੁਪਏ ਦੇ ਚੀਨੀ, 500 ਦੀਆਂ ਟਿਕਟਾਂ ਲੈਣੀ ਪੈ ਗਈਆਂ। ਟਿਕਟਾਂ ਕਿਹੜਾ, ਤੈਨੂੰ ਚਿੜੀਆ ਘਰ ਦੇ ਦਿੱਤੀਆਂ, ਫਿਲਮ ਵੀ ਤਾਂ ਦਿਖਾਵਾਂਗੇ। ਜੇ ਕਿਸੇ ਦਾ ਦੇਖਣ ਨੂੰ ਜੀ ਨਾ ਕਰਦਾ ਹੋਵੇ ਫਿਰ? ਉਹ ਗੱਲ ਸੁਣੋ, ਸਾਡਾ ਕਿਹੜਾ ਫਿਲਮ ਬਣਾਉਣ ਨੂੰ ਜੀ ਕਰਦਾ ਸੀ? ਹਾਂ, ਜੇ ਅਸੀਂ ਗੱਲ ਪਿਆ ਢੋਲ ਵਜਾਈ ਜਾਂਦੇ ਹਾਂ ਤੇ ਤੂੰ ਛੋਟੀ ਢੋਲਕੀ ਨਹੀਂ ਵਜਾ ਸਕਦਾ? ਦਫਾ ਹੋ ਜਾ ਇੱਥੋਂ, ਚਪਕ ਜਾ ਇੱਥੋਂ ਸਾਲਾ, ਚਾਈਨਾ ਮੇਡ ਜਾ। ਜਮੀ ਧੱਕਾ ਆ ਗਿਆ ਤੂੰ, ਆ ਵੀ ਛੋਟੇ। ਹਲੋ ਜੀ, ਮੇਰੇ ਘਰ ਦੇ 3 ਮੈਂਬਰ ਆ, 2 ਟਿਕਟਾਂ ਦੇ ਦੋ। ਹੈ, ਮੈਂਬਰ 3 ਤੇ ਟਿਕਟਾਂ 2, ਇਹ ਕਿਹੜਾ ਹਿਸਾਬ ਹੋਇਆ ਬਈ? ਫਿਲਮ ਤਾਂ ਮੈਂ ਤੇ ਮੇਰੀ ਘਰ ਵਾਲੀ ਨੇ ਵੇਖਣੀ ਆ ਜੀ, ਬੇਬੇ ਤਾਂ ਮੇਰੀ ਮੰਜੇ ਤੋਂ ਨਹੀਂ ਉੱਠ ਸਕਦੀ। ਉਹ ਗੱਲ ਸੁਣ ਲੈ, ਫਿਲਮ ਦੀਆਂ 3 ਟਿਕਟਾਂ ਲੈ ਲੈ, ਅੱਧੀ ਟਿਕਟ ਪਾੜ ਕੇ ਗੇਟ ਕੀਪਰ ਨੂੰ ਦੇ ਦੀ ਸਿਨਮੇ ਦੇ ਨੂੰ, ਤੇ ਘਰੇ ਆ ਕੇ ਬੁੜੀ ਨੂੰ ਫਿਲਮ ਦੀ ਸਟੋਰੀ ਸੁਣਾ ਦੀ, ਸਾਨੂੰ ਘਾਟਾ ਨਾ ਪਾ। ਲੈ ਕੱਢ 100 ਰੁਪਇਆ ਹੋਰ। ਹਾਂ ਹਾਂ, ਸ਼ਾਬਾਸ਼, ਆ ਦੇ 3 ਟਿਕਟਾਂ। ਦੇਖੋ ਜੀ, ਇਹਨਾਂ ਨੇ ਨੱਟ ਭੱਜ ਕਰਕੇ 3 ਦਿਨ ਤਾਂ ਸਾਰੇ ਸ਼ੋਅ ਹਾਊਸਫੁੱਲ ਕਰਦੇ ਨੇ। ਹੁਣ ਖੇਤਾਂ ਚੋਂ ਜੱਟ ਵਿਹਲੇ ਨੇ ਤੇ ਜਵਾਕਾਂ ਦੇ ਪੇਪਰ ਮੁੱਕ ਗਏ ਨੇ, ਜੇ ਲੋਕਾਂ ਨੂੰ ਫਿਲਮ ਪਸੰਦ ਆ ਗਈ ਤਾਂ ਲੰਬੀ ਜਾਊ। ਸੋਚ ਨੀ ਬਦਲੀ, ਲੋਕ ਨੀ ਬਦਲੇ, ਬਦਲ ਗਿਆ ਜਗ ਸਾਰਾ। ਪਿਆਰ ਭਰੇ ਦਿਲ ਕਦ ਤੱਕ ਟੁੱਟਣ, ਪੁੱਛਦਾ ਹੈ ਇੱਕ ਤਾਰਾ, ਪੁੱਛਦਾ ਹੈ ਇੱਕ ਤਾਰਾ, ਪੁੱਛਦਾ ਹੈ ਇੱਕ ਤਾਰਾ, ਪੁੱਛਦਾ ਹੈ ਇੱਕ ਤਾਰਾ। ਇਸੀ ਪਿੰਡ ਦੀ ਕਹਾਣੀ ਰੁਲ ਗਈ ਮਰ ਜਾਣੀ, ਇਸੀ ਪਿੰਡ ਦੀ ਕਹਾਣੀ ਰੁਲ ਗਈ ਮਰ ਜਾਣੀ, ਖੁਆਬ ਟੁੱਟ ਗਏ ਸਾਰੇ ਹੁਣ ਅੱਖਾਂ ਵਿੱਚ ਪਾਣੀ, ਖੁਆਬ ਟੁੱਟ ਗਏ ਸਾਰੇ ਹੁਣ ਅੱਖਾਂ ਵਿੱਚ ਪਾਣੀ। ਸਾਹਿਬ, ਮੈਂ ਚੰਨ ਚਪੇੜਾ ਵਾਲਾ ਬੋਲ ਰਿਹਾ। ਉਹ ਮਹਾਰਾਜ, ਜਸ਼ਨ ਮਨਾਓ, ਭੰਗੜੇ ਪਾਓ, ਤੁਹਾਡੀ ਫਿਲਮ ਹਿੱਟ ਹੋ ਗਈ ਆ, ਲੱਡੂ ਵੰਡੋ। ਅੱਛਾ ਜੀ, ਤੁਹਾਨੂੰ ਵੀ ਮੁਬਾਰਕਾਂ ਜੀ, ਤੁਹਾਨੂੰ ਵੀ ਮੁਬਾਰਕਾਂ। ਓ ਨੱਥਿਆ, ਓ ਪ੍ਰੇਮਿਆ, ਓ ਪਾਓ ਭੰਗੜੇ, ਜਸ਼ਨ ਮਨਾਓ, ਆਪਣੀ ਫਿਲਮ ਹਿੱਟ ਹੋ ਗਈ। ਓਏ अच्छी सूरत भी क्या बुरी शै है, जिसने डाली बुरी नजर डाली। अच्छी सूरत भी क्या बुरी शै है, जिसने डाली बुरी।
पाली हुंदी सी शैतान हो गई हो पोली वाली हुंदी सी शैतान हो गई लोकी मैनू कहंदे मैं जवान हो गई हाँ लोकी मैनू कहंदे मैं जवान हो गई जग दी नजर बेईमान हो गई लोकी मैनू कहंदे मैं जवान हो गई हाय लोकी मैनू कहंदे मैं जवान हो गई हाँ लोकी मैनू कहंदे मैं जवान हो गई एसएसपी साहब डीएसपी नू लेके हुणे मेरे गेस्ट रूम दे विच पहुंचो मैं थोड़े नाल एक खास मीटिंग करनी है ओके सर गुड मॉर्निंग सर रात फिर फिल्म हिट होने की पार्टी चल रही सी हाँ जी अच्छा ये तो हो गई खुशखबरी थोड़े वालों हाँ जी सर दूजी खुशखबरी हुण तुहानू मैं सुणाउणा जी सर अज सवेरे खजाने वाला 12 करोड़ रुपया मैं खजाने च जमा करवाता जी की गल
कोई इलेक्ट्रिक शॉक लगा? नहीं सर, ये किवें हो गया? नहीं सी होना चाहिए? होना तो चाहिए सी सर, पर तुहाडे कोल खजाने का पैसा धनोआ साहब आपे तो तुसी मैनू खजाने वाला ट्रंक विखाया सी जिहदे उत्ते सप दी सिक्योरिटी तैनात सी। जनाब वो ट्रंक तो खाली सी, पैसा तो असल जनाब खजाने वाला पैसा तो थाने पहुंचने तो पहले ही चोरी। की दसो जी चोरी हो गया सी? ते तुसी मैनू दस्या तक नहीं? सर दसन बारे सोच रहे सी, इन द मीन टाइम तुहाडा फोन आ गया कि खजाने च पैसा जमा ना करायो, कोई स्कैम हो गया। उस तो बाद सर असी इस गुआची रकम नू इकट्ठी करन वास्ते आ फिल्म दा पंगा, मेरा मतलब फिल्म बनाउण च रुझ गए सर। फिल्म बनाउण च रुझ गए ते पैसा लभण दी कोई कोशिश नहीं कीती? जनाब बहुत नाकाबंदी कीती, कुछ हथ पले नहीं पिया। एसएसपी साहब मैनू एक गल दसो सर, जे तुहाडी ये फिल्म हिट ना हुंदी तां ये खजाने दा 12 करोड़ कित्थों जमा करवाउंदे? सर मैं अपने पिंड वाली सारी जमीन वेच के पैसा खजाने जमा करा देना सीगा, पर मैं थोड़ी ते अपने डिपार्टमेंट दी इज्जत ते आंच नहीं सी आउण देनी। आई एप्रीशिएट द स्पिरिट, वैसे मैं डिवीजन दी यूनिटी तो काफ़ी खुश हाँ। एडी वड्डी रकम दा जे कितें मीडिया नूं पता चल जाता तो पता नहीं की हुंदा। चलो तुसी तां खजाने दा पैसा नहीं लभ सके, पर खजाने दे पैसे ने सानू लभ लिया। ओ किवें सर? एक तारा बोले दा आखिरी शो वेख के मैं घर नूं परत रहा सी, सोचिया क्यों ना तुहानू फोन करके वधाई देवां, क्योंकि फिल्म की कहानी ने मैनू बहुत इंप्रेस किया। मैं वार वार थोड़े फोन लगाए पर हर बार थोड़े नंबर नो रिप्लाई आए। ड्राइवर गड्डी थाने वाल मुड़ो। मुंशी सर इस सेखों तनवा फोन कर दो नहीं चुकते? सर तां पार्टी दे गए ने सर। पार्टी जी 12 करोड़ दी सिक्योरिटी? मुंशी जी सर कितने चल रही है पार्टी? सर उस जगह तो इतों बहुत दूर है जी। भावे पताल च क्यों ना हो, मैं उन्होंने हूने इसी वक्त मिलना। जी सर। इन्हों पता कितने? यस सर। चलो मेरे नाल। Arrest them all! ਇਹ ਹੈ ਉਹ ਖਜ਼ਾਨੇ ਦੀ ਰਕਮ ਤੇ ਇਹ ਖੜੇ ਨੇ ਉਹ ਸਾਰੇ ਮੁਜਰਮ ਜਿਨ੍ਹਾਂ ਨੇ ਪੈਸਾ ਚੁਰਾਇਆ ਜਾਂ ਚੁਰਾਉਣ ਦੀ ਕੋਸ਼ਿਸ਼ ਕੀਤੀ। ਮੈਂ ਦੋਸ਼ੀਆਂ ਵਿੱਚ ਖੜੇ ਫਿਲਮ ਦੇ ਹੀਰੋ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਦਾ ਜਿਹਨੇ ਇਸ ਰਕਮ ਨੂੰ ਦੁਬਾਰਾ ਚੋਰੀ ਹੋਣ ਤੋਂ ਬਚਾਇਆ। SSP ਸਾਹਿਬ ਖਜ਼ਾਨੇ ਦੇ ਪੈਸੇ ਦੀ ਖਾਤਰ ਤੁਸੀਂ ਫਿਲਮ ਬਣਾਈ, ਉਹ ਤਾਂ ਆਪਾਂ ਨੂੰ ਮਿਲ ਗਿਆ, ਹੁਣ ਫਿਲਮ ਦੇ ਪ੍ਰੋਫਿਟ ਦਾ ਕੀ ਕਰਨਾ? ਸਰ ਮੈਨੂੰ ਲੱਗਦਾ ਵੀ ਇਹ ਫੈਸਲਾ ਤੁਸੀਂ ਕਰੋ। ਹਾਂਜੀ ਸਰ ਇਹ ਫੈਸਲਾ ਤੁਸੀਂ ਕਰੋ। ਜੇ ਮੈਨੂੰ ਪੁੱਛਦੇ ਹੋ ਤਾਂ ਸਭ ਤੋਂ ਵਧੀਆ ਫਿਲਮ ਦੀ ਮੈਨੂੰ ਕਹਾਣੀ ਲੱਗੀ ਆ ਅਤੇ ਇਹ ਅਧਿਕਾਰ ਮੈਂ ਤਾਰਾ ਸਿੰਘ ਹੁਣਾਂ ਨੂੰ ਦੇਣਾ ਚਾਹੁੰਦਾ। ਕੀ ਕਹਿਣਾ ਚਾਹੋਗੇ ਪ੍ਰੋਫੈਸਰ ਸਾਹਿਬ? ਕਮਿਸ਼ਨਰ ਸਾਹਿਬ ਮੇਰੀ ਵੱਡੀ ਬੇਟੀ ਦਾ ਸੁਹਾਗ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋ ਗਿਆ ਅਤੇ ਉਹ ਵਿਧਵਾ ਹੋ ਕੇ ਘਰ ਬੈਠ ਗਈ, ਛੋਟੀ ਆਨਰ ਕਿਲਿੰਗ ਦਾ ਸ਼ਿਕਾਰ ਹੋ ਗਈ। ਕੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਮੇਰੀ ਛੋਟੀ ਬੇਟੀ ਦੀ ਕਹਾਣੀ 'ਤੇ ਬਣੀ ਇਸ ਫਿਲਮ ਦੀ ਸਾਰੀ ਕਮਾਈ ਉਹਨਾਂ ਬੇਟੀਆਂ ਦੀ ਝੋਲੀ ਵਿੱਚ ਪਾ ਦਿੱਤੀ ਜਾਵੇ ਜਿਹੜੀਆਂ ਮੇਰੀ ਵੱਡੀ ਬੇਟੀ ਦੀ ਤਰ੍ਹਾਂ ਬੇਦਬਾਹ ਹੋ ਕੇ ਘਰੇ ਬੈਠੀਆਂ ਨੇ? ਜ਼ੀ ਪੰਜਾਬ ਹਰਿਆਣਾ ਹਿਮਾਚਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਦੇ ਜ਼ੀ ਸਟੂਡੀਓ ਦੀ ਖਾਸ ਖਬਰ। ਫਿਲਮੀ ਤਾਰਾ ਬੋਲੇ ਦੇ ਪ੍ਰੋਫਿਟ ਨੂੰ ਕਾਰਗਿਲ ਵਾਰ ਵਿਡੋ ਵਿੱਚ ਵੰਡ ਕੇ ਪੰਜਾਬ ਪੁਲਿਸ ਕਾਫੀ ਵਾਹ ਵਾਹ ਖੱਟ ਰਹੀ ਹੈ। ਥਾਣੇ ਵਿੱਚ ਹੋਈ ਇਸ ਬੱਲੇ ਬੱਲੇ ਨੂੰ ਹਰ ਪਾਸਿਓਂ ਭਰਮਾ ਹੁੰਗਾਰਾ ਮਿਲ ਰਿਹਾ ਹੈ।
फिल्म दे हीरो लक्की दी बहादुरी तो खुश हो के कमिश्नर साहब ने उसनु पुलिस डिपार्टमेंट विच बतौर इंस्पेक्टर नौकरी दे दित्ती है। ते मैं इस नौकरी नु खेड़े मत्थे कबूल करदा क्योंकि पुलिस दे नाल बॉलीवुड च काम करके बहुत मजा आया। हुण तां मुंबई जाण दी वी लोड़ नहीं, हुण मैं पुलिस च रह के अपने पंजाब दे यूथ नु बचावांगा जिहड़ा नशे दी दलदल च गर्क हुंदा जा रहा है। बाय द वे अज पुलिस चौकी च मेरा पहला दिन है ते उत्थे मेरे नाल होएगा मेरा प्यार ते साडे दोहां दे परिवार। ओ जो तेरे बिन होवे आखरी ओ दिन होवे, जो तेरे बिन होवे आखरी ओ दिन होवे, पल पल सा मगदे दुआ हो जो तेरे बिन। पुलिस वालियां दा रोब बड़े ठाठ दी है जॉब, ओ पुलिस वालियां दा रोब बड़े ठाठ दी है जॉब, वर्दी पाके स्टार लाके, वर्दी पाके स्टार लाके सीना तान के चले, पुलिस दी बल्ले बल्ले पुलिस पानी बुढ़नू चले, पुलिस दी बल्ले बल्ले पुलिस पानी बुढ़नू चले, बल्ले बल्ले पुलिस पानी बुढ़नू चले। ए केस कदे ओ केस है डेली कर दे ता फेस, ए पहल कदे ओ फाइल सदा रहंदी चेहरे उत्ते स्माइल, बल्ले बल्ले पुलिस पानी बुढ़नी